ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਿਹੜਾ ਅੱਜ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਆ ਬਹੁਤ ਜ਼ਰੂਰੀ ਆ ਕਿਉਂਕਿ ਮੇਰੀ ਇੱਕ ਵਾਰੀ ਗੱਲ ਹੋਈ ਇਕਬੀਰ ਦੇ ਨਾਲ ਤੇ ਉਹ ਕਹਿੰਦਾ ਜੀ ਬਹੁਤ ਸੋਹਣੇ ਪ੍ਰਚਾਰਕ ਇੱਕ ਪ੍ਰਚਾਰਕ ਦਾ ਨਾਮ ਲਿਆ ਦੇਖੋ ਜੀ ਉਹਨਾਂ ਨੇ ਕਿਹਾ ਆ ਸਟੇਜ ਤੇ ਪੀ ਆ ਸਾਨੂੰ ਗੁਰਮ ਗੁਰਬਾਣੀ ਨਾਲ ਜੁੜਨਾ ਚਾਹੀਦਾ ਸਾਨੂੰ ਕਥਾ ਕਹਾਣੀਆਂ ਕਿੱਸਿਆਂ ਨਾਲ ਨਹੀਂ ਜੁੜਨਾ ਚਾਹੀਦਾ ਅੱਜ ਸਿੱਖਾਂ ਦੇ ਵਿੱਚ ਕਿੱਸੇ ਬਹੁਤ ਮਸ਼ਹੂਰ ਹੋ ਗਏ ਮੈਂ ਕਹਾ ਕਿੱਸਿਆਂ ਤੋਂ ਮਤਲਬ ਉਹ ਕਹਿੰਦੇ ਜੀ ਹੀ ਰਾਂਝਾ ਹੋਇਆ ਮਿਰਜ਼ਾ ਸਾਹਿਬਾ ਹੋਇਆ ਇੰਨਾਂ ਚੀਜ਼ਾਂ ਦੀਆਂ ਬਹੁਤ ਜਿਹੜੀਆਂ ਆਪਣੇ ਸਿੰਗਰ ਆ ਇਹ ਗਾਣੇ ਕਾਉਂਦੇ ਆ ਤੇ ਉਹ ਬੜੇ ਮਕਬੂਲ ਹੋ ਰਹੇ ਆ ਲੋਕੀ ਉਹਨਾਂ ਨੂੰ ਬਹੁਤ ਸੁਣਦੇ ਆ ਮੈਂ ਕਹਾਂ ਤੁਹਾਨੂੰ ਪਤਾ ਆ ਕਿ ਇਹ ਜਿਹੜਾ ਇਹ ਜਿਹੜੇ ਸਾਰੇ ਕਿੱਸੇ ਆ ਇਹ ਬਚਿੱਤਰ ਨਾੜੇ 'ਤੇ ਲਿਖੇ ਹੋਏ ਆ ਉਹ ਬਚਿੱਤਰ ਨਾੜੇ ਦੇ ਹੱਕ 'ਚ ਸੀ ਬੰਦਾ ਅੱਛਾ ਜੀ ਉਹ ਮੰਨਣ ਨੂੰ ਤਿਆਰ ਨਹੀਂ ਹੋਇਆ ਕਹਿੰਦਾ ਨਹੀਂ ਜੀ ਕੱਢ ਕੇ ਮੈਂ ਉਹਨੂੰ ਦਿਖਾਏ ਉਸ ਟਾਈਮ ਦੇ ਉੱਤੇ ਵੀ ਉਹ ਚਰਿੱਤਰ ਤੇ ਪੜੀ ਉਹਨੂੰ ਹੈਰਾਨੀ ਹੋਈ ਸਾਡੀ ਤਰਾਸ਼ਦੀ ਇਹ ਆ ਕਿ 90 ਤੋਂ ਲੈ ਕੇ 99% ਲੋਕਾਂ ਨੇ ਜਿਹੜੇ ਇਹਦੇ ਹੱਕ ਵਿੱਚ ਖੜਦੇ ਆ ਕਦੀ ਇਸ ਬਚਿੱਤਰ ਨਾਟਕ ਨੂੰ ਪੜਿਆ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਇਹਦੇ ਵਿੱਚ ਕੀ ਆ ਤੇ ਮੈਂ ਇੱਕ ਕਿਤਾਬ ਪੜ ਰਿਹਾ ਸੀ ਆਪਣੀ ਸਰਜੀਤ ਪਾਤਰ ਦੀ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਂਗਾ ਵੀ ਅੱਜ ਤੁਸੀਂ ਜੇ ਕੋਈ ਗਿਆਨ ਲੈਣਾ ਹੋਵੇ Google ਦੇ ਉੱਤੇ ਜਾ ਕੇ ਤੇ ਸਭ ਤੋਂ ਪਹਿਲਾਂ ਤੁਸੀਂ ਕਿਹੜੀ ਵੈਬਸਾਈਟ ਖੋਲਦੇ ਹੋ ਜਦੋਂ ਤੁਸੀਂ ਕਿਸੇ ਚੀਜ਼ ਦੀ ਨੌਲੇਜ ਲੈਣੀ ਹੋਵੇ ਬੜੀ ਨੇਚਰਲ ਜੀ ਗੱਲ ਆ ਕਿ ਹਰ ਬੰਦਾ ਕਹੂਗਾ ਵਿਕੀਪੀਡੀਆ ਕਿਉਂਕਿ ਉੱਥੋਂ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਤੁਸੀਂ ਅੱਜ ਮੇਰੇ ਕਹਿਣ ਤੇ ਵਿਕੀਪੀਡੀਆ ਦੇ ਵਿੱਚ ਹੀਰਾਂਝਾ ਕੱਢਿਓ ਵਿਕੀਪੀਡੀਆ ਚ ਪੰਜਾਬੀ ਦਾ ਜਿਹੜਾ ਵਿਕੀਪੀਡੀਆ ਉਹ ਚ ਹੀਰਾਂਝਾ ਕੱਢਿਓ ਉਹਦੇ ਵਿੱਚ ਉਹਨਾਂ ਨੇ ਸਰਜੀਤ ਪਾਤਰ ਦੀਆਂ ਲਾਈਨਾਂ ਕੋਟ ਕੀਤੀਆਂ ਹੋਈਆਂ ਆ ਉਹਦੀ ਕਿਤਾਬ ਦੇ ਵਿੱਚੋਂ ਸਰਜੀਤ ਪਾਤਰ ਕਹਿੰਦਾ ਆ ਕਿ ਹੀਰਾਂਝੇ ਨੂੰ ਬਹੁਤ ਸਾਰੇ ਲੋਕਾਂ ਨੇ ਲਿਖਿਆ 40-50 ਰਾਈਟਰਾਂ ਨੇ ਲਿਖਿਆ ਉਹ ਸਾਰਿਆਂ ਦੇ ਨਾਮ ਵੀ ਵਿੱਚ ਉਹ ਮੈਂਸ਼ਨ ਕਰਦਾ ਆਪਣੀ ਕਿਤਾਬ ਦੇ ਪਰ ਕਹਿੰਦਾ ਉਦੋਂ ਇਹਦੀ ਸਭ ਤੋਂ ਸਿਰੇ ਤੇ ਪਹੁੰਚ ਜਾਂਦੀ ਆ ਹੀਰਾਂਜੇ ਦੀ ਕਹਾਣੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੁਦ ਚਮ ਉੱਥੇ ਜੰਗਲਾਂ 'ਚ ਬੈਠੇ ਹੋਏ ਮੈਂ ਤੁਹਾਨੂੰ ਕੋਟ ਹੀ ਪੜ੍ਹ ਕੇ ਸੁਣਾ ਦਿੰਦਾ ਤਾਂ ਕਿ ਇਹ ਨਾ ਲੱਗੇ ਮੈਂ ਕੋਈ ਗੱਲ ਆਪਣੇ ਕੋਲ ਕਹਿ ਰਿਹਾ ਉਹ ਕਹਿੰਦਾ ਵੀ ਸਾਰਾ ਸਰਬੰਸ ਦਾਨ ਕਰਕੇ ਜੰਗਲ ਵਿੱਚ ਬੈਠੇ ਸਨ ਮਾਛੀਵਾੜ ਦੇ ਤੇ ਉਦੋਂ ਇਹ ਸ਼ਬਦ ਉਚਾਰ ਉਹਨਾਂ ਨੇ ਹੀਰਾਂਜੇ ਵਾਸਤੇ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦਬੇਨ ਰੋਜ ਰੋਗ ਰਜਾਈਆਂ ਦਾ ਓਢਣ नाग ਨਵਾਸਾ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਪਠ ਬਿੰਗ ਕਸਾਈਆਂ ਦਾ ਸਹੜਾ ਜਾਲੜੇ ਦਾ ਸਾਨੂੰ ਸੱਥਰ ਚੰਗਾ ਲਾਸਟ ਲਾਈਨ ਜਿਹੜਾ ਧਿਆਨ ਨਾਲ ਸੁਣਿਓ ਪਠ ਖੇੜਿਆਂ ਦਾ ਰਹਿਣਾ ਇਹ ਸਰਜੀਤ ਪਾਤਰ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਜਦੋਂ ਅਸੀਂ ਇਹ ਗੱਲ ਕੋਟ ਕਰਦੇ ਆ ਬੜਿਆਂ ਨੂੰ ਕਈਆਂ ਨੂੰ ਮਿਰਚਾਂ ਲੱਗ ਜਾਂਦੀ ਆ ਇਹ ਸਰਜੀਤ ਪਾਤਰ ਆਪਣੀ ਕਿਤਾਬ 'ਚ ਲਿਖ ਰਿਹਾ ਆ ਮੈਂ ਤੁਹਾਨੂੰ ਲੈਟਰ ਵਿੱਕੀ ਪੀੜੀਆ 'ਚੋਂ ਉਹ ਦਿਖਾ ਵੀ ਦਊਂਗਾ ਤੇ ਹੁਣ ਆਪਾਂ ਹੀ ਆਪਣੇ ਅੱਜ ਦੇ ਮੁੱਦੇ ਵਾਸਤੇ 98 ਨੰਬਰ 74 ਆਪਾਂ ਹੀ ਰਾਂਝੇ ਦੀ ਉਹਦੇ ਬਾਰੇ ਆਪਾਂ ਵਿਚਾਰ ਕਰਦੇ ਆਂ ਹਾਂਜੀ ਵੀਰ ਜੀ ਥੋੜੀ ਜਿਹੀ ਇਦਾਂ ਹੈ ਕਿ ਕੁਛ ਦਿਨ ਪਹਿਲਾਂ ਫੇਸਬੁੱਕ ਤੇ ਇੱਕ ਕਿਸੇ ਨੇ ਪੋਸਟ ਪਾਈ ਹੋਈ ਸੀ ਵੀ ਸੋਹਣੀ ਮਹੀਵਾਲ ਦਾ ਡੁੱਬ ਕੇ ਮਰਨ ਦੀ ਗੱਲ ਮੈਂ ਥੋੜੀ ਹਿਸਟਰੀ ਦੱਸਣ ਲੱਗਾ ਜੀ ਹਾਂਜੀ ਹਾਂਜੀ ਵੀ ਸੋਹਣੀ ਮਹੀਵਾਲ ਦੀ ਗੱਲ 1732 ਚ ਸ਼ੁਰੂ ਹੁੰਦੀ ਹੈ ਹਾਂਜੀ ਤੇ ਗੁਰੂ ਗੋਬਿੰਦ ਸਿੰਘ 1708 ਦੇ ਵਿੱਚ ਚੜ੍ਹਾਈ ਕਰਦੇ ਆ ਵੀ ਇਹ ਗੱਲ ਉਹ ਕਿਵੇਂ ਲਿਖ ਗਏ ਹੂੰ ਮੇਰੇ ਨੋਟਸ ਦੇ ਵਿੱਚ ਪੈ ਗੁਰਦਾਸ ਦੀਆਂ 12 ਆ ਜੀ ਮੈਂ ਉੱਚ ਵੀ ਆਉਂਦਾ ਜੇਕਰ ਬਿਲਕੁਲ ਪੈ ਗੁਰਦਾਸ ਦੀਆਂ 12 ਦੇਖ ਲੈਣ ਇਹਦੀ 27ਵਾਂ ਵੀ ਵਾਰ ਚ ਹਾਂਜੀ ਹਾਂਜੀ 27ਵਾਂ ਵੀ ਵਾਰ ਦੀ ਪਹਿਲੀ ਪੌੜੀ ਹੈ ਪਹਿਲੀ ਪੌੜੀ ਬਿਲਕੁਲ ਪੰਨਾ 295 ਤੇ ਮੈਂ ਇਹਦਾ ਪਹਿਲਾ ਪਹਿਲੀ ਪੌੜੀ ਪੜ ਕੇ ਦੱਸ ਦਿਆਂ ਲੇਲਾ ਮਜਨੂ ਆਸ਼ਕੀ ਚੋਂ ਚੱਕੀ ਜਾਤੀ ਸੋਠੀ ਬੀਜਾ ਗਾਵੀਏ ਜਸ ਸੁਘਣਾ ਵਰਬਾਤੀ ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ ਮਹਿਵਾਲ ਨੂੰ ਸੋਹਣੀ ਨੈਤਰ ਦੀ ਰਾਤੀ ਰਾਂਝਾ ਹੀਰ ਵਖਾਣੀ ਆ ਉਹ ਪਰੰਪਰਾਤੀ ਪੀਰ ਮਰੀਦਾ ਪਰੜੀ ਗਾਵਣ ਪਰਬਾਤੀ ਸੱਸੀ ਪੁੰਨੂ ਦੀ ਗੱਲ ਹੀਰ ਰਾਂਝੇ ਦੀ ਗੱਲ ਭਾਈ ਗੁਰਦਾਸ ਵੀ ਕਰਗੇ ਉਹ ਮੈਂ ਇੱਥੇ ਕਹਿਣਾ ਕੀ ਚਾਹੁੰਨਾ ਵੀ ਕਈ ਵਾਰ ਇਹ ਹੁੰਦਾ ਹੈ ਕਿ ਲਖਾਰੀ ਦੀ ਲੇਖਤ ਦੇ ਵਿੱਚ ਉਹ ਕਿੱਸਾ ਬਾਅਦ ਚ ਆਉਂਦਾ ਹੈ ਮ ਜਿਨੂੰ ਅਸੀਂ ਲੋਕ ਖੁੰਡ ਚਰਚਾ ਕਹਿ ਲੋ ਜਾਂ ਲੋਕਾਂ ਦੇ ਵਿੱਚ ਇਦਾਂ ਦੀਆਂ ਕਹਾਣੀਆਂ ਪ੍ਰਚਲਿਤ ਹੁੰਦੀਆਂ ਐ ਤੇ ਜ਼ਰੂਰੀ ਨਹੀਂ ਕਿ ਲਿਖਤ ਜੇ 1732 ਚ ਆਈ ਐ ਤੇ ਉਸ ਤੋਂ ਪਹਿਲਾਂ ਸੱਸੀ ਸੋਹਣੀ ਮਹੀਵਾਲ ਜਾਂ ਇਹ ਕਿਸੇ ਹੈ ਨਹੀਂ ਸੀ ਆ ਮੈਮ ਵੀਰ ਜੀ ਇੱਥੇ ਮਾੜੀ ਜੀ ਗੱਲ ਐਡ ਕਰਨੀ ਚਾਹੁੰਦਾ ਮੈਂ ਨਾ ਆਪਣੇ ਕਾਲਜ ਟਾਈਮ ਦੇ ਉੱਤੇ ਸਾਹਿਤ ਦਾ ਬਹੁਤ ਸਟੂਡੈਂਟ ਰਿਹਾ ਮੈਨੂੰ ਬਹੁਤ ਸ਼ੌਕ ਸੀ ਸਾਹਿਤ ਪੜਨ ਦਾ ਹਾਂਜੀ ਤੇ ਜਦੋਂ ਮੈਂ ਉਦੋਂ ਵੀ ਪੜਿਆ ਨਾ ਜਦੋਂ ਆਪਾਂ ਸੋਹਣੀ ਮਹੀਂਵਾਲ ਦੀ ਗੱਲ ਕਰਦੇ ਆ ਉਹਨੂੰ ਹਾਸ਼ਮ ਨੇ ਵੀ ਲਿਖਿਆ ਉਹਨੂੰ ਆਪਣੇ ਕਾਦਰਯਾਰ ਨੇ ਵੀ ਲਿਖਿਆ ਉਹਨੂੰ ਉਸ ਤੋਂ ਪਹਿਲਾਂ ਇੱਕ ਫਾਜ਼ਲ ਉਹਨੇ ਵੀ ਲਿਖਿਆ ਆ ਬਹੁਤ ਸਾਰੇ ਨੇ ਲਿਖਿਆ ਜਿੱਦਾਂ ਹੀਰਾਂ ਜਾਂ 45 ਤੋਂ 50 ਰਾਈਟਰ ਬਣਦੇ ਆ ਤੇ ਇਹ ਹਾਂਜੀ ਸੋ ਇਹ ਸੋਹਣੀ ਮਹੀਂਵਾਲ ਦੀ ਜੇ ਆਪਾਂ ਗੱਲ ਕਰੀਏ ਇਹ ਸਿੰਧੀ ਦੇ ਵਿੱਚ ਵੀ ਹੈਗਾ ਆ ਕਿੱਸਾ ਤੇ ਇਹ ਪੰਜਾਬੀ ਦੇ ਵਿੱਚ ਵੀ ਹੈਗਾ ਤੇ ਪਰਸ਼ੀਅਨ ਚ ਵੀ ਹੈਗਾ ਇਹ ਕਿੱਸਾ ਸੋ ਇਹ ਪ੍ਰਚਲਿਤ ਕਹਾਣੀਆਂ ਸੀਗੀਆਂ ਜਿਹੜੀਆਂ ਵੱਖਰੇ ਵੱਖਰੇ ਰਾਈਟਰਾਂ ਨੇ ਬੱਕਰੀ ਵੱਖਰੀ ਥਾਂ ਟਾਈਮ ਦੇ ਉੱਤੇ ਲਿਖ ਦਿੱਤੀਆਂ ਬਾਅਦ ਵਿੱਚ ਇਹ ਕਹਾਣੀਆਂ ਆਇਆ ਕੋਈ ਅਸਲੀਅਤ ਨਹੀਂ ਆ ਮੈਂ ਥੋੜੀ ਇੱਕ ਹੋਰ ਐਗਜ਼ਾਮਪਲ ਦਿੰਦਾ ਆਪਾਂ ਹੀਰ ਦੀ ਗੱਲ ਕਰਦੇ ਆਂ ਅੱਜ ਜਦੋਂ ਆਪਾਂ ਹੀਰ ਦੀ ਗੱਲ ਕਰਦੇ ਆਂ ਤਾਂ ਬੰਦੇ ਦਿਮਾਗ 'ਚ ਵਾਰਿਸਾ ਦੀ ਹੀਰੀ ਆਉਂਦੀ ਜਿਹੜੀ 17ਵੀਂ ਸਦੀ ਦੇ ਵਿੱਚ ਵਿਖੀ ਗਈ 18ਵੀਂ 'ਚ ਲਿਖੀ ਗਈ ਐਕਚੁਅਲੀ ਸੌਰੀ 18ਵੀਂ 'ਚ ਪਰ ਉਸ ਤੋਂ ਪਹਿਲਾਂ ਦਮੋਦਰ ਨੇ ਜਿਹਨੇ 16ਵੀਂ ਸਦੀ 'ਚ ਲਿਖੀ ਆ ਉਹਨੂੰ ਲੋਕੀ ਭੁੱਲ ਜਾਂਦੇ ਵੀ ਸ਼ੁਰੂਆਤ ਤਾਂ ਪਹਿਲਾਂ ਦਮੋਦਰ ਨੇ ਉਤੋਂ ਕੀਤੀ ਆ ਕਹਾਣੀ ਥੋੜੀ ਜਿਹੜੀ ਹੀਰਾਂਜੇ ਵਾਲੀ ਦਮੋਦਰ ਵਾਲੀ ਤੇ ਵਾਰਖਾਈ ਜਿਨ੍ਹਾਂ ਨੇ ਪੜ੍ਹੀ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਸਾਹਿਤ ਨਾਲ ਜੁੜੇ ਹੋਏ ਐ ਸੋ ਇਹ ਕਹਾਣੀਆਂ ਪ੍ਰਚਲਿਤ ਹੁੰਦੀਆਂ ਆ ਤੇ ਉਹਨਾਂ ਨੂੰ ਕਈ ਰਾਈਟਰ ਲਿਖ ਜਾਂਦੇ ਆ ਪਰ ਇੱਥੇ ਗੱਲ ਹੋ ਰਹੀ ਵੀ ਕੀ ਗੁਰੂ ਵੀ ਲਿਖੂਗਾ ਉਹ ਕਹਾਣੀਆਂ ਜਿਹੜੀਆਂ ਇਸ਼ਕ ਮਜਾਜੀ ਦੀਆਂ ਕਹਾਣੀਆਂ ਹੁਣ ਜੇ ਆਪਾਂ ਕਰੀਏ ਹੀਰਾਂਜੇ ਦੀ ਗੱਲ ਵੀ ਹੀਰ ਵਿਆਹੀ ਹੋਈ ਆ ਤੇ ਆਪਣੇ ਯਾਰ ਨੂੰ ਮਿਲਣ ਜਾ ਰਹੀ ਆ ਰਾਂਜੇ ਨੂੰ ਇਦਾਂ ਹੀ ਸੋਹਣੀ ਆ ਸੋਹਣੀ ਵਿਆਹੀ ਹੋਈ ਕਿਸੇ ਹੋਰ ਬੰਦੇ ਨਾਲ ਆ ਤੇ ਰਾਤ ਨੂੰ ਘੜੇ ਤੇ ਤਰ ਕੇ ਆਪਣੇ ਯਾਰ ਨੂੰ ਮਿਲਣ ਜਾ ਰਹੀ ਆ ਕੀ ਇਹ ਗੁਰੂ ਇਦਾਂ ਦੀਆਂ ਗੱਲਾਂ ਲਿਖੂਗਾ ਇੱਚੋ ਨਾਲੇ ਆਪਾਂ ਪੜਦਾਂਗੇ ਵੀ ਦੱਸੋ ਇੱਥੇ ਕਿੱਥੇ ਲਿਖਿਆ ਗੁਰੂ ਨੇ ਵੀ ਆਹ ਕੰਮ ਨਹੀਂ ਕਰਨਾ ਉਹ ਸਾਰੇ ਚਰਿੱਤਰ ਦੇ ਵਿੱਚ ਇੰਦਾ ਹੀ ਮਿਰਜ਼ਾ ਸਾਹਿਬਾ ਕਹੇ ਕਿਸੇ ਦੀ ਕੁੜੀ ਕੱਢ ਲੈ ਆ ਆ ਦੀ ਗੱਲ ਕੀਤੀ ਹੈ ਮੇਰੇ ਹੱਥ 'ਚ ਆ ਹੀਰ ਵਾਰਿਸ ਆ ਆਡਿਟ ਕੀਤੀ ਹੋਈ ਹੈ ਪਿਆਰਾ ਸਿੰਘ ਪਦਮਤੀ ਤੇ ਮੈਂ ਦੱਸ ਦਿਆਂ ਵੀ ਹੀਰ ਕਿੰਨਾਂ ਲਈ 50 ਬੰਦਿਆਂ ਨੇ ਪੰਜਾਬੀ 'ਚ ਲਿਖੀ ਹੈ ਹਿੰਦੀ ਦੇ ਰਾਈਟਰ ਹੈਗੇ ਤਿੰਨ ਜਿਹਦੇ 'ਚੋਂ ਗੁਰੂ ਗੋਬਿੰਦ ਸਿੰਘ ਜੀ 1696 'ਚ ਜਿਹੜਾ ਜਿਹੜੇ ਆਪਣੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਸੇ ਬਿਹਾਵ ਤੇ ਇਹ ਦੋ ਨੰਬਰ ਤੇ ਰੱਖਦੇ ਗੁਰੂ ਗੋਬਿੰਦ ਸਿੰਘ ਨੂੰ ਵੀ ਹਿੰਦੀ ਦੇ ਰਾਈਟਰਾਂ ਚ ਹਿੰਦੀ ਦੇ ਪੰਜਾਬੀ ਦੇ ਰਾਈਟਰਾਂ ਚ ਨਹੀਂ ਰੱਖਦਾ ਉਹ ਹਿੰਦੀ ਦੇ ਰਾਈਟਰਾਂ ਜਦੋਂ ਕਿ ਉਹ ਜਿਹੜਾ ਸਲੋ ਪੜਿਆ ਤੁਸੀਂ ਬੰਦ ਚੌਪਈ ਕਹਿ ਲੋ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਠੇਠ ਪੰਜਾਬੀ ਚ ਹੈ ਤਿੰਨ ਹਿੰਦੀ ਦੇ ਆ ਤੇ ਫਾਰਸੀ ਦੇ 14 ਲਖਾਰੀ ਆ ਮਤਲਬ ਕੋਟੋ ਘੱਟ 70 80 ਬੰਦੇ ਹੋਣਗੇ ਜਿਨ੍ਹਾਂ ਨੇ ਇਹ ਹੀ ਲਿਖੀ ਹੈ ਇੱਕ ਹੋਰ ਨਾਲ ਐਡ ਕਰ ਦੇਵਾਂ ਜੀ ਇਹ ਜਿਹੜੀ ਉਹ ਆਪਣੇ ਵਾਰਿਸਾ ਦੀ ਹੀਰ ਹੈ ਇਹਨੇ ਐਡਿਟ ਕੀਤੀ ਹੈ ਤੇ ਇਹ ਕਹਿੰਦਾ ਇਹਦੀਆਂ 1000 ਟੁਕਾਂ ਸੀ ਸ਼ੁਰੂ-ਸ਼ੁਰੂ 'ਚ ਹੂੰ ਕੋਣ ਜਾਣ ਜਦੋਂ ਇਹ ਇਹਨੂੰ ਲਾਹੌਰ ਮੋਨਸ਼ੀ ਅਜੀਜੋਦੀਨ ਹੈਗਾ ਜੀ ਉਹ ਜਦੋਂ ਇਹਨੂੰ ਆਪਣੇ ਐਡੀਸ਼ਨ ਨੂੰ ਛਾਪਦਾ ਹੈ ਤੇ ਇਹਦੀਆਂ ਟੁਕਾਂ ਵਧ ਕੇ 11000 ਹੋ ਗਈਆਂ ਹੂੰ 11000 ਇਹ ਕਿਸੇ ਵੱਧ ਦੇ ਘਟਦੇ ਰਹਿੰਦੇ ਰਹਿੰਦੇ ਹੁੰਦੇ ਆ ਹਮੇਸ਼ਾ ਹੀ ਬਿਲਕੁਲ ਜੀ ਤੇ ਨਾਲ ਇਹਨਾਂ ਨੇ ਇਹ ਵੀ ਕਲੀਅਰ ਕੀਤਾ ਹੈ ਕਿ ਡੋਲੀ ਚਾਰਦੇ ਤੇ ਮਾਰੀਆਂ ਹੀਰ ਚੀਕਾਂ ਲੈ ਚੱਲੇ ਵੇ ਬਾਬਲਾ ਲੈ ਚੱਲੇ ਇਹ ਹੀਰ ਵਾਰਿਸਾ ਦਾ ਹਿੱਸਾ ਨਹੀਂ ਹੈ ਤੋ ਇਹ ਲੋਕਾਂ ਦੀ ਜਾਣਕਾਰੀ ਵਾਸਤੇ ਮੈਂ ਸੱਜਣਾ ਦੀ ਮੈਂ ਇੱਥੇ ਨਾ ਵੀਰ ਜੀ ਇੱਕ ਹੋਰ ਮੈਂ ਹੀਰ ਵਾਰਿਸ ਆ ਪੜ੍ਹ ਕੇ ਨਾਲ ਜਿਹੜਾ ਆਪਣਾ ਕਾਮਕਲਨ ਦਲਾ ਵਾਲਾ ਕਿੱਸਾ ਹੈ ਜਿਹਦੇ ਵਿੱਚ ਆਪਣੀ ਰਾਗਮਾਲਾ ਆਉਂਦੀ ਹੈ ਉਹਦੇ ਨਾਲ ਬਹੁਤ ਸਾਰੀਆਂ ਪੰਕਤੀਆਂ ਇਹਦੇ ਵਿੱਚੋਂ ਮੈਂ ਲੰਬੀਆਂ ਹੋਈਆਂ ਆ ਉਹ ਕਿਤੇ ਆਪਾਂ ਫੇਰ ਡਿਸਕਸ ਕਰਾਂਗੇ ਜਰੂਰ ਆ ਵੀਰ ਜੀ ਮੈਂ ਜਿਹੜੀ ਸ਼ੁਰੂ ਚ ਗੱਲ ਕੀਤੀ ਸੀ ਨਾ ਉਹ ਮੈਂ ਮਾੜੀ ਜੀ ਸੰਗਤ ਨੂੰ ਦਿਖਾ ਦਵਾਂ ਵੀ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਆ ਵਿਕੀਪੀਡੀਆ ਖੁੱਲਿਆ ਹੋਇਆ ਆ ਕੰਪਿਊਟਰ ਦੇ ਉੱਤੇ ਇਹ ਜਿਹੜਾ ਹੀਰਾਂਜਾ ਤੁਸੀਂ ਸਰਵੇਖ ਪਾ ਲਿਓ ਉਦੇ ਵਿੱਚ ਸਾਰੀ ਆ ਜਾਂਦੀ ਵੀ ਕਿੰਨੇ ਕਿੰਨੇ ਲਿਖਿਆ ਆ ਤੇ ਇੱਥੇ ਜਾ ਕੇ ਜਿਹੜੀ ਕਹਾਣੀ ਆ ਨਾ ਮਾੜੇ ਜਿਹਾ ਮੈਂ ਚਾਰ ਤੁਕਾਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਇਹ ਇਹ ਗੁਰਬਚਨ ਸਿੰਘ ਭੁੱਲਰ ਇਹ ਲਿਖ ਰਿਹਾ ਕਹਿੰਦੇ ਬਚਪਨ ਤੋਂ ਮੈਂ ਸਾਡੇ ਇਲਾਕੇ ਵਿੱਚ ਪ੍ਰਚਲਿਤ ਇੱਕ ਦਿਲਚਸਪ ਵਾਰਤਾ ਸੁਣਦਾ ਆ ਹ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਬਠਿੰਡੇ ਦੇ ਜ਼ਿਲ੍ਹੇ ਦੀ ਫਸੀਲ ਉੱਤੇ ਜਿੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਹੈ ਟਿੱਕੇ ਹੋਏ ਸਨ ਰਾਤ ਨੂੰ ਹੇਠ ਕਿਲੇ ਦੀ ਦੀਵਾਰ ਨਾਲ ਊਠਾਂ ਵਾਲਿਆਂ ਨੇ ਉਤਾਰਾ ਕੀਤਾ ਰੋਟੀ ਟੁਕ ਤੋਂ ਵਿਲੇ ਹੋ ਕੇ ਹੀਰ ਗਾਉਣ ਲੱਗੇ ਸੁਇਰੇ ਉਹਨਾਂ ਨੂੰ ਗੁਰੂ ਜੀ ਨੇ ਬੁਲਾਇਆ ਤੇ ਰਾਤ ਵਾਲਾ ਪ੍ਰਸੰਗ ਗਾਉਣ ਦੀ ਫਰਮਾਇਸ਼ ਕੀਤੀ। ਉਹਨਾਂ ਵਿਚਾਰਿਆਂ ਨੇ ਕੱਚੇ ਜੇ ਹੋ ਕੇ ਹੱਥ ਜੋੜੇ ਮਹਾਰਾਜ ਤੁਸੀਂ ਤਾਂ ਕੋਈ ਪਹੁੰਚੇ ਹੋਏ ਬਲੀਪੀਰ ਲੱਗਦੇ ਹੋ ਉਹ ਤਾਂ ਸੰਸਾਰਿਕ ਇਸ਼ਕ ਮੁਸ਼ਕਿਲੀਆਂ ਗੱਲਾਂ ਹਨ। ਅਸੀਂ ਤੁਹਾਡੇ ਸਾਹਮਣੇ ਕਿਵੇਂ ਗਾ ਸਕਦੇ ਹਾਂ? ਗੁਰੂ ਜੀ ਨੇ ਸਮਝਾ ਕੇ ਪ੍ਰੇਰਕੇ ਉਹਨਾਂ ਨੂੰ ਨੀਚੇ ਝਕਲਾਈ ਤੇ ਉਹਨਾਂ ਤੋਂ ਹੀਰ ਸੁਣੀ ਕਹਿੰਦੇ ਹਨ ਇਹੋ ਘਟਨਾ ਉਹਨਾਂ ਨੇ ਬਾਅਦ ਵਿੱਚ ਹੀਰ ਲਿਖਣ ਵਾਸਤੇ ਪ੍ਰੇਰਣਾ ਬਣੀ। ਹੁਣ ਜਰਾ ਸਾਰੇ ਬੈਠੇ ਸੋਚਿਓ ਉਤੋਂ ਬਾਅਦ ਸਰਜੀਤ ਬਾਤਨ ਵਾਲੀ ਗੱਲ ਹੈ ਉਹ ਮੈਂ ਤੁਹਾਨੂੰ ਦੱਸਤੀ ਆ ਪੜ੍ਹ ਕੇ ਪੀ ਮਿੱਤਰ ਪਿਆਰੇ ਨੂੰ ਉਹ ਇਹ ਕਹਿ ਰਿ ਪੇ ਗੁਰੂ ਸਾਡਾ ਜਿਹਨੂੰ ਕਹਿੰਨੇ ਆ ਅਸੀਂ ਉਹ ਕੰਪਲੀਟ ਗੁਰੂ ਆ ਜਿਹੜਾ ਸਰਬ ਕਲਾ ਸਮਰਾਠ ਆਪਾਂ ਕਹ ਦਿੰਨੇ ਆ ਪੰਜਾਬੀ ਚ ਸਰਬ ਕਲਾ ਸਮਰਾਠ ਸਾਡਾ ਗੁਰੂ ਆ ਉਹ ਇੱਕ ਉਠਾ ਵਾਲਿਆਂ ਤੋਂ ਸੁਣ ਕੇ ਕਵਤਾ ਤੇ ਉਹ ਤੋਂ ਪ੍ਰੇਰਿਤ ਹੋ ਕੇ ਇਹ ਲਿਖ ਰਿਹਾ ਆ ਇਹਨਾਂ ਦੇ ਮੁਤਾਬਕ ਜਿਹੜੀਆਂ ਕਹਾਣੀਆਂ ਪਰਚੰਦ ਹੈ ਹਾਂਜੀ ਵੀਰ ਜੀ ਤੁਸੀਂ ਆਪਣੀ ਗੱਲ ਕਰੋ ਕੰਪਲੀਟ ਬਾਏ ਬੱਦ ਦਿਖਾਣਾ ਚਾਹੁੰਦਾ ਜੀ ਤੁਸੀਂ ਇਹ ਇਹ ਵੀ ਤਾਂ ਦੱਸੋ ਨਾ ਵੀ ਬਠਿੰਡੇ ਦੇ ਕਿਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਾਣਾ ਕੋਈ ਇਤਿਹਾਸਕਾਰ ਹੋਰ ਵੀ ਲਿਖਦਾ? ਇਹ ਇਹੀ ਲਿਖਦੇ ਆ ਜੀ ਬਸ ਇਹ ਇਦਾਂ ਹੀ ਕਹਾਣੀਆਂ ਪ੍ਰਚਲਿਤ ਹੋਣੀਆਂ ਨਾ ਇੱਕ ਨੇ ਤਾਂ ਇੱਕ ਨੇ ਤਾਂ ਝੂਠ ਮਾਰ ਦਿੱਤਾ ਆਪਣੇ ਕੋਲੇ ਜਿੰਨੀਆਂ ਵੀ ਕਹਾਣੀਆਂ ਆਉਂਦੀਆਂ ਅੱਜ ਤੱਕ ਹਿਸਟਰੀ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਦਾ ਮੈਂ ਤਾਂ ਕਦੇ ਨਹੀਂ ਪੜਿਆ ਵੀ ਬਠਿੰਡੇ ਦੇ ਕਿਲੇ 'ਚ ਉਹਨਾਂ ਦਾ ਉਤਾਰਾ ਸੀ। ਬਸ ਇਹ ਜਦੋਂ ਕਿਸੇ ਗੱਲ ਨੂੰ ਜਸਟੀਫਾਈ ਕਰਨਾ ਹੋਵੇ ਤਾਂ ਉਹਨੂੰ ਨਾਲ ਇੱਕ ਕਹਾਣੀ ਜੋੜਨੀ ਪੈਂਦੀ ਨਾ ਜਿਹਨੂੰ ਪੁਰਾਣੇ ਆਪਾਂ ਉਥਾਨਿਕਾ ਵੀ ਕਹਿ ਦਿੰਨੇ ਆ। ਜਦੋਂ ਇਹਨਾਂ ਨੇ ਗੁਰਬਾਣੀ ਦੇ ਅਰਥ ਕਰਨੇ ਹੁੰਦੇ ਸੀ ਨਾਲ ਇੱਕ ਕਹਾਣੀ ਜੋੜ ਲਈ ਜੋ ਸਮਝ ਨਹੀਂ ਆਈ ਇਦਾਂ ਹੀ ਇਹ ਕਹਾਣੀ ਜੋੜੀ ਹੈ ਇਹਨੂੰ ਅਖੀਰ ਰਾਂਝੇ ਦੇ ਚਰਿੱਤਰ ਨੂੰ ਜਸਟੀਫਾਈ ਕਰਨ ਵਾਸਤੇ ਹਾਂਜੀ ਚਲੋ ਗੁਰਦੁਆਰਾ ਬਣ ਜਾਣਾ ਜੀ ਕੋਈ ਖਾਸ ਸਬੂਤ ਨਹੀਂ ਹੁੰਦਾ ਤੁਸੀਂ ਤੁਹਾਡੇ ਸਾਹਮਣੇ ਤੇ ਮੇਰੇ ਸਾਹਮਣੇ ਵੀ ਜਿਹੜਾ ਆਪਣੇ ਦਰਾਹੇ ਦੇ ਕੋਲੇ ਮੰਜੀ ਸਾਹਿਬ ਗੁਰਦੁਆਰਾ 6 7 ਮੰਜ਼ਲਾ ਬਣਿਆ ਹਾਂਜੀ ਇਹਦੀ ਹਿਸਟਰੀ ਤੁਸੀਂ ਬਾਹਰ ਆਉਂਦੇ ਨੇ ਵੇਖੀ ਤੇ ਮੈਂ ਵੀ ਵੇਖੀ ਐ 1970-72 ਦੇ ਵਿੱਚ ਇੱਕ ਛੋਟੀ ਜੀ ਕੋਠੜੀ ਹੁੰਦੀ ਸੀ ਜਿਹੜਾ ਅੱਜ ਵਾਧਾ ਵਾਧਾ ਤੇ ਮੇਰੇ ਕੋਲ ਇੱਥੇ ਦਰਸ਼ਨ ਸਿੰਘ ਕਣਕਸ ਜੀ ਹੁਣੀ ਹੈਗੇ ਆ ਉਹ ਕਹਿੰਦੇ ਅਸੀਂ ਉੱਤੇ ਤਿੱਤਰ ਮਾਰ ਕੇ ਆਪਣੇ ਬਟੇਰੇ ਮਾਰ ਕੇ ਖਾਂਦੇ ਹੁੰਦੇ ਸੀ ਤੇ ਇੱਕ ਜੱਟ ਨੂੰ ਉਥੋਂ ਕੁਝ ਇੱਟਾਂ ਥੱਲੇ ਧਰਤੀ 'ਚ ਦਬੀਆਂ ਹੋਈਆਂ ਮਿਲੀਆਂ ਉਹਦੇ ਨਾਂ ਤੇ ਉਹਨਾਂ ਨੇ ਮਜੀ ਸਾਹ ਬਣਾਤਾ ਇਹ ਆਮ ਸਾਡੇ ਗੁਰਦੁਆਰਾ ਸਾਹਿਬਾਨ ਦੀ ਹਿਸਟਰੀ ਐ 100 ਦੇ ਨੇੜੇ ਤਕਰੀਬਨ ਤਕਰੀਬਨ ਸਾਡੇ ਕੋਲ ਗੁਰਦੁਆਰਾ ਸਾਹਿਬ ਇਹੋ ਜੇ ਬਣ ਚੁੱਕੇ ਆ ਚੋਰਮਾਰ ਤਿੱਤਰਸਾਰ ਦਾ ਤਨਸਾਰ ਕੋੜਾਸਾਰ ਪੌੜਸਾਰ ਇਹ ਇਦਾਂ ਦੀ ਗੱਲ ਹੈ ਕਿ ਇਨਾਂ ਨੂੰ ਸੀ ਇਤਿਹਾਸਕ ਸਬੂਤ ਨਹੀਂ ਮੰਨਦੇ ਚਲੋ ਆਪਾਂ ਗੱਲ ਰਾंजे ਦੇ ਚੈਪਟਰ ਤੇ ਚੱਲੀਏ ਉਤੋਂ ਮੈਂ ਬੇਨਤੀ ਕਰਾਂਗਾ ਸਰੋਤਾ ਜਨਾਂ ਨੂੰ ਪਹਿਲੀਆਂ 4 ਲਾਈਨਾਂ ਦੇ ਵਿੱਚ ਤੁਸੀਂ ਸੋਚਣਾ ਵੀ ਕਹਾਣੀ ਲਿਖਣ ਵਾਲਾ ਇੱਕ ਮੈਂ ਹੋਰ ਬੇਨਤੀ ਕਰ ਦਵਾ ਸਰੋਤਿਆਂ ਨੂੰ ਇਹ ਵੈਸੇ ਤਾਂ ਚਾਰੇ ਚਰਿੱਤਰ ਮੈਂ ਬਹੁਤ ਵਧੀਆ ਪੜੇ ਹੋਏ ਆ ਕੋਈ ਜ਼ਿਆਦਾ ਗਲਤ ਇਹਨਾਂ ਵਿੱਚ ਨਹੀਂ ਆ ਪਰ ਫਿਰ ਵੀ ਕਿਉਂਕਿ ਇਹ ਚਰਿੱਤਰ ਉਪਖਿਆਨ ਅਸੀਂ ਪੜ ਰਹੇ ਆ ਹੋ ਸਕਦਾ ਕੁਝ ਗੱਲਾਂ ਜਿਹੜੀਆਂ ਉਹ ਅਸ਼ਲੀਲ ਹੋਣ ਇਹਦੇ ਵਿੱਚ ਸੋ ਬੇਨਤੀ ਆ ਜੇ ਬੱਚੇ ਆ ਜਾਂ ਕੋਈ ਇਹਦੇ ਨਾਲ ਜਿਹੜਾ ਸੈਂਸਿਟਿਵ ਆ ਉਹ ਨਾ ਦੇਖੇ ਇਹ ਤੇ ਬੱਚਿਆਂ ਨੂੰ ਪਰੇ ਕਰ ਦਿਓ ਨਹੀਂ ਜੀ ਦੇਖਣ ਤਾਂ ਸਾਰਿਆਂ ਨੂੰ ਕੋਈ ਗੱਲ ਨਹੀਂ ਦੇਖਣ ਤੁਸੀਂ ਚਲੋ ਆਹ ਅਸੀਂ ਤਾਂ ਕਹਿੰਦੇ ਆ ਗੁਰੂ ਦੀ ਲਿਖੀ ਇਹ ਤਾਂ ਕਹਿੰਦੇ ਗੁਰੂ ਦੀ ਲਿਖੀ ਹੋਈ ਹੈ ਜੀ ਤੁਹਾਡੇ ਜੇ ਗੁਰੂ ਦਾ ਲਿਖਿਆ ਤਾਂ ਦੇਖੋ ਹਾਂਜੀ ਨਹੀਂ ਤਾਂ ਦੇਖ ਕੇ ਰਿਜੈਕਟ ਕਰੋ ਬਿਲਕੁਲ ਆਪਾਂ ਨੂੰ ਬੇਨਤੀ ਕਰਨ ਦੀ ਲੋੜ ਨਹੀਂ ਕਿਨੇ ਦੇਖਣਾ ਕਿਨੇ ਨਹੀਂ ਦੇਖਣਾ ਚੱਲ ਹਣ ਦੋ ਤੁਸੀਂ ਸਿੱਧਾ ਜਦੋਂ ਆਪਾਂ ਪ੍ਰਸਾਰਣ ਕਰਨੇ ਆ ਫਿਰ ਰੁਕਣਾ ਨਹੀਂ ਆ ਕਿਸੇ ਨੂੰ ਲੇਕਣ ਤੋਂ ਠੀਕ ਹੈ ਜੀ ਇਹ ਲੀਆਂ ਦੋ ਲਾਈਨਾਂ ਜੀ ਚੰਦਰ ਚੰਦਰਪਗਾ ਸ੍ਰੇਤਾ ਨਿਕਟ ਰਾਜਨ ਨਾਮਾ ਜਾਟ ਜੋ ਅਬਲਾ ਨਿਰਖੈ ਤੇ ਸੇ ਜਾਤ ਸਦਨ ਪਰਖਾਟ ਹਾਂਜੀ ਚੰਦਰਪਗਾਟ ਕੋਈ ਚਨਾਵ ਨਦੀ ਦਾ ਨਾਮ ਰੱਖਿਆ ਹੋਇਆ ਹੈ ਨਦੀ ਦੇ ਕੰਢੇ ਰਾਂਝਾ ਜੱਟ ਰਹਿੰਦਾ ਹੈ ਤੇ ਜਿਹੜੀ ਵੀ ਅਬਲਾ ਉਹਨੂੰ ਵੇਖਦੀ ਹੈ ਉਹ ਘਰ ਆ ਜਾਂਦੇ ਮੰਝੇ ਤੇ ਉਤੇ ਪੈ ਜਾਂਦੀ ਵੀ ਉਹਨੂੰ ਪ੍ਰੇਮ ਦੇ ਜਿਹਾ ਇਸ਼ਕ ਦੇ ਤੀਰ ਵੱਜਦੇ ਆ। ਲੋ ਜੀ ਇਹ ਗੁਰੂ ਗੋਬਿੰਦ ਸਿੰਘ ਲਿਖ ਰਿਹਾ ਹੈ ਇਸ਼ਕ ਦੀਆਂ ਇਸ਼ਕ ਮੁਸ਼ਦੀਆਂ ਗੱਲਾਂ। ਹੁਣ ਅੱਗੇ ਨਾਲ ਹੀ ਅੱਗੇ ਆ ਜਾਣਾ ਹੈ। ਮੋਹਤ ਚੋਪਈਆ ਨੈਣ ਨਿਹਾਰੇ ਜਨ ਸਾਖ ਪਸਾਇਕ ਕੇ ਮਾਰੇ ਚਿਤ ਮੈਂ ਅਦਕਰੀ ਕਹਿ ਰਹਾ ਰਾਜਨ ਰਾਜਨ ਮੁਖ ਤੇ ਕਹਿਆ ਉnder ਬਾਬਾ ਨੂੰ ਬਹੁਤੀ ਕੋਈ ਐਕਸਪਲੇਨ ਕਰਨ ਦੀ ਲੋੜ ਨਹੀਂ ਵੀ ਉਹ ਉਹਦੇ ਇਸ਼ਕ ਚ ਅੰਨੀਆਂ ਹੀ ਹੋ ਜਾਂਦੀਆਂ ਹਮ ਕਿ ਉਹਨੂੰ ਰਾਂਝਣ ਰਾਂਝਣ ਕਰਦੀਆਂ ਨੇ ਹੁਣ ਸਾਰੀਆਂ ਔਰਤਾਂ ਇਦਾਂ ਦੀਆਂ ਨਹੀਂ ਹੁੰਦੀਆਂ ਔਰ ਸਾਰੇ ਬੰਦੇ ਇਦਾਂ ਦੇ ਨਹੀਂ ਹੁੰਦੇ ਵੀ ਕਿਸੇ ਔਰਤ ਨੂੰ ਵੇਖ ਕੇ ਔਰਤ ਦਾ ਨਾਮ ਲੈ ਕੇ ਮਤਲਬ ਸਾਰੀ ਦਿਹਾੜੀ ਇਦਾਂ ਹੀ ਕਰਦੇ ਰਹਿਣ ਇਹ ਉਹ ਕਹਿੰਦੇ ਨਾ ਰਾਂਝਣ ਰਾਂਝਣ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਇਹ ਇੱਥੋਂ ਹੀ ਆ ਜੀ ਰਾਂਝਣ ਰਾਂਝਣ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਉਹ ਇੱਥੋਂ ਹੀ ਆ ਉੱਤੇ ਵੀ ਲਿਖਿਆ ਹਾਂਜੀ ਸੋ ਕਰਮ ਕਰਮ ਕਾਲ ਤਾਂ ਐਸੋ ਪਾਇਓ ਤੋਨੋ ਤੈਨੂੰ ਤੋਨੇ ਦੇਸ ਕਾਲ ਪਰ ਗਇਓ ਕੋਈ ਇਹੋ ਜੀ ਮਤਲਬ ਜਦੋਂ ਉਹਨਾਂ ਵੇਲੇ ਚ ਖੇਤੀਬਾੜੀ ਦਾ ਕੋਈ ਸਾਧਨ ਤਾਂ ਹੁੰਦਾ ਨਹੀਂ ਸੀ ਜੀ ਤੇ ਉਹ ਕਹਿੰਦਾ ਵੀ ਕਾਲ ਪੈ ਗਿਆ ਐਸਾ ਸਾਧਨ ਹੋਇਆ ਸਾਧਨ ਕੀ ਹੋਇਆ ਵੀ ਬਰਖਾ ਨਹੀਂ ਹੋਈ ਬਰਖਾ ਨਹੀਂ ਹੋਈ ਕਾਲ ਪੈ ਗਿਆ ਜਿਆ ਨਾ ਕੋ ਨਾਰੇ ਬਚੋ ਨਗਰ ਮੈਂ ਸੋ ਉਬਰਿਓ ਜਾਕੇ ਤਨ ਕਰਮੈਂ ਕਾਲ ਇਹੋ ਜੀ ਕਿ ਕੋਈ ਪਿੰਡ ਦੇ ਵਿੱਚ ਨਗਰ ਹੁੰਦਾ ਪਿੰਡ ਪਿੰਡ ਚ ਕੋਈ ਬਚਿਆ ਹੀ ਨਹੀਂ ਤੇ ਉਹ ਬਚਿਆ ਜਿਨ੍ਹਾਂ ਦੇ ਘਰੇ ਧਨ ਸੀਗਾ ਹੂੰ ਤੁਸੀਂ ਦੇਖਣਾ ਇੱਥੋਂ ਕਿੰਨਾ ਮੋੜ ਲੈਂਦਾ ਹੈ ਚਿਤਰਦੇਵ ਇੱਕ ਰਾਣ ਨਗਰ ਮੈਂ ਰਾਜਾ ਇਕਪੂਤ ਤੈ ਘਰ ਮੈਂ ਇੱਕ ਰਾਣੀ ਹੈ ਉਹ ਨਗਰ ਚ ਚਿਤਰਦੇਵੀ ਨਾਮ ਦੀ ਇੱਕ ਰਾਣੀ ਸੀ ਇੰਨਾ ਤਾਂ ਕਹਿ ਕੇ ਪਹਿਲੀਆਂ ਪੰਕਤੀਆਂ ਚ ਕਹਿ ਗਿਆ ਵੀ ਉੱਥੇ ਜੱਟ ਰਹਿੰਦਾ ਹੈ ਹੁਣ ਉਹਨੂੰ ਰਾਣੀ ਦੇ ਘਰੇ ਲਿਆਂਦਾ ਹੈ ਮਤਲਬ ਇਸ ਇਹ ਗੱਲ ਮੈਂ ਤੁਹਾਡੇ ਸਾਹਮਣੇ ਤਾਂ ਲਿਆਂਦੀ ਐ ਬਕਾਇਦਾ ਕਿ ਤੁਸੀਂ ਵੇਖੋ ਲਖਾਰੀ ਦੀ ਮਾਨਸਿਕਤਾ ਕੀ ਉਹਨੂੰ ਇਹ ਨਹੀਂ ਪਤਾ ਪਹਿਲਾਂ ਦੋ ਲਾਈਨਾਂ ਦੇ ਵਿੱਚ ਉਹ ਕੀ ਲਿਖ ਕੇ ਗਿਆ ਤੇ ਹੁਣ ਉਹਨੂੰ ਰਾਣੀ ਦਾ ਪੁੱਤਰ ਬਣਾਤਾ ਪਹਿਲਾਂ ਇੱਕ ਜੱਟ ਰਹਿੰਦਾ ਵਿਖਾਇਆ ਆਪਣੇ ਚਨਾਬ ਨਦੀ ਦੇ ਕੰਢੇ ਤੇ ਹੁਣ ਰਾਜਾ ਏਕਪੂਤ ਦਾ ਕਰਮ ਹੈ ਇਹ ਕਿਸ ਤਰ੍ਹਾਂ ਗੱਲ ਹੋ ਗਈ ਜੋ ਜੇ 6 ਲਾਈਨਾਂ ਦੇ ਬਾਅਦ ਆਪਾਂ 4 ਲਾਈਨਾਂ ਦੇ ਬਾਅਦ ਹੀ ਝੂਠ ਪਾਣੀ ਵਿੱਚ ਮਾਰਨ ਲੱਗ ਪਿਆ ਤਾਂਕਿ ਔਰ ਨਾ ਬਚੋ ਕੋਈ ਮਾਏ ਪੁੱਤ ਵਾ ਬਚਾ ਦੋਈ ਉੱਥੇ ਕੋਈ ਹੋਰ ਬੰਦਾ ਬਚਾਇ ਨਹੀਂ ਮਾਂ ਤੇ ਪੁੱਤ ਦੋਨੋਂ ਉਹੀ ਬਚ ਗਏ ਮੈਂ ਹੈਰਾਨ ਆ ਜੀ ਮੈਂ ਥੋੜਾ ਜਿਹਾ ਮੈਂ ਧਿਆਨ ਨਾ ਪੜਿਆ ਕਰਕੇ ਤੁਹਾਡੇ ਨੋਟਿਸ 'ਚ ਲਿਆਉਣਾ ਬਈ ਪਹਿਲੀਆਂ ਜਿਹੜੀਆਂ ਜਿੱਥੋਂ ਇਹ ਚਰਿੱਤਰ ਸ਼ੁਰੂ ਹੁੰਦਾ ਹੈ ਉੱਥੇ ਹੀ ਤਾਂ ਕਹਿ ਰਿਹਾ ਹੈ ਵੀ ਚਨਾਬ ਕੰਡੀ ਦੇ ਨਦੀ ਦੇ ਕੰਢੇ ਤੇ ਰਾਜਾ ਨਾਂ ਦਾ ਜੱਟ ਰਹਿੰਦਾ ਤੇ ਹੁਣ ਉਸੇ ਹੀ ਪਿੰਡ ਦੇ ਵਿੱਚ ਇੱਕ ਔਰਤ ਦਾ ਪੁੱਤ ਵਿਖਾਤਾ ਜਿਹੜੀ ਰਾਣੀ ਆ ਉਸ ਪਿੰਡ ਦੀ ਪਿੰਡਾਂ ਦੀਆਂ ਰਾਣੀਆਂ ਨਹੀਂ ਹੁੰਦੀਆਂ ਪਿੰਡਾਂ ਦੇ ਵਿੱਚ ਮੋਤਵਾਰ ਸੱਜਣ ਤਾਂ ਹੁੰਦੇ ਆ ਰਾਜੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਆ ਮੇਰੀ ਆਪਣੀ ਤਹਿਸੀਲ ਦੇ ਵਿੱਚ ਸਾਰਾ ਇੱਕ ਰਾਜਾ ਸੀ ਫਰੀਦਕੋਟਿਆ ਇਸੇ ਤਰ੍ਹਾਂ ਹੀ ਪਟਿਆਲੇ ਵਾਲੇ ਜੀਂਦਾਲੇ ਇਹ ਫੂਲਕੀਆਂ ਰਹਿਸਾਂ ਗਿਣੀਆਂ ਜਾਂਦੀਆਂ ਪਰ ਘਟੋ ਘਟ 30 30 40 40 ਪਿੰਡ ਇੱਕ ਦੇ ਅੰਡਰ ਹੁੰਦੇ ਆ ਤੇ ਤਾਂ ਕਿਤੇ ਉਹ ਰਾਜਾ ਕਹਾਉਂਦਾ ਹੈ ਉਹ ਜੀ ਇਹਨੇ ਜਸਟੀਫਾਈ ਕਰ ਦੇਣਾ ਵੀ ਇਹਨੂੰ ਵੇਚਤਾ ਜੱਟ ਕੋਲ ਰਾਣੀ ਨੇ ਅੱਗੇ ਜਾ ਕੇ ਇਹਨੇ ਕਰ ਦੇਣਾ ਜਸਟੀਫਾਈ ਰਾਈਟਰ ਨੇ ਆ ਉਹ ਜਾਂਤਾ ਹੈ ਜਾਂਤਾ ਹੈ ਇਦਾਂ ਕਰਦਾ ਵੀ ਉਹ ਜੱਟ ਨੂੰ ਕਿਸੇ ਨੇ ਰਾਣੀ ਕੋਲ ਵੇਚਦਾ ਪਰ ਹੁਣ ਗੱਲ ਚ ਲਾ ਕੇ ਬਾਅਦ ਚ ਕਹੇਗਾ ਇਹ ਸਗੋਂ ਇੱਕ ਲਖਾਰੀ ਦੀ ਮਾਨਸਿਕਤਾ ਦਾ ਹੋਰ ਨਕੰਮਾ ਕੰਮ ਹੈ ਸਮਝ ਬਿਲਕੁਲ ਬਿਲਕੁਲ ਜੋ ਬਾਅਦ ਚ ਲੈ ਕੇ ਆਉਂਦਾ ਹੈ ਹਾਂਜੀ ਕਹਾਣੀ ਤਾਂ ਇੱਕ ਇੱਕ ਲੜੀ ਚ ਚੱਲਣੀ ਚਾਹੀਦੀ ਹੈ ਨਾ ਕਿ ਝੂਠ ਮਾਰ ਕੇ ਫਿਰ ਉਹਨੂੰ ਮੈਂ ਹੁਣ ਵੀ ਮੈਨੂੰ ਲੱਗਿਆ ਵੀ ਇਹ ਇਹ ਤਾਂ ਮੈਂ ਗਲਤ ਲਿਖ ਗਿਆ ਚਲੋ ਮੈਂ ਹੁਣ ਉਹ ਆਪਣੇ ਰਾਣੀ ਕੋਲੇ ਵੇਚ ਦੇਵਾਂ ਹਾਂ ਬਿਲਕੁਲ ਬਾਹਰ ਹੋ ਗਈ ਅਸੀਂ ਮੈਂ ਵੀ ਲਿਖਦਾ ਹਾਂ ਜੀ ਦੋ ਤਿੰਨ ਪੇਜ ਦੇ ਵਿੱਚ ਜੇ ਮੈਂ ਗੱਲ ਆਪਣੀ ਲੜੀਵਾਰ ਨਹੀਂ ਚਲਾਵਾਂਗਾ ਸਰੋਤਾ ਜਾਨੀ ਪੜਨਗੇ ਹੀ ਨਹੀਂ ਬਿਲਕੁਲ ਉਹਨੂੰ ਉਹਨੂੰ ਮਤਲਬ ਐਸੇ ਸੀਕੁਐਂਸ ਵਿੱਚ ਗਾਂ ਤੋੜਨਾ ਪੈਂਦਾ ਹੈ ਕਿ ਜਿਹੜੀ ਗੱਲ ਮੈਂ ਸ਼ੁਰੂ ਚ ਕੀਤੀ ਹੈ ਉਹ ਉਹਦੀ ਲੜੀ ਟੁੱਟ ਨਾ ਜਾਵੇ ਕਿਧਰੇ ਵੀ ਬਿਲਕੁਲ ਹਾਂਜੀ ਅ ਉਹਦੇ ਪਿੰਡ ਚ ਕੋਈ ਬਚਿਆ ਨਹੀਂ ਅ ਰਣੀਆਂ ਭੁੱਖ ਅਧਿਕਤ ਜਦ ਜਾਗੀ ਤਾਂ ਕੋ ਵਿੱਚ ਮੇਖਲਾ ਸਾਜੀ ਨਿਤ ਪੀਸਨ ਪਰ ਦਵਾਰੇ ਜਾਵੇ ਝੂਠ ਝੂਠ ਚੌਂਕਾ ਚੁਣਖਾਵੇ ਲੋ ਜੀ ਰਾਣੀ ਦਾ ਹੁਣ ਕੀ ਹੋ ਗਿਆ ਬਈ ਉਹ ਮਨੁ ਵੈ ਇੰਨੀ ਉਹ ਭੁੱਖ ਤੋਂ ਤੰਗ ਆ ਗਈ ਹੈ ਕਿ ਕਿਸੇ ਦੇ ਘਰੇ ਪੀ ਨਹੀਂ ਜਾਂਦੀ ਹੈ ਕਿਸੇ ਤੇ ਕਰੋ ਉਹ ਚੌਂਕੇ ਤੋਂ ਝੂਠਾ ਚੁੱਕ ਚੁੱਕ ਕੇ ਖਾਂਦੀ ਹੈ ਹੁਣੇ ਤਾਂ ਉਹਨੇ ਔਰਤ ਨੂੰ ਰਾਣੀ ਕਿਹਾ ਹੂੰ ਰਾਣੀ ਹਾਂ ਜੇ ਨੂੰ ਜਟਕਿਆ ਹੁਣ ਉਹ ਵੀ ਭੁੱਖਾ ਮਰਨ ਲੱਗ ਗਈ ਪਹਿਲਾਂ ਕਹਿੰਦਾ ਉਹ ਬਚ ਗਏ ਜਿਨ੍ਹਾਂ ਦੇ ਘਰੇ ਪੈਸੇ ਆ ਹੁਣ ਰਾਣੀ ਇਹ ਤਾਂ ਉਹ ਰਾਣੀ ਤੋਂ ਭੀਖ ਮੰਗਾ ਨਹੀਂ ਜੜੀਏ ਕੀ ਕੀਤਾ ਤਕਦੀਰ ਇਹ ਮੋਹਨ ਸਿੰਘ ਰੋਟੀਆਂ ਵਾਲੇ ਦਾ ਮੈਨੂੰ ਆ ਗਿਆ ਰਿਕਾਰਡ ਯਾਦ ਦੂਜੀ ਗੱਲ ਦੂਜੀ ਗੱਲ ਬੀਤ ਜਿਓ ਇੱਥੇ ਆ ਵੀ ਕਹਿੰਦਾ ਸਾਰੇ ਹੀ ਮਰ ਗਏ ਉਹ ਦੋ ਹੀ ਬਚੇ ਤੇ ਹੁਣ ਭੀਖ ਕਿਹਦੇ ਘਰੋਂ ਮੰਗ ਰਹੀ ਏ ਜਾ ਕੇ ਇਸੇ ਪੋਲਟਿਕ ਮੈਮੋਰੀਆ ਤੁਸੀਂ ਚੰਗਾ ਕੀਤਾ ਇਹਨੂੰ ਇਹਨੂੰ ਤੁਸੀਂ ਇਸ ਤਰ੍ਹਾਂ ਵਿਚਾਰੋਗੇ ਨਾ ਬੇਸ਼ੱਕ ਆਪਾਂ ਨੂੰ ਕਿੰਨੇ ਦਿਨ ਮਰਜ਼ੀ ਲੱਗਣ ਇੱਕ ਇੱਕ ਚਰਿੱਤਰ ਨੂੰ ਚੰਗੀ ਤਰ੍ਹਾਂ ਚਾਰ ਚੀਰ ਫਾੜ ਕਰਕੇ ਵੇਖਾਂਗੇ ਤੇ ਝੂਠ ਬਿਲਕੁਲ ਇਸ ਲਖਾਰੀ ਦੀ ਮਾਨਸਿਕਤਾ ਹੁਣ ਜਾਂ 2-4 ਮਿੰਟ ਬਾਅਦ ਆਪਾਂ ਪੜ੍ਹਨਾ ਹੈ ਇਹ ਲੋਕਾਂ ਦਾ ਇਹ ਕਹਿੰਦਾ ਮੈਂ ਲੋਕਾਂ ਨੂੰ ਪ੍ਰਸੰਨ ਕਰਕੇ ਹਿਰਦਾ ਰਜਾਉਂਦਾ ਮਤਲਬ ਹੁੰਦਾ ਲੋਕਾਂ ਨੂੰ ਪ੍ਰਸੰਨ ਕਰਨ ਵਾਸਤੇ ਲਿਖ ਰਿਹਾ ਗੁਰੂ ਸਾਹਿਬ ਲੋਕਾਂ ਨੂੰ ਪ੍ਰਸੰਨ ਕਰਨ ਵਾਸਤੇ ਕੁਝ ਨਹੀਂ ਲਿਖਦੇ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਕਿਸੇ ਨੇ ਲਿਖਿਆ ਤੇ ਨਾ ਦਸਵੇਂ ਬਾਦਸ਼ਾਹ ਨੇ ਲਿਖਿਆ ਲੋਕਾਂ ਦੀ ਪੀੜਾ ਨੂੰ ਆਪਣੇ ਦਿਲ ਦੀ ਪੀੜਾ ਬਣਾ ਕੇ ਉਹਨਾਂ ਨੇ ਲੋਕਾਂ ਦੇ ਹੱਥਾਂ 'ਚ ਖੰਡੇ ਫੜਾਏ ਤੇ ਤਾਂ ਜਾ ਕੇ ਕਿਤੇ ਉਸ ਲਹਿਰ ਦਾ ਸਿਖਰ ਜਿਹੜਾ ਸੀ ਸਾਨੂੰ ਬੰਦਾ ਸਿੰਘ ਬਹਾਦਰ ਵੇਲੇ ਦਿਸਿਆ ਇਹ ਖੰਡੇ ਬਾਹਰੋਂ ਨਹੀਂ ਨਿਕਲੇ ਇਹ ਖੰਡੇ ਮੈਂ ਫਿਰ ਅਜ ਕਿਸ਼ਨ ਸਿੰਘ ਦਿੱਲੀ ਵਾਲਿਆਂ ਨੂੰ ਪ੍ਰੋਫੈਸਰ ਨੂੰ ਕੋਟ ਕਰ ਦੇਵਾਂ ਕਹਿੰਦਾ ਜਿਹੜਾ ਗੁਰਬਾਣੀ ਦੇ ਅਰਥ ਕਰਦਾ ਤੇ ਖੰਡੇ ਕਰਪਾਨਾ ਖੜਕਦੇ ਨਹੀਂ ਦਿਖਾਉਂਦਾ ਉਹ ਗੁਰਬਾਣੀ ਦੇ ਅਰਥ ਠੀਕ ਨਹੀਂ ਕਰ ਰਿਹਾ ਕਿਉਂਕਿ ਇਹ ਸਾਰੀ ਦੀ ਸਾਰੀ ਜਿਹੜੀ ਉਸਾਰੀ ਆ ਗੁਰੂ ਨਾਨਕ ਸਾਹਿਬ ਕਰਦੇ ਆ ਨੀ ਇਸ ਮਹਿਲ ਦੀ ਨਹੀਂ ਗੁਰੂ ਨਾਨਕ ਸਾਹਿਬ ਨੇ ਰੱਖੀ ਆ ਤੇ ਉਹਦੇ ਵਿੱਚੋਂ ਹੀ ਸਾਰਾ ਕੁਝ ਬਾਹਰ ਉੱਭਰ ਕੇ ਆਉਂਦਾ ਹਾਂ ਹਾਂਜੀ ਤਾਂ ਇੱਕ ਰਾਂਝਾ ਹੀ ਉਭਰਿਓ ਹੁਣ ਰਾਂਝਾ ਬਾਤ ਗਿਆ ਔਰ ਲੋਕ ਸਭ ਤਹਿ ਕੋ ਮਰਿਓ ਰਾਜਾ जाट हेत ਤਿੰਨ ਪਾਰਿਓ ਪੂਤ ਭਾਵਤੇ ਤਾਹੇ ਸਮਾਰ ਜੜਾਇਓ ਲੋ ਜੀ ਰਾਜਾ ਬਚਿਆ ਸੀ ਹੋਰ ਸਾਰੇ ਲੋਕ ਮਰ ਗਏ ਰਾਜੇ ਨੂੰ ਖਰੀਦਣ ਵਾਲੇ जाट ਨੇ हेत ਨਾਲ ਪਾਲਿਆ ਤੇ ਪੁੱਤਰਾ ਪਕ ਜਵਾਇਆ ਨਾਲ ਤਾਂ ਇਹ ਕਹਿ ਰਿਹਾ ਵੀ ਉੱਤੇ ਬਚਿਆ ਕੋਈ ਨਹੀਂ ਤੇ ਨਾਲੇ ਇਹ ਕਹਿ ਰਿਹਾ ਵੀ ਇੱਕ ਜੱਟ ਬਚ ਗਿਆ ਹੁਣ ਜੱਟ ਰਾਜਾ ਪਹਿਲਾਂ ਵੀ ਜੱਟ ਹੁਣ ਫੇਰ ਜੱਟ ਨੂੰ ਨੇ ਜੱਟ ਨੇ ਜੱਟ ਨੂੰ ਫਰੀਕ ਲਿਆ ਰਾਣੀ ਵਿੱਚ ਲਿਆਉਣ ਦੀ ਲੋੜ ਹੀ ਨਹੀਂ ਸੀ ਜਦੋਂ ਕਿ ਜਿਹੜੇ ਜਿਹੜੇ ਬਾਕੀ ਦੇ ਕਿਸਾਨ ਆਕਰ ਹੈਗੇ ਆ ਉਹਨਾਂ ਨੇ ਪੜਾਈ ਕਹਾਣੀ ਇਧਰ ਨਹੀਂ ਲਿਖੀ ਹਾਂਜੀ ਤੁਸੀਂ ਕੁਝ ਕਹਿ ਰਹੇ ਜੀ ਨਹੀਂ ਨਹੀਂ ਬਸ ਇਹੀ ਮੈਂ ਕਹਾਂ ਇਹ ਉਹ ਹੋਰ ਕਿਸੇ ਨੇ ਨਹੀਂ ਲਿਖਿਆ ਇਸੇ ਚੀਜ਼ ਹੀ ਹੁੰਦਾ ਇਦਾਂ ਇੱਕ ਕਹਾਣੀ ਜਿਹੜੀ ਰਾਣੀ ਵਾਲੀ ਚਾਰੋਂ ਚਤਰ ਜੀ ਮੈਂ ਕੱਲ ਵੀ ਪੜੇ ਆ ਅੱਜ ਸਵੇਰੇ ਵੀ ਪੜੇ ਹੁਣ ਤੁਹਾਡੇ ਨਾਲ ਹੀ ਪੜਾਂਗਾ ਮੈਨੂੰ ਉਹਨਾਂ ਚੋਂ ਕਾਹਬ ਕਿੱਸਾ ਜਿਹੜਾ ਕਵਤਾ ਰੂਪ ਚ ਲਿਖਣ ਵਾਲਾ ਜਿਹੜਾ ਕਿੱਸਾ ਹੈਗਾ ਇਹਦੇ ਵਿੱਚ ਮਤਲਬ ਮੈਨੂੰ ਕੋਈ ਦਿਲ ਨੂੰ ਟੁੰਬਣ ਵਾਲੀ ਗੱਲ ਨਹੀਂ ਲੱਭੀ ਵੀ ਇਹ ਕਵਤਾ ਵੀ ਕੋਈ ਅੱਛੀ ਹੈਗੀ ਹੈ ਹੂੰ ਚਲੋ ਪੂਤ ਜਾਟਕੋ ਕੋ ਸਭ ਕੋ ਜਾਨਾ ਤਿਸਤੇ ਕੋ ਨਾ ਰਹੋ ਪਛਾਨਾ ਐਸੇ ਕਾਲ ਬੀਤ ਕਹਿ ਗਇਓ ਤਾ ਮੈਂ ਮਦਨ ਦਮਾਮਾ ਦਇਓ ਕੋ ਜਾਟ ਤੋਂ ਜੱਟ ਨੂੰ ਜਟਾ ਨੇ ਮਤਲਬ ਪਛਾਣ ਲਿਆ ਤੇ ਕੋਈ ਇਹੋ ਜਾਨਾ ਨਹੀਂ ਰਿਹਾ ਵੀ ਜਿਹੜਾ ਨਹੀਂ ਪਛਾਣਦਾ ਇਸ ਤਰ੍ਹਾਂ ਸਮਾਂ ਬੀਤ ਗਿਆ ਤੇ ਕਾਮਦੇਵ ਨੇ ਨਗਾਰਾ ਵਜਾਤਾ ਲੋ ਜੀ ਹੁਣ ਹੁਣ ਚੱਲਣੀ ਆ ਅਸਲ 'ਚ ਜਿਹੜੀ 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 ਤੁਸੀਂ ਕਿਹਾ ਸੀ ਵੀ ਇਹਦੇ 'ਚ ਸ਼ਾਇਦ ਕੋਈ ਗੱਲ ਹੋਵੇ ਜਿਹੜੀ ਆਪਣੀ ਕਿਸੇ ਨੇ ਨਾਂ ਦੇਖਣੀ ਹੋਵੇ ਛੱਡ ਦਿਓ ਪਰ ਕਾਮ ਸਾਰਿਆਂ ਵਿੱਚ ਹੈਗਾ ਪਰ ਇੱਥੇ ਇਹਦੇ ਵਿੱਚ ਕੀ ਇਹੋ ਜਿਹਾ ਫਾਲਤੂ ਜੀ ਗੱਲ ਆ ਜਾਂਦੀ ਹੈ ਕਹਿੰਦੇ ਹੁਣ ਤਾਂ ਮੈਂ ਮਦਨ ਦਾ ਮਾਮਾ ਦੇਉ ਹੁਣ ਕਾਮ ਨੇ ਆਕੇ ਇਹਦੇ 'ਚ ਨਗਾਰਾ ਵਜਦਾ ਮੈਖੀ ਚਾਰ ਨੇਤਰ ਗ੍ਰਹਿ ਆਵਾ ਰਾਂਝਾ ਆਪਣੂ ਨਾਮ ਸਦਾਵਾ ਪੂਤ ਜਾਟ ਕੋ ਤੈ ਸਮਝਾਣਾ ਹੈ Rajput ਕੋ Rajput ਕੈ ਕੋ ਪਹਿਚਾਨਣਾ ਹੈ ਉਹਨਾਂ ਨੂੰ Rajput ਵੀ ਬਣਾਤਾ ਜਸਤ ਤੋਂ ਬਾਅਦ Rajput ਬਣ ਗਿਆ ਹੋਾ ਹਾਂ Rajput ਤੋਂ ਬਗੈਰ ਉਹ ਜੱਟ ਜਿਹੜੇ Rajput ਹਨ ਜੋ ਉਸ ਸਮੇਂ ਦੇ ਲੜਾਈ ਲੜਨ ਵਾਲੇ ਲੋਕ ਹੈ ਤੇ ਉਹ ਇਹਨਾਂ ਨੇ ਨਾਲ ਉਹਨੂੰ ਬਣਾਉਣਾ ਹੀ ਹੈ ਹੋ ਸਕਦਾ ਹੈ ਵੀ ਇਹ Rajputਾ Rajasthan ਦੇ ਹੋਣ ਤੇ ਇਧਰ ਆਪਣੇ ਜਿਹੜਾ ਆਪਣਾ ਵੈਸਟ ਪੰਜਾਬ ਹੈਗਾ ਜਿੱਥੇ ਇਹ ਚਨਾਬ ਦੇ ਕੰਡੇ ਰਾਜੇ ਹੋਣੀ ਹੋਏ ਉੱਤੇ ਕੋਈ Rajput ਉਸ ਵੇਲੇ ਹੋਵੇ ਹੀ ਨਾ ਮ ਹਾਂ ਕਿ ਮੈਂ ਹੁਣ ਕਹਿੰਦਾ ਇਤੀ ਬਾਤ ਰਾਝਾ ਕੀ ਕਹੀ ਆਬ ਚਲ ਬਾਤ ਹੀਰ ਪੈ ਗਈ ਆ ਕਹਿੰਦਾ ਹੁਣ ਹੀਰ ਦੀ ਮੈਂ ਗੱਲ ਕਰਨ ਲੱਗਾ ਐਨੀ ਗੱਲ ਮੈਂ ਰਾਝੇ ਬਾਰੇ ਕਰਨੀ ਸੀ ਤੁਮ ਕੋ ਤਾਂ ਕੀ ਕਥਾ ਸੁਣਾਉ ਤਾਂ ਤੇ ਤੁਮਰੋ ਹਿਰਦਾ ਸਿਰਾਉ ਐਗ ਨੋਟ ਕਰੋ ਜੀ ਗੱਲ ਐ ਮੈਂ ਤੁਹਾਨੂੰ ਕਥਾ ਸੁਣਾਉਣ ਲੱਗਾ ਤੇ ਹੁਣ ਮੈਂ ਇਹ ਕਥਾ ਸੁਣਾ ਕੇ ਤੁਹਾਡੇ ਹਿਰਦੇ ਪ੍ਰਸੰਨ ਕਰਨ ਲੱਗਾ ਪ੍ਰਸੰਨ ਹਾਂ ਉਹਨਾਂ ਨੇ ਵੀ ਅਰਥ ਇਹ ਹੀ ਕਿਹਾ ਜਿਸ ਕਰਕੇ ਤੁਹਾਡਾ ਮਨ ਪ੍ਰਸੰਨ ਕਰਦਾ ਹਾਂ ਮਨ ਪਰਸਾਨ ਕਰਨਾ ਕਿਹਦਾ ਕੰਮ ਹੁੰਦਾ ਜੀ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਐ ਮੈਂ ਵੀ ਪਿੰਡਾਂ ਦਾ ਰਹਿਣ ਵਾਲਾ ਬੰਦਾ ਹਾਂ ਜਿਹੜੇ ਮਰਾਸੀ ਆਂਦੇ ਸੀ ਨਾ ਪਿੰਡਾਂ 'ਚ ਹਾਂਜੀ ਉਹ ਲੋਕਾਂ ਨੂੰ ਹੱਸੇ ਮੁਖੌਲ ਸੁਣਾ ਕੇ ਪਰਸਾਨ ਕਰਕੇ ਥੋੜਾ ਬਹੁਤਾ ਪੈਸਾ ਕਮਾਉਣਾ ਚਾਹੁੰਦੇ ਸੀ ਬਿਲਕੁਲ ਇਹ ਮਾਨਸਿਕਤਾ ਹੁੰਦੀ ਐ ਜਿਹੜਾ ਬੰਦਾ ਲੋਕਾਂ ਨੂੰ ਹੁਸਾ ਕੇ ਪੈਸੇ ਕਮਾਉਣਾ ਚਾਹੁੰਦਾ ਉਹ ਮਰਾਸੀਆਂ ਵਾਲੀ ਮਾਨਸਿਕਤਾ ਐ ਬਿਲਕੁਲ ਇੱਕ ਚੀਜ਼ ਮੈਂ ਹੋਰ ਐਡ ਕਰ ਦਵਾਂ ਇੱਥੇ ਅ ਕਾਲਜ ਟਾਈਮ ਦੇ ਉੱਤੇ ਨਾ ਜਦੋਂ ਆਪਾਂ ਬੁੱਕ ਸਟੋਰ ਤੇ ਜਾਂਦੇ ਆ ਤੇ ਉੱਥੇ ਕੁਝ ਕਿਤਾਬਾਂ ਹੁੰਦੀਆਂ ਜਿਹੜੀ ਮਨ ਪ੍ਰਸੰਨ ਕਰਨ ਵਾਲੀਆਂ ਉੱਤੇ ਲਿਖਿਆ ਹੁੰਦੀਆਂ ਮਨ ਪ੍ਰਸੰਨ ਕਰਨ ਵਾਲੀਆਂ ਕਹਾਣੀਆਂ ਮਨੋਹਰ ਕਹਾਣੀਆਂ ਇਦਾਂ ਦੀਆਂ ਬਹੁਤ ਹੁੰਦੀਆਂ ਉੱਥੇ ਉਹ ਖਾਸ ਜਿਹੜੇ ਅੱਡਿਆਂ ਦੇ ਉੱਤੇ ਹੁੰਦੇ ਨਾ ਬਣੇ ਹੋਏ ਬੁੱਕ ਸਟਾਲ ਜੇ ਉਹਨਾਂ ਕੋਲ ਉਹ ਕਹਿੰਦੇ ਹੀ ਉਹਨਾਂ ਨੂੰ ਮਨ ਪ੍ਰਸੰਨ ਕਰਨ ਵਾਲੀਆਂ ਕਹਾਣੀਆਂ ਤਾਂ ਉਹ ਲੋਕ ਕੀ ਲਿਖਦੇ ਆ ਉਹਦਾਂ ਦੀਆਂ ਕਹਾਣੀਆਂ ਜਿਹੜੀਆਂ ਲੋਕੀ ਬਾਏ ਕਰਦੇ ਆ ਉਹ ਮਨੋਹਰ ਕਹਾਣੀਆਂ ਜਾਂ ਇਦਾਂ ਦੀਆਂ ਕਿਤਾਬਾਂ ਇਹ ਅਸੀਂ ਕਹਿ ਰਹੇ ਆ ਇਹ ਆਪਣੇ ਗੁਰੂ ਨਾਲ ਜੋੜ ਰਹੇ ਆ ਇਹ ਲੋਕ ਇਹ ਗੁਰੂ ਮਨਪ੍ਰਸੰਨ ਕਰਨ ਲਈ ਲਿਖ ਰਿਹਾ ਹਾਂ ਜੀ ਪੜੋ ਅੱਗੇ ਡੱਲ ਇਹ ਇਹ ਤਾਂ ਫਿਰ ਉਹਨਾਂ ਦੀ ਗੁਰੂ ਆਲਾ ਲੈਵਲ ਹੀ ਕੋਈ ਨਹੀਂ ਆਣਾ ਜੀ ਮੈਂ ਇਹ ਹੀ ਗੱਲ ਆਪਣੇ ਤੁਹਾਡੇ ਰਾਹੀਂ ਆਪਣੇ ਸਰੋਤਾ ਜਨਾਂ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜੇ ਅਸੀਂ ਗੁਰੂ ਦਾ ਕੋਈ ਲੈਵਲ ਮੰਨ ਕੇ ਉਹਨੂੰ ਗੁਰੂ ਮੰਨ ਕੇ ਚੱਲ ਰਹੇ ਹਾਂ ਬਈ ਉਹਨਾਂ ਨੇ ਜਨਤਾ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਿਆ ਤੇ ਉਹਨਾਂ ਦੀ ਸੋਚ ਬਹੁਤ ਵੱਡੀ ਹੋਏਗੀ ਬਹੁਤ ਉੱਪਰਲੇ ਲੈਵਲ ਦੇ ਗੱਲ ਆ ਉੱਥੇ ਉਹ ਇੰਨੇ ਲੋ ਲੈਵਲ ਦੀ ਗੱਲ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਜਿਹੜਾ ਮਤਲਬ ਮੈਂ ਮਰਾਸੀਆਂ ਨੂੰ ਮਰਾਸੀ ਕਹਿ ਕੇ ਭੰਡ ਨਹੀਂ ਰਿਆ ਪਰ ਮੈਨੂੰ ਹੁਣ ਇੱਥੇ ਗੱਲ ਕਰਨੀ ਪੈਣੀ ਹੈ ਮੈਂ ਮਰਾਸੀਆਂ ਦਾ ਵੀ ਉਹਨਾਂ ਹੀ ਸਤਕਾਰ ਕਰਦਾ ਜਿੰਨਾ ਕਿਸੇ ਹੋਰ ਆਮ ਬੰਦੇ ਦਾ ਪਰ ਮੈਂ ਮਰਾਸੀ ਨੂੰ ਗੁਰੂ ਬਣਿਆ ਨਹੀਂ ਵੇਖ ਸਕਦਾ ਬਿਲਕੁਲ ਇੱਥੇ ਮਾਨਸਿਕਤਾ ਮਰਾਸੀ ਵਾਲੀ ਹੈ ਹਾਂ ਹੁਣ ਹੁਣ ਗੱਲ ਇੱਥੇ ਹੋਰ ਆ ਜਾਣੀ ਹੈ ਗੱਲ ਇੰਦਰ ਰਾਏ ਹੂੰ ਇੰਦਰਪੁਰੀ ਕਦੇ ਤਾਂ ਇੰਦਰ ਧਰਤੀ ਤੇ ਆ ਤਕ ਕਦੇ ਇੰਦਰ ਸਵਰਗ ਲੋਕ ਚ ਐ ਦੋਨੋਂ ਗੱਲਾਂ ਸਾਨੂੰ ਚਾਰੇ ਚਰੀਤਾਂ ਚੋਂ ਮਿਲਣਗੀਆਂ ਹੁਣ ਇੱਕ ਇੱਕ ਹੋਰ ਗੱਲ ਹੈ ਹਾਂਜੀ ਰੀਸ਼ੀ ਦਾ ਵੀਰਜ ਡਿੱਗੇਗਾ ਇਹਦੇ ਵਿੱਚ ਉਹਦੇ ਤੋਂ ਹੀਰ ਪੈਦਾ ਹੋਏਗੀ ਹੂੰ ਕਿਸੇ ਉਹ ਵੀ ਮੁਸਲਮਾਨ ਦੇ ਘਰੇ ਹੂੰ ਇਹਦਾ ਮਤਲਬ ਜਿਹੜਾ ਰੀਸ਼ੀ ਦਾ ਵੀਰਜ ਡਿੱਗਦਾ ਹੈ ਹਿੰਦੂ ਰੀਸ਼ੀ ਦਾ ਤੇ ਉਹਦੇ ਨਾਲ ਉਹ ਕਹਿੰਦਾ ਸਰਾਪ ਦਿੰਦਾ ਵੀ ਤੂੰ ਕਿਸੇ ਮੁਸਲਮਾਨ ਦੇ ਘਰੇ ਜਾ ਕੇ ਹੀਰ ਦੇ ਨਾਮ ਹੋਵੇਂਗੀ ਤੇ ਫਿਰ ਇੰਦਰ ਤੈਨੂੰ ਰਾਜੇ ਦੇ ਰੂਪ ਚ ਆ ਕੇ ਬਰੇਗਾ ਤੇ ਫਿਰ ਤੇਰਾ ਕਲਿਆਣ ਹੋਏਗਾ ਠੀਕ ਹੈ ਮੈਡੀਕਲ ਸਟੂਡੈਂਟ ਮੈਂ ਤਾਂ ਹੈ ਨਹੀਂ ਜੀ ਤੇ ਪਰ ਥੋੜਾ ਬਹੁਤਾ ਜਿੰਨਾ ਕੁ ਪੜਿਆ ਜੇ ਕਿਸੇ ਦਾ ਵੀਰਜ ਧਰਤੀ ਤੇ ਡਿੱਗ ਪੇਣਾ ਹਾਂ ਉਹ ਬੱਚਾ ਨਹੀਂ ਪੈਦਾ ਕਰ ਕੀਤਾ ਜਾ ਸਕਦਾ ਤੇ ਨਾ ਜਿਹੜੀ ਆ ਪਛੜਾ ਹੈਗਾ ਉਹ 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 ਨੂੰ ਚੁੱਕ ਕੇ ਮੂੰਹ ਚ ਖਾ ਲੇ ਤੇ ਉਹ ਉਹ ਗਰਭਵਤੀ ਹੋ ਸਕਦੀ ਹੈ ਇਹ ਕਹਾਣੀ ਇਹਦੇ ਵਿੱਚ ਲਿਖੀ ਹੋਈ ਹੈ ਜਿਹੜੀ ਹੀਰ ਰਾਂਝੇ ਦੀ ਕਹਾਣੀ ਯੋਗਾਰਸ਼ਾ ਨੇ ਜਾਂ ਦੂਜਿਆਂ ਸਾਰਿਆਂ ਨੇ ਲਿਖੀ ਹੈ ਉਹਨਾਂ ਨੇ ਇਹੋ ਜੀ ਕੋਈ ਕਹਾਣੀ ਨਹੀਂ ਲਿਖੀ ਪਤਣਾ ਨਹੀਂ ਸਾਡੇ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਇਹ ਕਿਉਂ ਮੜ ਰਹੇ ਹੋ ਜੀਆਂ ਕਹਿੰਦਾ ਜਿਹੜੀਆਂ ਬਿਲਕੁਲ ਝੂਠ ਹੈਗੀਆਂ ਬਿਲਕੁਲ ਝੂਠ ਇੰਦਰ ਰਾਏ ਕੇ ਨਗਰ ਅਪਸਰਾ ਏਕ ਰਹਿ ਹੁਣ ਉਹ ਉਹ ਇੰਦਰ ਦੀਆਂ ਪਰੀਆਂ ਦੀ ਗੱਲ ਆ ਗਈ ਮੈਨਕਲਾ ਤੈ ਨਾਮ ਸકલ ਜਗ ਯੋਕ ਹੈ ਉਹਦਾ ਨਾਮ ਮੈਨਕਲਾ ਹੈ ਤਾਂ ਕੋ ਰੂਪ ਨਰੇਸ਼ ਜੋ ਕੋ ਨਿਹਾਰ ਹੀ ਜੇ ਉਹਦਾ ਇਨਾ ਮਤਲਬ ਉਹਨੂੰ ਹਰ ਹਰੇ ਚਿਤ੍ਰ ਦੇ ਵਿੱਚ ਔਰਤ ਦਾ ਰੂਪ ਤੇ ਰਾਝੇ ਦਾ ਰੂਪ ਉਨੂੰ ਦਾ ਰੂਪ ਅੰਤ ਤੰਦ ਦਿਖਾਉਣਗੇ ਕਿਉਂਕਿ ਕਹਾਣੀ ਨੂੰ ਰੌਚਕ ਬਣਾਉਣਾ ਹੈ ਬਿਲਕੁਲ ਤਾਂ ਕੋ ਰੂਪ ਨਰੇਸ ਜੋ ਕੋ ਨਹਾਰ ਹੀ ਵੀ ਰਾ ਬਸ ਵੇਖਣ ਸਾਰ ਲੋਕੀ ਡਿੰਗ ਪੈਂਦੇ ਸੀ ਹ ਹੋਗਿਰ ਤਰਨ ਪਰ ਚੂਮ ਮੈਨ ਸਰ ਮਾਰਹੀ ਉਹ ਇਹੋ ਜਿਹਾ ਉਹ ਨੈਣਾ ਦੇ ਤੀਰ ਵੱਜਦੇ ਉਹਨੂੰ ਵੇਖ ਕੇ ਕਿ ਉਹ ਪੁਹਾਟਣੀਆਂ ਖਾ ਖਾ ਕੇ ਥੱਲੇ ਧਰਤੀ ਤੇ ਡਿੱਗ ਪੈਂਦੇ ਚਲੋ ਡਿੱਗਦੇ ਹੁਣੇ ਜੀ ਸਾਨੂੰ ਤਾਂ ਇਹ ਜੀ ਕੋਈ ਇਹ ਇਹ ਦੇ ਜ ਸਚਾਈ ਦਿਸਦੀ ਨਹੀਂ ਜਿਹੜਾ ਬੰਦਾ ਇਹ ਝੂਠ ਛੁਰੂ ਛੋਟ ਝੂਠ ਲਿਖ ਰਿਹਾ ਉਹ ਜੋ ਮਰਜੀ ਅੱਗੇ ਜਾ ਕੇ ਸੱਚ ਲਿਖੇ ਉਹ ਸਾਨੂੰ ਉਹ ਵੀ ਝੂਠ ਹੀ ਲੱਗਦਾ ਹੈ ਤਾਂ ਉਹਨੇ ਸਭਾ ਕਪਲ मुनि ਆਇਓ ਹੁਣ ਕਪਲ ਰਿਸ਼ੀ ਆ ਗਿਆ ਹਮ ਅੱਗੇ ਕਿਰਤਰ ਚ ਮੈਂ ਉਹ ਨੋਟ ਕੀਤਾ ਹੋਇਆ ਉੱਥੇ ਵੀ ਇੱਕ ਕਪਲ ਮਿਰਹਲ ਸੱਸੀਆ ਹਾਂ मुनि ਕਪਲ ਉੱਥੇ ਸੱਸੀ ਵਾਲੀ ਕਿਰਤਰ ਜੀ ਇਹਨਾਂ ਦਾ ਇਹਨਾਂ ਦਾ ਕਪਲ मुनि ਗੇੜੇ ਜੇ ਖਾਂਦਾ ਫਿਰਦਾ ਹੈ अच्छा एक एक गल ਮੇਰੇ ਦਿਮਾਗ ਚ ਆਈ ਵੀਰ ਜੀ ਇੱਥੇ ਵੀ ਇਹ ਨਹੀਂ ਲੱਗਦਾ ਕਿ ਜਿਹੜਾ ਰਾਈਟਰ ਆ ਇਹ ਹਿੰਦੂ ਮਿਥੋਲੋਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਆ ਜਿੱਦਾਂ ਦੇ ਨਾਂ ਸਾਰੇ ਉਹਨੂੰ ਪਤਾ ਆ ਯਾਦ ਆ ਆਪਾਂ ਨੂੰ ਤਾਂ ਨਾਂ ਪਤਾ ਨਹੀਂ ਇਹਨਾਂ ਦੇ ਆ ਜਿਹੜੇ ਵਿੱਚ ਰੂਪ ਨਰੇਸ਼ ਇੰਦਰ ਰਾਏ ਕਪਲ मुਨੀ ਪੂਰੀ ਸਟੱਡੀ ਆ ਉਹਦੀ ਹਿੰਦੂ ਮਿਥੋਲੋਜੀ ਦੇ ਉੱਤੇ ਵੀ ਉਹਦੇ ਤੋਂ ਹੀ ਨਿਕਲਿਆ ਹੋਇਆ ਹੈ ਰਾਈਟਰ ਆ ਆਪਣਾ ਗੋਲਜੀ ਜੀ ਤੁਸੀਂ ਠੀਕ ਕਿਹਾ ਠੀਕ ਪਛਾਣ ਲਿਆ ਮੈਂ ਹਜੇ ਥੋੜਾ ਅੱਗੇ ਜਾ ਕੇ ਕਹਿਣਾ ਸੀ ਕਿ ਜਦੋਂ ਇਹ ਦੂਸਰੇ ਚਰਿੱਤਰ ਤੇ ਬੱਚੇ ਦਾ ਕੰਪੈਰੀਸ਼ਨ ਕਰਾਂਗੇ ਇਹ ਆਪਣਾ ਕਪਲਮੁਨੀ ਨੂੰ ਕੌਣ ਜਾਣਦਾ ਹੈ ਨੂੰ ਜਾਣਦਾ ਹੋ ਸਕਦਾ ਜਿਹੜਾ ਹਿੰਦੂ ਮਤਿਹਾਸ ਤੋਂ ਵਕਫ ਹੈ ਬਿਲਕੁਲ ਚਲੋ ਇਹ ਲੋਕੀ ਕਹਿ ਸਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਗ੍ਰਕਪਲਰੀ ਬਹੁਤ ਜ਼ਿਆਦਾ ਸੀ ਜੀ ਇਹ ਜਦੋਂ ਜਿਹੜੇ ਇਹਦੇ ਹੱਕ 'ਚ ਬੋਲਣਗੇ ਉਹ ਇਦਾਂ ਹੀ ਕਰਨਗੇ ਬਿਲਕੁਲ ਮੰਨ ਲਓ ਮੰਨ ਲਓ ਪਰ ਕੋਈ ਬੰਦਾ ਇਹ ਮੰਨ ਸਕਦਾ ਹੈ ਕਿ ਕਪਲਮੁਨੀ ਦਾ ਬਾਰ-ਬਾਰ ਵੀ ਧਰਤੀ ਤੇ ਡਿੱਗੇ ਤੇ ਉਹ ਚੁੱਕ ਕੇ ਪਛਰੇ ਖਾ ਲਵੇ ਜਾਂ ਕਿਸੇ ਵੀ ਤਰੀਕੇ ਨਾਲ ਉਹਦੇ ਤੋਂ ਪੇਰਾ ਖਿਆਲ ਹੈ ਵੀ ਜੇ ਬੀਜ ਨੂੰ ਹਵਾ ਲੱਗ ਜਾਵੇ ਆ ਵਾਲੀ ਤਾਂ ਉਹਦੇ ਕਟਾਣੂ ਬੱਚਾ ਪੈਦਾ ਕਰਨ ਜੋਗਰੇ ਰਹਿੰਦੇ ਹੀ ਨਹੀਂ ਤੇ ਮੈਡੀਕਲ ਸਟੂਡੈਂਟ ਚੰਗੀ ਤਰ੍ਹਾਂ ਜਾਣਦੇ ਮੈਂ ਇਹਦੇ ਬਾਰੇ ਬਹੁਤਾ ਡਿਟੇਲ ਚ ਜਾ ਕੇ ਨਹੀਂ ਬੋਲਣਾ ਕੁਝ ਮੈਂ ਥੋੜਾ ਬਹੁਤਾ ਪੜਿਆ ਹੋਇਆ ਪਰ ਦੱਸਦਾ ਹਿੰਟ ਮਾਤਰ ਇਨਾ ਕੀ ਬਹੁਤਾ ਹੈ ਹਾਂਜੀ ਤੌਨ ਸਭਾ ਕਪਲਮੁਨ ਆਇਓ ਔਸਰ ਯਹਾਂ ਮੈਨ ਕਾ ਪਾਇਓ ਤੈ ਲਖਮੁਨ ਬੀਰਜਗਿਰ ਗਇਓ ਜਿਹੜੇ ਬਿਰਜਗਰਨ ਦੀ ਗੱਲ ਆਪਾਂ ਕੀਤੀ ਐ ਚਪ ਚਿਤ ਮੈਂ ਸਰਾਪ ਤਹਿ ਪਇਓ ਹੂੰ ਕਪਲ ਮੁਨੀਆ ਆਇਆ ਮਤਲਬ ਮੇਨ ਕਾਨਾ ਦੀ ਜਿਹੜੀ ਅਪਸਰਾ ਹੈਗੀ ਆ ਉਹਨੂੰ ਵੇਖਿਆ ਤੇ ਫਟ ਉਹਦਾ ਬਿਰਜगिर ਗਿਆ ਤੇ ਚਿੱਤ ਵਿੱਚ ਕ੍ਰੋਧਿਤ ਹੋ ਕੇ ਉਹਨੇ ਉਹਨੂੰ ਸਰਾਪ ਸਰਾਪ ਤਹਿ ਪਇਓ ਹੁਣ ਸਰਾਪ ਦੇ ਕੇ ਉਹਨੂੰ ਅੱਗੇ ਨੇ ਜਾ ਕੇ ਆਪਣੇ ਮੁਸਲਮਾਨਾਂ ਦੇ ਘਰੇ ਪੈਦਾ ਕਰਨਾ ਐ ਤਰਕਾਂ ਦੇ ਲਿਖਿਆ ਹੋਇਆ ਤੂੰ ਗਿਰ ਤੂੰ ਗਿਰ ਮਿਰਤ ਲੋਕ ਮੈਂ ਪਰੋ ਜੂਨ ਸਿਆਲ ਜਾਟ ਕੀ ਤਰੋ ਉਹਨਾਂ ਨੂੰ ਇਹਨੂੰ ਪਤਾ ਲੱਗ ਗਿਆ ਸਿਆਲਾਂ ਦੇ ਘਰ ਇਹਨੂੰ ਜੂਨ ਚ ਪਾਉਣਾ ਹੈ ਹੀਰ ਆਪਣਾ ਨਾਮ ਸਦਾਵ ਹੈ ਝੂਠ ਕੁੱਕਰਨ ਤੁਰਕਨ ਕੀ ਖਾਵ ਹੈ ਹੂੰ ਲੋ ਜੂਠ ਕੁੱਪ ਤੁਰਕਨ ਕੀ ਖਾਵ ਹੈ ਉਹ ਕਹਿੰਦਾ ਤੂੰ ਹੁਣ ਉੱਥੇ ਸਿਆਲਾਂ ਦੇ ਜੱਟਾਂ ਦੇ ਘਰੇ ਪੈਦਾ ਹੋਏਂਗੀ ਤੇਰਾ ਨਾਮ ਹੀਰ ਹੋਏਗਾ ਤੇ ਤੁਰਕਾਂ ਦੇ ਘਰੇ ਤੇਰਾ ਆਪਣਾ ਵਾਸਾ ਹੋਏਗਾ ਜਾ ਉਹਨਾਂ ਦੇ ਕਰੇ ਪੈਦਾ ਹੋਏਗੇ ਤੇ ਉਹਨਾਂ ਦੀ ਤੂੰ ਝੂਠ ਖਾएंगे ਇਹਦਾ ਮਤਲਬ ਕੋਈ ਬੰਦਾ ਇਹੋ ਜਿਹਾ ਹੈਗਾ ਜਿਹੜਾ ਤੁਰਕ ਨੂੰ ਦਿਲੋਂ ਅ ਮਤਲਬ ਵਿਰੋਧ ਈਰਖਾ ਰੱਖਦਾ ਕਹਿ ਲੋ ਹੂੰ ਵਿਰੋਧ ਤਾਂ ਹੈਗਾ ਹੀ ਹੈਗਾ ਈਰਖਾ ਹੈ ਤਬ ਅਬਲਾ ਕੰਪਤ ਭਈ ਤਾਂ ਕੈ ਪਰ ਹੈ ਤਾਂ ਕੈ ਪਰ ਕੈ ਬਾਏ ਕਹਉ ਹੋਏ ਉਧਾਰ ਮਮ ਸੋ ਦਿਜ ਕਹੋ ਉਪਾਏ ਫਿਰ ਉਹ ਜਿਹੜੀ ਵੇਖੋ ਇੱਕ ਪਾਸੇ ਤਾਂ ਅਜੇ ਪਸੜਾ ਗਰਭਵਤੀ ਹੋਈ ਹੈ ਨਾਲ ਜਿਹੜਾ ਲਖਾਰੀ ਉਸ ਔਰਤ ਨਾਲ ਜਿਹੜੀ ਜਾ ਕੇ ਹਜੇ ਉੱਥੇ ਪੈਦਾ ਹੋਣੀ ਹੈ ਉਹਦੇ ਨਾਲ ਗੱਲਾਂ ਕਰੀ ਜਾਂਦਾ ਵੀ ਤੇਰਾ ਉਹ ਕਹਿੰਦੀ ਹੈ ਜੀ ਮੈਂ ਤਾਂ ਕਰਦੀ ਹੈ ਹਜੇ ਪੈਦਾ ਨਹੀਂ ਹੋਈ ਉਹ ਗੱਲਾਂ ਕਿਹਦੇ ਨਾਲ ਕਰ ਰਿਹਾ ਸਮਝ ਉਹਨੇ ਮੈਂਹਤੀ ਕੀਤੀ ਵੀ ਰਿਸ਼ੀ ਜੀ ਤੁਸੀਂ ਤੁਹਾਡੇ ਸ਼ਰਾਪ ਨਾਲ ਮੈਂ ਫਲਾਣੇ ਥਾਂ ਤੇ ਪੈਦਾ ਹੋ ਜਾਊਂਗੀ ਪਰ ਮੇਰਾ ਆਧਾਰ ਕਿਵੇਂ ਹੋਏਗਾ ਹੁਣ ਉਹਦੇ ਆਧਾਰ ਦੀ ਗੱਲ ਆਉਣੀ ਹੈ ਇੰਦਰ ਸੁਮਿਰ ਤੋ ਮੰਡਲ ਜਬ ਜਾਇ ਹੈ ਰਾਜਾ ਆਪਨੋ ਨਾਮ ਕਹਿਆ ਇਹਨਾਂ ਦਾ ਜਿਹੜਾ ਔਰਤਾਂ ਦਾ ਸ਼ਕਾਰੀ ਹੈਗਾ ਇੰਦਰ ਦੇਵਤਾ ਮੈਂ ਤਾਂ ਸ਼ਕਾਰੀ ਕਹਾਗਾ ਕਿਉਂਕਿ ਉਹ ਉਹਦੇ ਨਾਲ ਕੋਈ ਮੈਂ ਇੰਦਰ ਦੇਵਤੇ ਦੇ ਨਾਲ ਕੋਈ ਚੰਗੀ ਗੱਲ ਅਜੇ ਤੱਕ ਲਿਖੀ ਨਹੀਂ ਵੇਖੀ ਉਹ ਸਾਰੀਆਂ ਔਰਤਾਂ ਦਾ ਸਤਪੰਨ ਕਰਨ ਵਾਸਤੇ ਇਹਨਾਂ ਨੇ ਪੈਦਾ ਕੀਤਾ ਹੋਇਆ ਹੈ ਉਹ ਉਹ ਇੱਥੇ ਉਹ ਵੀ ਆ ਜਾਣਾ ਇੰਦਰ ਸੋ ਮਿਰਤ ਮੰਡਲ ਜਬ ਜਾਇ ਹੈ ਰਾਜਾ ਆਪਨੋ ਨਾਮ ਕਹਿਆ ਤੋ ਸੋ ਅਦਿਕ ਪ੍ਰੀਤ ਉਜਾਵ ਹੈ ਅਮਰਵਤੀ ਬਹੁਤ ਤੋਹੇ ਲਿਆਵ ਹੈ ਫਿਰ ਉਹ ਰਾਜੇ ਦੇ ਰੂਪ ਚ ਉਥੇ ਇੰਦਰ ਜਾਏਗਾ ਪੈਦਾ ਹੋਏਗਾ ਉਹ ਦੀ ਤੇਰੇ ਨਾਲ ਪ੍ਰੀਤ ਪੈਗੀ ਅਮਰਬਤੀ ਫਿਰ ਉਹ ਸਵਰਗ ਲੋਕ ਚ ਫੇਰ ਲੈ ਕੇ ਜਾਏਗਾ ਤੈਨੂੰ ਉਤੋਂ ਮਰਨ ਤੋਂ ਬਾਅਦ ਉਹ ਦੋਨੋਂ ਇਕੱਠੇ ਮਰਨਗੇ ਨਾ ਤੇ ਫਿਰ ਅਮਰਬਤੀ ਚ ਲੈ ਕੇ ਆਏ ਹੁਣ ਤੁਸੀਂ ਵੇਖੋ ਕਿਸੇ ਅਮਰਬਤੀ ਨੂੰ ਕਿਸੇ ਸਵਰਗ ਨਰਕ ਨੂੰ ਨਰਕ ਸਵਰਗ ਗੁਰਬਾਣੀ ਚ ਬਿਲਕੁਲ ਹੈ ਨਹੀਂ ਕਬੀਰ ਸਾਹਿਬ ਤੋਂ ਲੈ ਕੇ ਮੈਂ ਨੌ ਗੁਰੂ ਸਾਹਿਬਾਨ ਤੱਕ ਆਪਣੇ ਪਹਿਲੇ 5 ਤੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਉਹ ਕਹਾ ਹਮ ਕਾਹੂ ਕੀ ਕਾਹ ਨਾ ਕਰਦੇ ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋਹੂ ਰਾਦੇ ਹਮ ਕਾਹੂ ਕੀ ਕਾਹ ਨਾ ਕਰਦੇ ਆਪਣੇ ਗੁਰ ਪ੍ਰਸਾਦੇ ਬਿਲਕੁਲ ਕਬੀਰ ਸਾਹਿਬ ਨੇ ਬਿਲਕੁਲ ਰਿਜੈਕਟ ਕੀਤਾ ਹੋਇਆ ਸਪਸ਼ਟ ਲਖਜਾਂ ਚ ਕੋਈ ਸਵਰਗ ਕੋਈ ਨਰਕ ਨਹੀਂ ਇੱਥੇ ਹੀ ਹੈ ਹਮ ਤਹਾਂ ਸਵਰਗ ਕਾਹ ਨਾ ਕਰ ਕੀ ਤੰਤੇਰਾ ਸਵਰਗ ਜਿੱਥੇ ਉੱਥੇ ਹੀ ਹੈ ਜਿੱਥੇ ਸੱਚ ਸੱਚ ਬੋਲ ਫੇਰ ਗੁਰੂ ਜੀ ਨਾਲ ਗੱਲ ਸ਼ੁਰੂ ਕੀਤੀ ਸੀ ਵੀ ਗੁਰੂ ਦਸਵੇਂ ਪਾਤਸ਼ਾਹ ਨੂੰ ਪਹਿਲੇ ਨੌ ਗੁਰੂਆਂ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਅੱਡ ਕਰਨਾ ਹੈ ਜੇ ਉਹ ਇਸ ਗ੍ਰੰਥ ਦਾ ਮਸਲਾ ਹੈ ਮੈਂ ਇਹ ਗ੍ਰੰਥ ਦੇ ਬਾਰੇ ਇੱਕ ਹੋਰ ਪਿੱਛੇ ਪੜਦਾ ਸੀਗਾ ਜੀ ਮੈਂ ਬੇਨਤੀ ਵੀ ਕੀਤੀ ਹੈਗੀ ਐ ਜੇ ਕੋਈ ਦਿੱਲੀ ਤੋਂ ਸੱਜਣ ਮੈਨੂੰ ਆਪਣੇ ਉੱਥੇ ਮੋਤੀਬਗ ਗੁਰਦੁਆਰੇ ਦੇ ਵਿੱਚ ਵੀਰ ਪਈ ਹੈ ਜਿਹੜੀਆਂ ਚਾਰ ਵੀੜਾ ਇਹ ਔਥੈਂਟਿਕ ਕਹਿੰਦੇ ਐ ਹਾਂਜੀ ਗੋਲਜੀ ਉਹਨਾਂ ਦੇ ਬਾਹਰਲੇ ਪੰਨੇ ਤੇ ਜਾਂ ਦੂਜੇ ਪੰਨੇ ਤੇ ਕਿਤੇ ਵੀ ਨਹੀਂ ਲਿਖਿਆ ਦਸਮ ਗ੍ਰੰਥ ਜਾਂ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਇਹ ਦਸੰਗ੍ਰੰਥ ਦਾ ਨਾਂ 1842 ਦੇ ਵਿੱਚ ਲਿਫਟਨੈਂਟ ਕਰਨਲ ਜਿਹੜਾ ਜੌਨ ਮਾਲਕਮ ਹੈ ਉਹਦੀ ਕਿਤਾਬ ਮੇਰੇ ਕੋਲ ਹੈ ਔਰ ਉਹ Google ਦੇ ਉੱਤੇ ਵੀ ਉਪਲਬਧ ਹੈਗੀ ਹੈ ਬਿਲਕੁਲ ਉਹਦੇ ਉੱਤੇ ਜਦੋਂ ਦੂਸਰੇ ਪੰਨੇ ਤੇ ਥੱਲੇ ਜਾ ਕੇ ਪੈਰਾਗ੍ਰਾਫ ਆ ਗਿਆ ਪੜ ਲੈਣ ਸੱਜਣ Google ਤੇ ਜਾ ਕੇ 스케치 ਆਫ ਦਾ ਸਿਕਸ S K E T C H ਆਫ ਦਾ ਸਿਕਸ ਲਿਫਟਨੈਂਟ ਕਰਨਲ ਜੌਨ ਮਾਲਕਮ 1812 ਦੀ ਕਿਤਾਬ ਛਪੀ ਹੋਈ ਹੈ ਇੰਗਲੈਂਡ ਚ ਹਾਂਜੀ ਉਹਨੇ ਇਹ ਆ ਆਪਣਾ ਸਕੈਚ ਵੀ ਸਿੱਖ ਖਾਨ ਦੇ ਕੀ ਪਹੁੰਦੇ ਕੀ ਮੰਨਦੇ ਕੀ ਨੂੰ ਆ ਵਗੈਰਾ ਵਗੈਰਾ ਸਾਰਾ ਆਪਣੇ ਨਾਲ ਜਿਹੜਾ ਸਿੱਖ ਰਾਜ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸੀ ਉਹਨੂੰ ਹੜੱਪ ਕਰਨ ਤੋਂ ਪਹਿਲਾਂ ਪੂਰਾ ਉਹਨਾਂ ਨੇ ਇਹ ਸਾਰਾ ਨਕਸ਼ਾ ਤਿਆਰ ਕੀਤਾ ਵੀ ਨਦੀ ਐਡੀ ਵੱਡੀ ਆਪਣੇ ਰਾਜ ਦੇ ਨਾਲ ਐਡੇ ਵੱਡੇ ਰਾਜ ਦੇ ਨਾਲ ਆਪਾਂ ਟੱਕਰ ਲੈਣੀ ਹੈ ਤੇ ਸਿੰਧ ਦਰਿਆ ਦੀ ਜਿਹੜੀ ਨਪਾਈ ਹੈ ਵੀ ਕਿੰਨੀ ਹੈ ਉੱਥੇ ਬਾਲਣ ਕਿੰਨਾ ਇਹ ਇਹ ਇੱਕ ਜਰਮਨ ਰਾਈਟਰ ਹੋਇਆ ਬਾਇਰਨ ਹੂਗਲ ਉਹ ਉਹ ਇਹੋ ਜਿਹੀਆਂ ਗੱਲਾਂ ਆਪਣੇ ਜਰਨੀ ਟੂ ਪੰਜਾਬ ਐਂਡ ਕਸ਼ਮੀਰ ਉਹਦੇ ਵਿੱਚ ਲਿਖਦਾ ਹੈਗਾ ਸੋ ਇਹ ਗੱਲਾਂ ਸਾਰੀਆਂ ਸਾਨੂੰ ਦੱਸਦੀਆਂ ਜਿਹੜੀ ਜਿਹੜੀਆਂ ਵੀ ਪੁਰਾਣੀਆਂ ਵੀੜਾਂ ਜਿੱਥੇ ਕਿਤੇ ਵੀ ਪਈਆਂ ਸਰੋਤਾਂ ਚੋਂ ਦੇਖੋ ਉਹਨਾਂ ਦੇ ਪਹਿਲੇ ਪੇਜ ਤੇ ਕਿਤੇ ਤੁਹਾਨੂੰ ਦਸਮ ਗ੍ਰੰਥ ਲਿਖਿਆ ਨਹੀਂ ਮਿਲੇਗਾ ਔਰ ਸਾਡੇ ਕੋਲੇ ਇੱਥੇ 200 ਸਾਲ ਪੁਰਾਣਾ ਬਚਿੱਤਰ ਨਾਟਕ ਪਿਆ ਹੈ ਕੱਲ ਪਰਸੋਂ ਦੀ ਉਹ ਵੀਡੀਓ ਘੁੰਮ ਰਹੀ ਹੈ ਛੋਟੀ ਜੀ ਵੀਡੀਓ ਬਣਾ ਕੇ ਪਾਈ ਹੈ ਤੇ ਉਹਦਾ ਜਿਹੜਾ ਤੁੱਕ ਤਤਕਰਾ ਹੈਗਾ ਉੱਥੇ ਹੈਡਿੰਗ ਇਦਾਂ ਚੁਣਨੇ ਇਹ ਵਿਚੇਤਰ ਨਾਟਕ ਲਿਖੀ ਹੈ ਤੇ 543 ਪੰਨੇ ਹੂਬ ਹੂ ਉਸੇ ਹੀ ਆਪਣੇ ਜਿਹੜੇ ਹੈਗੇ ਆ ਵਿਚੇਤਰ ਨਾਟਕ ਦੇ ਇਸ ਦਸ਼ਮ ਗ੍ਰੰਥ ਦੇ ਵਿੱਚ ਹੈ ਜਿਹੜੀਆਂ ਆਹ ਚਰਿੱਤਰ ਚੁਰਤ ਰਹੇ ਕਈਆਂ ਕਈਆਂ ਕਹਾਣੀਆਂ ਹੋਰ ਨਾਲ ਗ੍ਰੰਥਾਂ ਦੀ ਉਪਜ ਹੈ ਕੁਝ ਹਿੱਸਾ ਆ ਜਾਂਦਾ ਮਾਰਕੰਡੇ ਪੁਰਾਣ ਚੋਂ ਇੱਕ ਭਗਵਤ ਪੁਰਾਣ ਚੋਂ ਆਉਂਦਾ ਕੁਝ ਤੇ ਕੁਝ ਹੋਰ ਗ੍ਰੰਥਾਂ ਨੂੰ ਰਲਾ ਮਿਲਾ ਕੇ ਇਹ ਇੱਕ ਦਸ਼ਮ ਗ੍ਰੰਥ ਪੱਲੇ ਪਾ ਦਿੱਤਾ ਗਿਆ ਬਿਲਕੁਲ ਜੀ ਨਹੀਂ ਹੈਗਾ ਚਲ ਆਪਾਂ ਗੱਲ ਫੇਰ ਇੱਕ ਚੀਜ਼ ਹੋਰ ਇਧਰੇ ਨੂੰ ਆਈਏ ਗਾਹ ਬਦਲਣ ਤੋਂ ਪਹਿਲਾਂ ਆਪਣਾ ਵੀਰ ਰਵਿੰਦਰ ਸਿੰਘ ਜੀ ਹਾਂਜੀ ਪਾ ਜੀ ਮੈਨਕਾ ਤੇ ਇੰਦਰ ਦਾ ਕੀ ਰੋਲ ਸ਼ੋਅ ਕੀਤਾ ਆ ਆ ਜਿਹੜਾ ਤੁਸੀਂ ਪੜਿਆ ਆ ਮੈਨਕਾ ਕਿਉਂਕਿ ਮੈਨਕਾ ਮੇਰਾ ਕਹਲਾ ਜੋ ਜਿੰਨਾ ਕ ਮੈਨੂੰ ਨੌਲੇਜ ਆ ਹਿੰਦੂਮਤਿ ਹਾਸਕੋਸ਼ ਬਾਰੇ ਐਂਦੂਮਤਿ ਇਤਿਹਾਸ ਬਾਰੇ ਮੈਨਕਾ ਜਿਹੜੀ ਉਹਦੀ ਡਾਟਰ ਆ ਜਿਹੜੀ ਉਹ ਮੇਨ ਮੇਨਕਾ ਕਹਿੰਦੇ ਸੋਣੀ ਬਹੁਤ ਸੀ ਉਹਨੂੰ ਦੇਖ ਕੇ ਉਹਦਾ ਬੀਰੀ ਜਿ ਡਿ ਗਿਆ ਆ ਤੇ ਜਿਹੜਾ ਇੰਦਰ ਆ ਉਹ ਬਣ ਰਾਂਝਾ ਬਣੂਗਾ ਉਹ ਬਹੁਤ ਗਲਤ ਹੈ ਜੀ ਜੇ ਤੁਸੀਂ ਸੋਚੋ ਉਧਰੋਂ ਸੋਚਣਾਗੇ ਤਾਂ ਫਿਰ ਬਹੁਤ ਗਲਤ ਹੋ ਜਾਣਾ ਉਹ ਰਿਲੇਸ਼ਨ ਉਹ ਇੰਦਰ ਬਣਨਾ ਹੈਗਾ ਉਹਨੇ ਰਾਂਝੇ ਨੇ ਤੇ ਉਹ ਬਹੁਤ ਕਹਾਣੀ ਗਲਤ ਹੋ ਜਾਣੀ ਹੈ ਤਾਰਾ ਕੋਈ ਕਹਾਣੀ ਗਲਤ ਹੋਈ ਹੈ ਹਾਂਜੀ ਤੋ ਜੱਗੇ ਜੀ ਤੁਸੀਂ ਠੀਕ ਕਹਿ ਹੈਗਾ ਵੈਸੇ ਉਹ ਇੰਦ ਇੰਦ ਦੀ ਕੁੜੀ ਉਹ ਜਿਹਨਾਂ ਦਾ ਇਤਿਹਾਸ ਪੜਾਂਗੇ ਪਰ ਹੁਣ ਇੱਥੇ ਲੋਕਾਂ ਨੂੰ ਨਹੀਂ ਨਾ ਪਤਾ ਵੀ ਉਹ ਕੀ ਚੀਜ਼ ਹੈਗੀ ਹੈ ਮੈਂ ਉਹ ਕਹਿੰਦਾ ਵੀ ਜਿਹਨੂੰ ਬੰਦੇ ਨੂੰ ਨਹੀਂ ਨੌਲੇਜ ਉਸ ਚੀਜ਼ ਦਾ ਜਾਂ ਇਤਿਹਾਸ ਦਾ ਨਹੀਂ ਨੌਲੇਜ ਹੈ ਉਹ ਇੱਥੇ ਟਪਲਾ ਖਾ ਸਕਦਾ ਕਿਉਂਕਿ ਮੈਨਕਾ ਉਹਦੀ ਕੁੜੀ ਆ ਕਿਉਂਕਿ ਇਹ ਹੀ ਕਹਾਣੀ ਜਿਹੜੀ ਆ ਉਹ ਵਿਸ਼ਵਾਮਿੱਤਰ ਕੋ ਭੇਜਦਾ ਆ ਜਦੋਂ ਸਵਰਗ ਬਣਦਾ ਹੁੰਦਾ ਚਲੋ ਕਾਂ ਚਲੋ ਜੀ ਆਪਾਂ ਫੇਰ ਕਾਂ ਕਰਦੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਦੱਸੋ ਆਪਾਂ ਤਾਂ ਲੋਕਾਂ ਕੋਲ ਇਨਫੋਰਮੇਸ਼ਨ ਦੇਣੀ ਆ ਨਾ ਜਿਹੜੇ ਸਾਰੇ ਬੰਦੇ ਇਹ ਡੇਡੇ ਵੱਡੇ ਗ੍ਰੰਥ ਨਹੀਂ ਪੜ ਸਕਦੇ ਹੁੰਦੇ ਜਿੰਨੇ ਅੱਜ ਇਨਫੋਰਮੇਸ਼ਨ ਦਿੱਤੀ ਗਈ ਆਪਾਂ ਅਗਲੇ ਹਫ਼ਤੇ ਫੇਰ ਕਰ ਲਾਂਗੇ ਇਹ ਕੰਮ ਹੂੰ ਕੋਈ ਜ਼ਰੂਰੀ ਦੱਸੋ ਤੁਹਾਡੇ ਕੋਲ ਜੋ ਵੀ ਹੈਗਾ ਦੱਸੋ ਜਿਹੜਾ ਮੈਨਕਾ ਤੇ ਇੰਦਰ ਦੀ ਕਹਾਣੀ ਆ ਉਹ ਇਦਾਂ ਆ ਭਈ ਮੈਂ ਸੰਗਤ ਨੂੰ ਦੱਸਾਂ ਕਿਉਂਕਿ ਇੱਥੇ ਹੁਣ ਉਹ ਨਹੀਂ ਰਿਲੇਸ਼ਨਸ਼ਿਪ ਸ਼ੋਅ ਕਰ ਰਿਆ ਆ ਪਰ ਅਸਲੀ ਦੇ ਵਿੱਚ ਇੰਦਰ ਦੀ ਕੁੜੀ ਆ ਮੈਨਕਾ ਤੇ ਇਹਨਾਂ ਦੇ ਗ੍ਰੰਥਾਂ ਦੇ ਹਿਸਾਬ ਨਾਲ ਜਿਹੜਾ ਵਿਸ਼ਵਾਮਿੱ ਉਹ ਕਹਿੰਦਾ ਵੀ ਮੈਂ ਦੇਵਤੇ ਜਿਹੜੇ ਸਵਰਗ ਬਣਾ ਰਿਆ ਆ ਉਹਨਾਂ ਚ ਕੁਝ ਬੰਦਿਆਂ ਨੂੰ ਅਲਾਉਡ ਨਹੀਂ ਉਹ ਕਹਿੰਦਾ ਮੈਂ ਆਪਣਾ ਲੱਗ ਸਵਰਗ ਬਣਾਉਂਗਾ ਉਹਦਾ ਸਵਰਗ ਭੰਗ ਕਰਨ ਲਈ ਇੰਦਰ ਆਪਣੀ ਜਿਹੜੀ ਆ ਕੁੜੀ ਭੇਜਦਾ ਵਿਸ਼ਵਾਮਿੱਤਰ ਦਾ ਤੇ ਉਹ ਜਿਹੜਾ ਬੰਦਾ ਹੁੰਦਾ ਜਦੋਂ ਮੈਂ ਟੀਵੀ 'ਚ ਦੇਖੀ ਸੀ ਕਹਾਣੀ ਇਹਨਾਂ ਦੀ ਉਹ ਪੌੜੀਆਂ ਚੜਦਾ ਆ ਤੇ ਜਦੋਂ ਆਖਰੀਕ ਪੌੜੀ ਹੁੰਦੀ ਉਹਦਾ ਭੰਗ ਹੋ ਜਾਂਦਾ ਤੇ ਪੌੜੀਆਂ ਦੀ ਟੁੱਟ ਤੇ ਸਵਰਗ ਤੋਂ ਥੱਲੇ ਸਿੱਧਾ ਆ ਕੇ ਵਿਚਾਰਾ ਮਰ ਜਾਂਦਾ ਆ ਉਹ ਇਹ ਕਹਾਣੀ ਉਥੋਂ ਮੈਨੂੰ ਇਹਦਾ ਕਾਫੀ ਪਤਾ ਆ ਹਾਂਜੀ ਕਰੋ ਆਪਾਂ ਅੱਗੇ ਕਰ ਇਹਨਾਂ ਦੀਆਂ ਕਹਾਣੀਆਂ ਸਿਮਿਲਰ ਹੁੰਦੀਆਂ ਤੁਸੀਂ ਤੁਹਾਡੇ ਨਾਲ ਹੀ ਹੁਣ ਆਪਾਂ ਬ੍ਰਹਮਾ ਦੀ ਗੱਲ ਕਰ ਲੈਨੇ ਆ ਬ੍ਰਹਮਾ ਆਪਦੀ ਕੁੜੀ ਤੇ ਮੋਹਤ ਹੋਇਆ ਤੇ ਜੇ ਇੰਦਰ ਆਪਦੀ ਕੁੜੀ ਨਾਲ ਵਿਆਹ ਕਰਾ ਲੇ ਰਾਂਜੇ ਦਰੂਪ ਚ ਤਾਂ ਇੱਕ ਹੀ ਵੱਖਰੀ ਗੱਲ ਹੈ ਇਹਨਾਂ ਸਾਰੇ ਹੀ ਬੰਦੇ ਇਹੋ ਜਿਹੇ ਆ ਬਿਲਕੁਲ ਹੋਰ ਬਾਣੀ ਦੇ ਵਿੱਚ ਇਹਨਾਂ ਦੇ ਦੇਵੀ ਦੇਵਤਿਆਂ ਦੀ ਚੰਗੀ ਤਰ੍ਹਾਂ ਛੱਲ ਲਾਈ ਹੋਈ ਹੈ ਚੰਗੀ ਤਰ੍ਹਾਂ ਛੱਲਾਈ ਇਹ 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 ਵੱਡੇ ਵੀਰ ਜੀ ਉਹ ਗੁਰਚੰਦ ਸਿੰਘ ਜੀ ਉਹ ਤੇ ਵੀਰ ਬਿੰਦਰ ਸਿੰਘ ਜੀ ਉਹ ਇਸੇ ਗੱਲ ਦੀ ਹੈਰਾਨੀ ਆਉਂਦੀ ਆ ਵੇ ਸਾਡੇ ਸਿੱਖ ਜਿਹੜੇ ਆ ਸਿੱਖ ਮਤਲਬ ਕਿ ਮਾਡਰਨ ਰਿਡੀਜਨ ਪੜ੍ਹੇ ਲਿਖੇ ਚਿੰਤਕ ਸੂਝਵਾਨ ਸਿੱਖ ਦਾ ਮਤਲਬ ਜੀ ਸਿੱਖਣ ਵਾਲਾ ਤੇ ਸਾਡੇ ਸਿੱਖ ਦੇਖ ਲਓ ਵੀ ਕੱਲੀ ਚੁਪਾਈ ਕਰਕੇ ਚੁਪਾਈ ਸਾਹਿਬ ਜਦੋਂ ਆਹ ਕੰਮ ਕਰਨਾ ਚੁਪਾਈ ਸਾਹਿਬ ਦੇ ਇੰਨੇ ਪਾਠ ਕਰ ਲਓ ਜਪ ਬਾਣੀ ਛੱਡ ਕੇ ਤੇ ਸਭ ਤੋਂ ਉੱਪਰ ਜਿਹੜੀ ਆ ਉਹ ਚੁਪਾਈ ਸਾਡੇ ਗੱਲ ਪਾਤੀ ਆ ਮੈਂ ਤਾਂ ਉਹਨਾਂ ਨੂੰ ਵੀਰਾਂ ਨੂੰ ਕਹੂੰਗਾ ਵੀ ਆ ਵੀ ਚੁਪਾਈ ਜਾ ਕੇ ਗੁਰਦੁਆਰੇ ਬਹਿ ਕੇ ਪੜਿਆ ਕਰੋ ਜਾ ਕੇ ਜਿਹੜੇ ਬਹੁਤ ਜ਼ਿਆਦਾ ਇਹਦੇ ਵਿੱਚ ਨਿਸ਼ਚੈ ਰੱਖਦੇ ਆ ਹਾਂਜੀ ਬਾਜੀ ਚਲੋ ਜੀ ਹਾਂਜੀ ਚੌਪਈ ਇਹ ਇੰਦਰ ਸੁਮਿਰਤ ਮਿੰਡਰ ਜਬ ਜਾਇ ਹੈ ਰਾਂਡਾ ਆਪੋ ਨਾਮ ਕਹਾ ਹੈ ਤੋਸੋ ਅਦੇਕ ਪ੍ਰੀਤ ਪਜਾਵਾ ਹੈ ਅਮਰਮਤੀ ਬੋਲ ਤੋਹੇ ਲਿਹਾਵਾ ਦੋ ਲਾਈਨਾਂ ਹੋ ਗਈਆਂ ਹਾਂਜੀ ਹਾਂਜੀ ਚਾਰ ਲਾਈਨਾਂ ਹੋ ਗਈਆਂ ਤੇ ਦੋ ਦੋ ਲਾਈਨਾਂ ਦੇ ਵਿੱਚ ਲਿਖਿਆ ਚਾਰ ਲਾਈਨਾਂ ਹੋਏ ਚਾਰ ਲਾਈਨਾਂ ਦਾ ਮਤਲਬ ਚੌਪਈ ਅੱਗੇ ਦੋਹਰਾ ਜੂਨ जाट ਕੀ ਤਿੰਨ ਧਰੀ ਮਿੱਤਰ ਮੰਡਲ ਮੈਂ ਆਏ ਚੂਚਕ ਕੇ ਉਪਜੀ ਭਵਨ ਹੀਰ ਨਾਮ ਤਰਵਾਏ ਇਹ ਦੋਹਰਾ ਹੋ ਗਿਆ ਦੋ ਲਾਈਨਾਂ ਵਾਲਾ ਇੱਥੇ ਲਾਈਨਾਂ ਦੋ ਆ ਤੁਸੀਂ ਦਿਖਾ ਵੀ ਦਿਓ ਆਪਣਾ ਸਾਰਿਆਂ ਜੀ ਨਾਲ ਨਾਲ ਇਸ ਲਈ ਸੰਗਤ ਨੂੰ ਸਾਰਾ ਕੁਝ ਦਿਖ ਰਿਹਾ ਸੰਗਤ ਦਰਸ਼ਕਾਂ ਨੂੰ ਆਪਣੇ ਸਾਰਾ ਕੁਝ ਦਿਖ ਰਿਹਾ ਹਾਂ ਹਾਂ ਜੀ ਸੋ ਇਹ ਦੋ ਲਾਈਨਾਂ ਵਾਲਾ ਦੋਹਰਾ ਹੋ ਗਿਆ ਚਾਰ ਲਾਈਨਾਂ ਵਾਲੀ ਚੌਪਈ ਹੋ ਗਈ ਚੌਪਈ ਕੋਈ ਖਾਸ ਨਹੀਂ ਹੈ ਵੀ ਉਹੀ ਚੌਵੀ ਪੜੀ ਪੜਾਂਗੇ ਤਾਂ ਅਸੀਂ ਸਵਰਗਾਂ ਨੂੰ ਜਾਵਾਂਗੇ ਇਸੀ ਉਹ ਕਹਿੰਦੇ ਵੀ ਹੁਣ ਪਹਿਲਾਂ ਇੰਦਰ ਮੰਡਲ ਚ ਆ ਗਿਆ ਆਪਣਾ ਰਾਜਾ ਨਾਂ ਰਖਾਇਆ ਰਾਜਾ ਆਪਣਾ ਨਾਂ ਰਖਾਇਆ ਤੇ ਫੇਰ ਆਂਦਾ ਰਖਾਏਗਾ ਤੇ ਫੇਰ ਤੇਰੇ ਨਾਲ ਪਿਆਰ ਕਰੇਗਾ ਫਿਰ ਤੈਨੂੰ ਉਹ ਸਵਰਗਾਂ ਚ ਲੈ ਜਾਏਗਾ ਜੂਨ ਜਾਟ ਕੀ ਤਿੰਨ ਤਰੀ ਮਤਮੰਡਲ ਮੈਂ ਆਏ ਚੂਚੁਕੇ ਉਪਜੀ ਭਵਨ ਹੀਰ ਨਾਮ ਸਦਾਏ ਹੁਣ ਦੋਨੋਂ ਜਾਣੇ ਇਸ ਦੁਨੀਆ ਚ ਆ ਚੁੱਕੇ ਐ ਸ਼ੁਰੂ ਚ ਉਹਨਾਂ ਦੀ ਗੱਲ ਕਰਕੇ ਬਾਅਦ ਚ ਉਹਨਾਂ ਨੂੰ ਇਸ ਦੁਨੀਆ ਚ ਲਿਆਂਦਾ ਚੂਚਕ ਦੇ ਕਰੇ ਹੀਰ ਪੈਦਾ ਹੋ ਗਈ ਐ ਇਸੀ ਭਾਂਤ ਸੋ ਕਾਲ ਬਨਾਇਓ ਬੀਤਿਓ ਵਰਖ 1 ਦਿਨ ਜਾਣਿਓ ਬਾਲਾਪਨੋਂ ਛੂਟ ਜੱਬ ਗਇਓ ਜੋਵਨ ਆਨ ਦਮਾਮੋਂ ਦਇਓ ਜਿਹੜੀ ਗੱਲ ਆਪਾਂ ਸ਼ੁਰੂ ਦੇ ਵਿੱਚ ਗੱਲ ਵੇਖੀ ਸੀ ਆਪਣੇ ਵੀ ਇਹ ਹੁਣ ਬਚਪਨ ਜਿਹੜਾ ਬੀਤ ਗਿਆ ਤੇ ਹੁਣ ਉਹਨਾਂ ਦੇ ਵਿੱਚ ਇਸ਼ਕ ਨੇ ਆਪਣਾ ਢੋਲ ਢਮਕਾ ਵਜਾ ਦਿੱਤਾ ਜੋਵਨ ਆਨ ਦਮਾਮੋਂ ਦਇਓ ਦਮਾਮਾ ਵਜਣਾ ਹੁਣ ਜੋ ਬੰਦੇ ਆਗੇ ਆ ਗੱਲ ਹੀਰ ਰਾਂਝਾ ਚਾਰ ਮਹਿ ਮਹਿਕਣ ਆਵੇ ਤਾਂ ਕੋ ਹੀਰ ਹੀਰ ਬਲ ਜਾਵੇ ਤਾਂ ਸੋ ਉਦੇਕ ਨੇ ਉਪਜਾਇਓ ਬਾਤ ਬਾਤ ਮੋਹ ਸੋ ਮੋਹ ਬਡਾਇਓ ਰਾਜੇ ਨੂੰ ਹੁਣ ਇਹਨਾਂ ਨੇ ਮੱਝਾਂ ਚਾਰਨ ਭੇਜਤਾ ਜੀ ਤੇ ਜਦੋਂ ਵੀ ਆਉਂਦਾ ਉਹ ਹੀਰ ਨੂੰ ਉਹਦੇ ਨਾਲ ਲੱਗੀ ਰਹਿੰਦੀ ਐ ਹੁਣ ਪਿਆਰ ਇਸ਼ਕ ਮੁਸ਼ਕ ਦੀ ਕਹਾਣੀ ਇੱਥੋਂ ਚੱਲਦੀ ਐ ਜੀ ਹੂੰ ਉਹ ਆਰਥਕ ਕਰਨ ਵਾਲਿਆਂ ਨੇ ਵੀ ਆਪਣਾ ਇਹੀ ਲਿਖਿਆ ਹੋਇਆ ਰਾਜਾ ਮੱਝਾਂ ਚਾਰ ਕੇ ਵਾਪਸ ਆਉਂਦਾ ਉਸ ਨੂੰ ਵੇਖ ਕੇ ਹੀਰ ਬਲਿਆਰ ਜਾਂਦੀ ਐ ਤੇ ਉਸ ਨਾਲ ਬਹੁਤ ਪ੍ਰੇਮ ਕਰ ਲਿਆ ਬਾਤ ਬਾਤ ਨਾਲ ਮੋਹ ਬਣਾ ਲਿਆ ਗੱਲ ਉਹੀ ਹੈ ਜੀ ਸੌਖਾ ਹੈਗਾ ਕੋਈ ਇਹ ਜਿਹਾ ਉਹ ਕਹਿੰਦੇ ਧਿਆਨ ਨਾਲ ਪੜੀਏ ਤਾਂ ਇਹ ਪੱਲੇ ਪੈ ਜਾਂਦੀ ਹੈ ਖਾਤ ਪੀਤ ਬੈਠਤ ਉਠਤ ਸੋਵਤ ਜਾਗਤ ਨਿਤ ਕਬੂ ਨਾ ਬਿਸਰਾ ਚਤ ਸੁੰਦਰ ਦਰਸਨ ਨਿਮਿਤ ਆਪਣੇ ਮਿੱਤਰ ਦੇ ਖਾਂਦੀ ਪੀਂਦੀ ਉਠਦੀ ਬੈਠਦੀ ਹਰ ਵਕਤ ਉਹਨੂੰ ਧਿਆਨ ਚ ਰੱਖਦੀ ਹੈ ਹੀਰ ਬਾਜ ਅੱਗੇ ਆ ਗਿਆ ਹੁਣ ਹੀਰ ਕੀ ਕਹਿੰਦੀ ਹੈ ਹੁਣ ਹੀਰ ਜੇ ਕਹਿੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਦੇ ਕੋਲ ਬੈਠੀ ਹੈ ਲਖਾਰੀ ਤਾਂ ਨਹੀਂ ਉਹ ਤਾਂ ਹੀ ਨਾ ਵੀ ਉਹਦੇ ਸਾਹਮਣੇ ਕਿਸੇ ਕਿਸੇ ਬੰਦੇ ਨੇ ਕੁਝ ਬੋਲ ਕੇ ਕਿਹਾ ਹੋਵੇ ਹੀਰ ਬਾਤ ਤਾਂ ਮੈਂ ਉਹ ਤਾਂ ਹੀ ਤਾਂ ਮੰਨਾਂਗਾ ਨਾ ਪਰ ਜਾਂ ਫਿਰ ਇਹ ਕਾਪੀ ਕਰ ਰਹੀ ਹੈ ਕਿਸੇ ਕੋਲੋਂ ਇਹ ਕਿੰਤੀਆਂ ਕਾਪੀਆਂ ਆਈਆਂ ਇਹ ਹਾਂਜੀ ਹਾਂਜੀ ਬਾਹਰ ਜਾਉ ਤੋ ਬਾਹਰ ਜਾਉ ਤੋ ਬਾਹਰ ਹੀ ਗ੍ਰਹਿ ਆਵਤ ਆਵਤ ਸੰਗ ਲਗੇ ਹੀ ਜੋ ਹੱਠ ਬੈਠ ਰਿਹਾ ਕਰ ਮੈਂ ਪ੍ਰਿਆ ਪੈਠ ਰਹਿ ਹੀ ਹੈ ਮੈਂ ਪਹਿਲੇ ਹੀ ਬਾਹਰ ਜਾਂਦੀ ਹੈ ਜਦੋਂ ਆਪਣਾ ਘਰ ਆਉਂਦਾ ਰਾਹ ਜਾਂ ਤਾਂ ਉਹਦੇ ਨਾਲ ਆਵਤ ਸੰਗ ਲਗੇ ਹੀ ਉਹਦੇ ਨਾਲ ਲੱਗ ਕੇ ਬੈਠੀ ਰਹਿੰਦੀ ਐ ਲੋ ਜੀ ਪਤਾ ਨਹੀਂ ਹੁਣ ਜਦੋਂ ਗੁਰਬਾਣੀ ਦੀ ਮੈਂ ਕਿਹੜੀ ਪੰਗਤੀ ਨਾਲ ਇਹਦਾ ਮੇਲ ਕਰਾਵਾਂ ਵੀ ਇਹੋ ਜੀ ਗੱਲਾਂ ਗੁਰਬਾਣੀ ਵੀ ਕਹਿੰਦੀ ਆ ਵੀ ਬੰਦਾ ਤੇ ਔਰਤ ਹਮੇਸ਼ਾ ਇਕੱਠੇ ਹੀ ਬੈਠੇ ਰਹਿੰਦੇ ਐ ਕੰਮ ਨਹੀਂ ਕਰਨ ਜਾਂਦੇ ਜਾਂ ਔਰਤ ਕਰਦਾ ਕੰਮ ਨਹੀਂ ਕਰਦੀ ਚਲੋ ਨੀਂਦ ਹਮੈ ਨਕ ਨਕਵਾਨੀ ਕਰੀਛ ਨਹੀਂ ਚਿਨੀ ਹੀ ਚੈਨ ਰਾਮ ਸਖੀ ਸੁਪਨੇ ਹੀ ਉਡੀ ਕਹਿੰਦੇ ਜਿਹੜੀ ਐਨੀ ਪ੍ਰੀਤ ਕਰਦੀ ਆ ਵੀ ਉਹ ਉਹਦੇ ਕੋਲ ਹੀ ਬੈਠੀ ਰਹਿੰਦੀ ਐ ਨੀਂਦਰ ਨੇ ਮੇਰੇ ਸਵਾਸ ਨੱਕ ਤੱਕ ਲੈ ਆਂਦੇ ਵੀ ਉਹਦੀ ਨੀਂਦ ਜਿਹੜੀ ਉਹ ਹਰਾਮ ਹੋ ਗਈ ਆ ਹੁਣ ਉਹਨੂੰ ਕੁਝ ਹੋਰ ਸਵਾਏ ਰਾਜੇ ਤੋਂ ਦਿਸਦਾ ਨਹੀਂ ਜਾਗਤ ਸੋਵਤ ਰਾਤ ਨੂੰ ਦੱਸਿਓ ਕਹਮ ਮੋਹਿ ਰਾਂਜਣ ਚੈਨ ਨਾ ਦੇਹੀ ਹੁਣ ਛੈਣ ਪਰਲੀ ਵੀ ਮੈਨੂੰ ਸੁਪਨੇ ਵਿੱਚ ਸੁਖ ਦਾ ਆਰਾਮ ਨਹੀਂ ਆਉਂਦਾ ਕਿਉਂਕਿ ਮੈਂ ਰਾਜਾ ਰਾਜਾ ਕਰਦੀ ਰਹਿੰਦੀ ਐ ਰਾਂਜਣ ਰਾਂਜਣ ਕਰਦੀ ਨਹੀਂ ਮੈਂ ਆਪੇ ਰਾਂਜਣ ਹੋਈ ਰਾਜਨ ਰਾਜਨ ਸਦਾ ਉਚਾਰਿਆ ਸੋਬਤ ਜਾਗਦਾ ਤਹਾਂ ਸੰਭਾਰਾ ਬੈਠ ਤੂ ਉੜ ਤੇ ਚਲ ਤੂ ਸੰਗਾ ਤਾਈ ਕੋ ਜਾਣਾ ਕੈ ਅੰਗਾ ਹੁਣ ਉਹ ਰਾਂਝਾ ਰਾਂਝਾ ਵੀ ਕਰਦੀ ਰਹਿੰਦੀ ਐ ਉਹਦਾ ਨਾਮ ਵੀ ਲੈਂਦੀ ਰਹਿੰਦੀ ਐ ਹਰ ਵਕਤ ਉਹ ਆਪਣੇ ਅੰਗ ਸੰਗ ਵੀ ਉਹਨੂੰ ਸਮਝਦੀ ਐ ਕਾਹੂ ਕੋ ਜੋ ਹੀਰ ਨਿਹਾਰਾ ਜੇ ਕੋਈ ਬੰਦਾ ਸਦਾ ਉਚਾਰੇ ਸੌਂਦਿਆਂ ਜੇ ਕਿਸੇ ਨੂੰ ਵੀ ਹੀਰ ਵੇਖਦੀ ਐ ਹਾਂ ਕਾਹੂ ਕੋ ਜੋ ਹੀਰ ਨਿਹਾਰਾ ਰਾਂਝਣ ਹੀਰ ਦੇ ਵਿਚ ਵਿਚਾਰਾ ਐ ਐਸੀ ਪ੍ਰੀਤ ਪ੍ਰਿਆ ਕੀ ਲਾਗੀ ਨੀਂਦ ਪੂਖ ਤਾਂ ਕੀ ਸਭ ਭਾਗੀ ਇਹ ਗੱਲ ਆਪਾਂ ਕਰ ਚੁੱਕੇ ਬੜੀ ਆ ਇਹ ਰਿਪੀਟ ਕਰ ਰਿਹਾ ਉਹੀ ਗੱਲਾਂ ਲਿਖਾਰੀ ਹਾਂਜੀ ਆ ਰਾਂਜਨ ਹੀ ਕੈ ਰੂਪ ਵੈ ਭਈ ਉਰਾਂਜਨ ਅਨੰਦਨ ਕਰਦੀ ਆਪੇ ਰਾਜਾ ਹਾਯੋ ਉਹ ਉਹੀ ਆਪਣੇ ਜਿਹੜਾ ਵਾਰਿਸਾਹ ਵਾਲੀ ਹੀਰ ਦੀ ਗੱਲ ਫੇਰ ਆ ਗਈ ਜੋ ਮਿਲ ਬੂੰਦ ਬਾਰ ਮੋ ਗਈ ਐਦਾਂ ਹੋ ਗਈ ਵੀ ਜਿਵੇਂ ਕੋਈ ਬੂੰਦ ਜਲ ਦੇ ਵਿੱਚ ਡਿਗ ਪਵੇ ਜਿਵੇਂ ਮੀਂਹ ਆਏ ਕਿਸੇ ਨਦੀਆਂ ਨਾਲੇ ਚ ਡਿਗਵੇ ਤੋ ਮੀਂਹ ਦੀ ਬੂੰਦ ਨਦੀ ਨਾਲੇ ਦਾ ਰੂਪ ਹੋ ਜਾਂਦੀ ਹੈ ਜੈਸੇ ਮਿਰਗ ਮਿਰਗਿਆ ਕੋਲ ਹੈ ਹੋ ਹੋ ਤ ਬਿਦਾਏ ਬਿਨਾ ਹੀ ਗਿਆ ਛਿਰਨੀ ਉਸ ਛਿਰਨੀ ਵਰਗੀ ਹੋ ਗਈ ਜੋ ਮਿਰਗਿਆ ਸ਼ਿਕਾਰੀ ਨੂੰ ਵੇਖ ਕੇ ਬਿਨਾ ਬੰਨਿਆ ਹੀ ਬੰਨਿਆ ਜਾਂਦਾ ਹੈ ਪਤਾ ਨਹੀਂ ਕੀ ਲਿਖ ਰਿਹਾ ਇਹਦਾ ਆਪਣਾ ਜਿਹੜਾ ਟ੍ਰਾਂਸਲੇਟਰ ਹੈ ਗੱਲ ਇਹਦਾ ਮਤਲਬ ਇਹ ਹੈ ਵੀ ਜਿਸ ਤਰ੍ਹਾਂ ਮਿਰਗ ਨੂੰ ਮਾਰਨ ਵਾਸਤੇ ਸ਼ਿਕਾਰੀ ਸਿਸ਼ਤ ਬੰਦਾ ਤੇ ਉਹ ਸਰਕਲ ਭੁੱਲ ਜਾਂਦਾ ਹੈ ਇਸ ਤਰ੍ਹਾਂ ਹੀ ਹੀਰ ਰਾਜੇ ਦੇ ਵੱਲ ਤੱਕਦੀ ਹੈ ਤੇ ਬਾਕੀ ਸਾਰਾ ਕੁਝ ਭੁੱਲੀ ਪਈ ਹੈ ਜੈਸੇ ਲੱਕੜੀ ਆਗ ਵਿੱਚ ਪਰਤ ਕਹੂੰ ਤੇ ਆਏ ਜਿਹੜੇ ਲੱਕੜੀ ਨੂੰ ਆਪਾਂ ਅੱਗ ਦੇ ਵਿੱਚ ਸੁੱਟ ਦਈਏ ਤਾਂ ਪਲਕ ਦੋ ਤਾਂ ਮੈਂ ਰਹਿ ਬਹੁਤ ਆਗ ਹੀ ਹਵਾ ਜਾਏ ਲੱਕੜੀ ਅੱਗ ਲੱਗਦੇ ਆ ਲੱਕੜੀ ਨੂੰ ਥੋੜੀ ਟਾਈਮ ਲੱਗਦਾ ਇਹਨਾਂ ਦ੍ਰਿਸ਼ ਬੰਦਿਆ ਹੋਇਆ ਲਖਾਰੀ ਨੇ ਵੀ ਬਾਅਦ ਦੇ ਵਿੱਚ 2-4 ਮਿੰਟਾਂ ਦੇ ਵਿੱਚ ਜਿਹੜੀ ਲੱਕੜੀ ਹੈ ਉਹ ਅੱਗ ਵਰਗੀ ਹੀ ਹੋ ਜਾਂਦੀ ਹੈ ਹਰ ਜਾਂ ਅਸ ਐਸੇ ਸੁਣਿਓ ਕਰ ਇੱਕ ਦੋ ਪਏ ਐਸੇ ਹੀ ਹੀਰ ਤੇ ਰਾਂਝਾ ਹੈਗੇ ਆ ਜਿਹੜੇ ਵੇਖਣ ਨੂੰ ਤਾਂ ਦੋ ਲੱਗਦੇ ਆ ਪਰ ਹੈ ਇੱਕ ਹੀ ਬਿਰਹ ਬਡਾਰਨ ਜੋ ਬਦਾ ਇੱਕ ਦੋ ਤੇ ਹੋਏ ਭਾਵੇਂ ਉਹ ਵੇਖਣ ਨੂੰ ਬਿਰਹ ਬਡਾਰਨ ਵੀ ਦੇਖਣ ਨੂੰ ਦੋ ਲੱਗਦੇ ਹੈ ਇੱਕ ਹੀ ਰਾਂਝਨ ਹੀਰ ਪ੍ਰੇਮ ਮੈਂ ਰਹਾ ਇੱਕ ਹੀ ਦੋ ਹੋਏ ਫਿਰ ਉਹ ਹੀ ਰਿਪੀਟ ਕਰ ਰਿਹਾ ਹੈ ਕਬਹਿ ਕੋ ਤਨ ਇੱਕ ਹੀ ਲੈਬਾ ਕੋ ਤਨ ਦੋਏ ਕਹਿਣੇ ਨੂੰ ਤਾਂ ਦਾ ਆਪਣਾ ਦੋ ਹੈਗੇ ਹੈ ਪਰ ਉਹ ਹੈ ਉਹਨਾਂ ਦਾ ਸਰੀਰ ਇੱਕੋ ਹੀ ਐਸੀ ਪ੍ਰੀਤ ਪ੍ਰਿਆ ਕੀ ਭਈ ਸਿਗਰੀ ਬਿਸਰ ਸਿਗਰੀ ਬਿਸਰ ਤਾਂਹੇ ਸੁਧ ਗਈ ਰਾਜਾ ਜੂ ਕੋ ਰੂਪ ਉਰਜਨ ਉਰਜਾਨੀ ਲੋਕ ਰਾਜਤਾਜ ਭਈ دیਵਾਨੀ ਹੁਣ ਐਸੀ ਉਹਨੂੰ ਪ੍ਰੀਤ ਹੋ ਗਈ ਕਿ ਸਾਰੀ ਸੁਧ ਬੋਦੀ ਭੁੱਲ ਗਈ ਤੇ ਰਾਜੇ ਦੇ ਰੂਪ ਵਿੱਚ ਉਰਜਾਨੀ ਦਾ ਮਤਲਬ ਹੁੰਦਾ ਉਲਝ ਗਈ ਉਹਨੂੰ ਲੋਕ ਰਾਜ ਛੱਡ ਕੇ دیਵਾਨੀ ਹੋਈ ਫਿਰਦੀ ਹੈ ਅ ਤਬ ਚੂਚਕ ਇਹ ਭਾਤ ਵਿਚਾਰੀ ਇਹ ਕੰਨਿਆ ਨਾ ਜੀਏ ਤਾਂ ਹਮਾਰੀ ਹੁਣ ਉਹਦਾ ਬਾਪ ਆ ਗਿਆ ਚੂਚਕ ਹੀਰ ਦਾ ਬਾਪ ਦਾ ਨਾਮ ਉਹ ਕਹਿੰਦਾ ਉਹਨੇ ਸੋਚਿਆ ਕਿ ਇਹ ਹੁਣ ਕੰਨਿਆ ਇਸ ਤਰ੍ਹਾਂ ਬਚੇਗੀ ਨਹੀਂ ਆ ਵੀ ਇਹ ਖੋਰਾ ਕੋ ਦਿਜਾ ਜਾਂ ਮੈਂ ਤਨਕ ਢੀਲ ਨੇ ਕੀ ਜਾਏ ਹੁਣ ਸਾਨੂੰ ਢਿਲ ਨਹੀਂ ਕਰਨੀ ਚਾਹੀਦੀ ਇਹ ਖੇੜਿਆਂ ਨੂੰ ਖੋਰਾ ਖੇੜਾ ਖੇੜਾ ਹੈ ਖੇੜਾ ਜੀ ਆ ਵੀ ਇਹ ਖੇੜਾ ਕੋ ਦਿਜਾਏ ਉਹੋ ਹੀ ਖੇੜਿਆਂ ਦਾ ਰਹਿਣਾ ਗੋਲੀ ਜਿਹੜਾ ਤੁਸੀਂ ਕਹਿ ਲੈਂਗੇ ਬਿਲਕੁਲ ਜੀ ਪਹਿਲਾਂ ਪਹਿਲਾਂ ਕੀਤੀ ਸੀ ਖੇੜਿਆਂ ਦੇ ਹੀ ਵਿਆਹੀ ਹੈ ਖੇੜੇ ਕੋਈ ਹੋਰ ਨਹੀਂ ਹੈਗੇ ਖੇੜੇ ਉਹ ਥਾਂ ਹੈ ਜਿੱਥੇ ਹੀਰ ਦਾ ਵਿਆਹ ਕੀਤਾ ਜਾਂਦਾ ਹੈ ਕਹਾਣੀਆਂ ਦੇ ਮੁਤਾਬਕ ਲੀਗਲ ਬਿਲਕੁਲ ਉਹ ਚੂਚਕ ਦਾ ਬਾਪ ਕਹਿੰਦਾ ਵੀ ਹੁਣ ਇਹ ਮੈਂ ਖੇੜਿਆਂ ਦੇ ਨਾਲ ਇਹਦਾ ਵਿਆਹ ਕਰ ਦੇਵਾਂ ਤਾਂ ਹੀ ਬਚੂਗੀ ਅਦਰਵਾਇਜ਼ ਇਹ ਬਚੇਗੀ ਨਹੀਂ ਖੇੜਾ ਬੋਲ ਤੌਰ ਤੇ ਤਹਦੇਓ ਉਹ ਕੋਈ ਬੰਦਾ ਭੇਜ ਦੇ ਹੁਣੇ ਵੀ ਛੇੜਿਆਂ ਨੂੰ ਹੁਣ ਤੁਰਤ ਬੁਲਾ ਲਿਆਓ ਅਤੇ ਇਹਦਾ ਹੀਰ ਦਾ ਵਿਆਹ ਕਰਦੀਏ ਰਾਂਝਾ ਅਥਿਤ ਖੋਏ ਸੰਗ ਗਾਇਓ ਕੀ ਕੀਤਾ ਜੀ ਨਾ ਛੇੜਿਆਂ ਨੂੰ ਤੁਰਤ ਬੁਲਾਓ ਹੀਰ ਦਾ ਵਿਆਹ ਕਰਕੇ ਉਹਨਾਂ ਨਾਲ ਤੋਰ ਦਿੱਤੀ ਜੇ ਰਾਂਝਾ ਉਹਨਾਂ ਨਾਲ ਫਕੀਰ ਬਣ ਕੇ ਗਿਆ ਇਹਨੇ ਨਵੀਂ ਗੱਲ ਪਾਤੀ ਫਕੀਰ ਨੂੰ ਤਾਂ ਹੀਰ ਲੱਭਦੀ ਹੈ ਜਦੋਂ ਉਹ ਸੱਪ ਲੜਾਉਣ ਦਾ ਜਿਹੜਾ ਹੀਰ ਵਾਰਿਸ਼ ਆਇਆ ਉਹਦੇ ਮੁਤਾਬਕ ਸਾਪ ਲੜਾਉਣ ਦਾ ਖੇਖਣ ਕਰਦੀ ਐ ਤੇ ਤਾਂ ਫਿਰ ਰਾਜਾ ਉਹਨੂੰ ਮਿਲਦਾ ਐ ਇਹਨੇ ਨਾਲ ਹੀ ਤੋਰਤਾ ਭਾਰੀ ਨੇ ਰਾਜੇ ਨੂੰ ਫਕੀਰ ਦੇ ਰੂਪ ਚ ਨਾਲ ਹੀ ਭੇਜਤਾ ਮੰਗ ਤ ਪੀਖ ਕਾਤ ਜਦ ਪਾਇਓ ਉਹ ਆਪਣਾ ਜਦੋਂ ਉਹਨੂੰ ਪੀਖਿਆ ਮੰਗਦੇ ਨੂੰ ਦਾਉ ਲੱਗਿਆ ਤਾਂ ਉਹਨੂੰ ਲੈ ਕੇ ਸਵਰਗਾਂ ਚ ਚਲਾ ਗਿਆ ਮੰਗ ਤ ਪੀਖ ਕਾਤ ਜਦ ਪਾਇਓ ਕਾਤ ਹੁੰਦਾ ਜਦੋਂ ਉਹਨੂੰ ਮੌਕਾ ਮਿਲਿਆ ਵੈਸੇ ਰਾਜਾ ਉੱਥੇ ਪੀਖ ਮੰਗਦਾ ਫਿਰਦਾ ਲੈ ਤਾਂ ਕੋ ਸੋਰ ਲੋਕ ਸਦਾਇਓ ਹੂੰ ਹੁਣ ਇਹਨੂੰ ਉਹ ਜਿਹੜੀ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਵੀ ਤਾਰਾਂ ਆਊਗਾ ਤੇ ਉਹ ਤੈਨੂੰ ਸਵਰਗ ਲੋਕ ਚ ਲੈ ਕੇ ਜਾਊਗਾ। ਇੰਦਰ ਦੀ ਜਿਹੜੀ ਕੁੜੀ ਦੀ ਤੁਸੀਂ ਗੱਲ ਕੀਤੀ ਸੀ ਇਹਨਾਂ ਦਾ ਸਵਰਗ ਕਿਤੇ ਇਸ ਧਰਤੀ ਤੇ ਇੰਦਰ ਆ ਜਾਂਦਾ ਤੇ ਕਦੇ ਆਪਣੇ ਸਵਰਗ ਚ ਵੀ ਹੁੰਦਾ। ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜਦੋਂ ਝੂਠ ਬੋਲਦੇ ਆ ਵੀ ਅਸੀਂ ਕੀ ਕਰ ਰਹੇ ਆ। ਮੈਂ ਸਵਾਲ ਕੀਤਾ ਹੋਇਆ ਵੀ ਸੁਰ ਲੋਕ ਫਿਰ ਕਿੱਥੇ ਹੈ ਕਿਤੇ ਜੇ ਕਿਤੇ ਇੰਦਰ ਇੱਥੇ ਵੀ ਆ ਕੇ ਇਸਤਰੀਆਂ ਨਾਲ ਇਹੋ ਜਿਹਾ ਕੰਮ ਕਰਦਾ ਫਿਰ ਆ। ਤੇ ਫਿਰ ਉਹਨੂੰ ਲੈ ਕੇ ਜਾਣ ਦੀ ਉੱਪਰ ਕਿੱਥੇ ਲੋੜ ਹੈਗੀ ਹੈ ਹੂੰ ਰਾਜਾ ਹੀਰ ਮਿਲਤ ਜਦ ਪਏ ਚਿਤਕੇ ਸਕਲ ਸੋਕ ਮਿਟ ਗਏ ਹੀ ਹੈ ਕਿ ਅਬਦ ਬੀਤ ਜਦ ਗਈ ਵੜਦ ਹੂੰ ਸੁਰਪੁਰ ਕੀ ਲਈ ਲਓ ਜੀ ਕੀ ਰਾਣਾ ਆਖੇ ਜਦੋਂ ਮਿਲ ਗਏ ਤੇ ਮਨ ਦੇ ਸਾਰੇ ਦੁੱਖ ਹੋ ਗਏ ਤੇ ਇਕੱਠੇ ਤਾਂ ਉਹਨਾਂ ਦੇ ਘਰੇ ਵੀ ਸੀ ਫਿਰ ਵਿਆਹ ਕਰਨ ਦੀ ਕੀ ਲੋੜ ਪਈ ਦਿਨ ਤਾਂ ਇੱਕ ਦਿਨ ਵੀ ਉਹਨਾਂ ਨੂੰ ਅਲੱਗ ਨਹੀਂ ਕੀਤਾ ਨਾ ਇੱਥੇ ਕੋਈ ਹੀਰ ਦੇ ਤੇ ਆਪਣੇ ਖੇੜਿਆਂ ਦੀ ਤੇ ਰਾਜੇ ਦੀ ਆਪਸ ਵਿੱਚ ਦੀ ਲੜਾਈ ਨਾ ਵਿਯੋਗ ਨਾ ਕੁਝ ਕੋਈ ਕਹਾਣੀ ਇੰਟਰਸਟਿੰਗ ਨਹੀਂ ਬਣਾਈ ਬਿਲਕੁਲ ਦੂਜੀ ਗੱਲ ਦੇਖੋ ਜੀ ਉਹ ਕਹਿੰਦੇ ਵੀ ਨਾਲ ਹੀ ਫਕੀਰ ਦਾ ਰੂਪ ਲੈ ਕੇ ਤੁਰ ਪਿਆ ਉੱਥੋਂ ਨਾਲ ਹੀ ਤੇ ਬਾਅਦ ਚ ਕਹਿ ਰਿਹਾ ਵੀ ਭੀਖ ਮੰਗਣ ਜਦੋਂ ਆਇਆ ਦਾ ਲੱਗਾ ਤਾਂ ਲੈ ਗਿਆ ਇਹ ਕੋਈ ਗੱਲ ਸਮਝ ਨਹੀਂ ਆਈ ਇਹ ਪਹਿਲਾਂ ਤਾਂ ਨਾਲ ਹੀ ਜਾ ਰਿਹਾ ਉਦੋਂ ਹੀ ਕਿਉਂ ਨਹੀਂ ਲੈ ਗਿਆ ਮੈਂ ਇਹੋ ਤੱਕ ਗੱਲ ਕਹੀ ਵੀ ਇਕੱਠਾ ਹੀ ਹੈ ਵਿਆਹ ਵੀ ਹੋਇਆ ਤਾਂ ਵੀ ਉਹ ਫਕੀਰ ਦੇ ਰੂਪ ਚ ਨਾਲ ਜਾਂਦਾ ਤੇ ਭੀਖ ਮੰਗਦਾ ਫਿਰਦਾ ਤੇ ਜਦੋਂ ਉਹਦਾ ਦਾ ਲੱਗਿਆ ਤੇ data ਪਹਿਲਾਂ ਉਹਨਾਂ ਦੇ ਘਰੇ ਵੀ ਸੀਗਾ ਜੇ ਉਹਨੇ ਲੈ ਕੇ ਜਾਣਾ ਸੀ ਸਵਰਗਾਂ ਚ ਤਾਂ ਪਹਿਲਾਂ ਹੀ ਲੈ ਜਾਂਦਾ ਉਹਨੂੰ ਉਹਨੂੰ ਇਹ ਵਿਆਹ ਕਰਵਾਉਣ ਦੀ ਕੀ ਲੋੜ ਪੈ ਗਈ ਸੀ ਹੀਰ ਨੂੰ ਇੱਕ ਗੱਲ ਮੈਂ ਇੱਥੇ ਮੰਨਣਾ ਮੰਨਦਾ ਮੈਂ ਨਾ ਪੰਜ 6 ਰਾਈਟਰਾਂ ਦੀ ਹੀਰ ਪੜ੍ਹੀ ਆ ਬਕਰਿਆ ਬਕਰਿਆਂ ਦੀ ਇਹ ਸਭ ਤੋਂ ਨਕਮੀ ਆ ਇਹ ਇਹ ਦੋਨੋਂ ਕਮੀ ਸਟੋਰੀ ਨਹੀਂ ਹੋ ਸਕਦੀ ਹੀਰ ਦੀ ਨਾ ਇੱਥੇ ਕੋਈ ਇੰਟਰਸਟ ਬਣਦਾ ਨਾ ਕੋਈ ਗੱਲ ਬਣਦੀ ਆ ਨਾ ਕੁਝ ਹੋਰ ਹੁੰਦਾ ਆ ਇਹ ਸਭ ਤੋਂ ਨਕਮੀ ਲਿਖੀ ਹੋਈ ਹੀਰ ਆ ਆ ਆਖਿਰ ਲੀਆਂ ਦੋ ਲੈਣਾ ਪੜ ਲੀਏ ਫਿਰ ਤੁਸੀਂ ਰਾਜਾ ਪਯੋ ਸਰੇਸ਼ਤਾ ਪਈ ਮੇਨਕਾ ਮੈਂਡ ਕਾ ਹੀਰ ਯਾ ਜਗ ਮੈਂ ਗਾਵਤ ਸਦਾ ਸਭ ਕਬੀ ਕੋਲ ਜਸ ਤੀਰ ਉਤੇ ਰਾਂਝਾ ਜਿਹੜਾ ਇੰਦਰ ਬਣ ਗਿਆ ਤੇ ਹੀਰ ਮੈਂਕਾ ਬਣ ਗਈ ਮੈਂਕਾ ਬਣ ਗਈ ਉਹਦੀ ਕੁੜੀ ਜਿਹੜੀ ਤੁਸੀਂ ਗੱਲ ਕੀਤੀ ਸੀ ਉਹ ਉਹਨੇ ਇੰਦਰ ਨੇ ਆਪਦੀ ਕੁੜੀ ਨਾਲ ਵਿਆਹ ਕਰ ਲਿਆ ਹੀਰ ਦੇ ਰੂਪ ਚ ਇਸ ਜਗਤ ਵਿੱਚ ਸਾਰੇ ਕਵੀ ਸਦਾ ਧੀਰ ਜ ਨਾਲ ਉਹਨਾਂ ਦਾ ਜਸ ਗਾਉਂਦੇ ਆ ਲਓ ਜੀ ਇਹ ਚਰਿੱਤਰ ਉਤੇ ਪੂਰਾ ਹੋ ਗਿਆ শ্রোਤਾ ਜਣਾਂ ਨੂੰ ਬੇਨਤੀ ਕਰਾਂਗੇ ਕਿ ਇਹ ਦੱਸਣ ਵੀ ਕੋਈ ਇਹਦੇ ਵਿੱਚ ਕੋਈ ਉਹਨਾਂ ਨੂੰ ਕੁਝ ਮਿਲਿਆ ਜੇ ਮਿਲ ਗਿਆ ਤਾਂ ਮੈਨੂੰ ਵੀ ਪਤਾ ਲੱਗ ਜਾਵੇ ਮੈਂ ਹੁਣ ਅੱਗੇ ਤੁਹਾਡੇ ਨਾਲ ਇੱਕ ਸੋਹਣੀ ਮੈਹੀ ਵਾਲ ਵਾਲਾ ਜਿਹੜਾ ਹੈਗਾ ਚਰਿੱਤਰ ਨੂੰ ਸਾਂਝਾ ਕਰਾਂ ਜੀ ਕਿ ਤੁਸੀਂ ਕੋਈ ਕਮੈਂਟ ਕਰ ਰਹੇ ਇਹਦੇ ਤੇ ਹਾਂਜੀ ਸੋਹਣੀ ਮੈਹੀ ਮੈਂ ਸੋਹਣੀ ਮੈਹੀ ਵਾਲਾ ਹੈ ਕਿਹੜਾ ਮੈਂ ਉਹਨਾਂ ਚਰ ਕੱਢ ਲਵਾ 101 ਕੇ 108 101 ਨੰਬਰ ਚਰਿੱਤਰ ਹੈ ਜੀ ਠੀਕ ਹੈ ਜੀ ਮੈਂ ਕੱਢ ਲੈਣਾ ਉਹਨਾਂ ਚਰ ਹਾਂਜੀ ਜਗਮਨ ਸਿੰਘ ਜੀ ਹਾਂ ਮੈਂ ਘੱਲ ਕਰਦਾ ਮੈਂ ਕਹਿਆ ਵੀ ਇਹ ਤਾਂ ਸੁਣਿਆ ਸੀ ਜਦੋਂ ਆਪਾਂ ਅਸੀਂ ਛੋਟੇ ਹੁੰਦੇ ਸੀ ਜਾਂ ਹੱਲੇ ਤੱਕ ਵੀ ਪੰਜਾਬ ਦੇ ਵਿੱਚ ਜਦੋਂ ਆਪਾਂ ਕੋਈ ਆਪਣੀ ਧੀ ਜਾਂ ਭੈਣ ਤੋੜਦੇ ਸੀ ਤਾਂ ਭਰਾ ਨਾਲ ਜਾਂਦੇ ਸੀ ਜੇ ਕੋਈ ਸਕਾਪਰਾ ਨਹੀਂ ਹੁੰਦਾ ਸੀ ਤਾਂ ਉਹ ਆਪਣਾ ਮਾਮੇ ਦਾ ਭੂਆ ਦਾ ਮੁੰਡਾ ਚਾਚੇ ਦਾ ਉਹ ਨਾਲ ਜਾਂਦਾ ਸੀ ਜਦੋਂ ਆਪਣੀ ਕਿਸੇ ਵੀ ਤੀ ਧਿਆਣੀ ਦਾ ਵਿਆਹ ਹੁੰਦਾ ਸੀ ਤੇ ਆ ਪਹਿਲੀ ਵਾਰ ਦੇਖਿਆ ਵੀ ਜਿਹੜਾ ਰਾਜਾ ਆ ਉਹ ਨਾਲ ਹੀ ਆਸ਼ਿਕ ਵੀ ਨਾਲ ਹੀ ਤੁਰਦਾ ਕਿ ਨਾਲ ਹੀ ਚੱਲ ਉੱਥੇ ਫਕੀਰ ਬਣਾ ਕੇ ਪਿਛੋੜ ਮੈਂ 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 ਤਾਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਵੀ ਲਖਾਰੀ ਦੀ ਮਾਨਸਿਕਤਾ ਵੇਖਣ ਦੀ ਲੋੜ ਹੈ ਇਹਦੇ ਵਿੱਚੋਂ ਜਦੋਂ ਅਸੀਂ ਲਖਾਰੀ ਦੀ ਮਾਨਸਿਕਤਾ ਦੀ ਪਰਖ ਕਰਾਂਗੇ ਤਾਂ ਪਤਾ ਲੱਗ ਜਾਏਗਾ ਕਿ ਗੁਰੂ ਗੋਬਿੰਦ ਸਿੰਘ ਦੀ ਇਹ ਮਾਨਸਿਕਤਾ ਨਹੀਂ ਇਹ ਘਟਿਆ ਕਿਸਮ ਦਾ ਲਖਾਰੀ ਹੈ ਜਿਹੜਾ ਇਹੋ ਜੇ ਚਰਿੱਤਰ ਲਿਖਦਾ ਪਿਆ ਉਹਨੂੰ ਇਹ ਨਹੀਂ ਪਤਾ ਲੱਗਦਾ ਜਿਹੜਾ ਤੁਸੀਂ ਹੁਣ ਚੀਰ ਫਾੜ ਕੀਤਾ ਹੈ ਵੀ ਹੀਰ ਦੇ ਨਾਲ ਉਹਦੇ ਚਾਚੇ ਦਾ ਇਹਦਾ ਪੁੱਤ ਭਰਾ ਕੋਈ ਭੇਜੀਏ ਰਾਜੇ ਨੂੰ ਅਡ ਕਰੀਏ ਰਾਜੇ ਨੂੰ ਆਸ਼ਕ ਨੂੰ ਨਾਲ ਤੋੜਦਾ ਤੇ ਵਿਆਹ ਕਰਨ ਲਈ ਕਿ ਲੋੜ ਸੀ ਬੈਕਲ ਤੂੰ ਚੁਰਚਨੇ ਹੀਰ ਦੇ ਬਾਬਲ ਨੇ ਸੋਚਿਆ ਕੀ ਫਿਰ ਸੋ ਕਹਾਣੀ ਮੂਲੋਂ ਲਖੇਦ ਸਾਰਿਆਂ ਤੋਂ ਨਖੇਦ ਇਹ ਜਿਹੜੀ ਹੀਰ ਹੈਗੀ ਹੈ ਲਿਖੀ ਗਈ ਹੈ ਇਹਦੇ ਵਿੱਚ ਜਿਹੜਾ ਹੀਰ ਦਾ ਆਪਣਾ ਚਰਿੱਤਰ ਦਿੱਤਾ ਹੋਇਆ ਤੇ ਨਾ ਹੀ ਇਹਦੇ ਵਿੱਚ ਕੋਈ ਔਰਤਾਂ ਦੇ ਚਰਿੱਤਰ ਵਾਲੀ ਗੱਲ ਕੀਤੀ ਇਹਨੂੰ ਚਰਿੱਤਰ ਕਮਾ ਕਿ ਕਿਦਾਂ ਕਹੀਏ ਮੈਂ ਤਾਂ ਕਹਿੰਦਾ ਹਾਂ ਮੈਂ ਮੈਂ ਆਹ ਗੱਲ ਕਰਨੀ ਚਾਹੁੰਦਾ ਸੀ ਵੀਰ ਜੀ ਉਹ ਭੀਏ ਜਿਹੜੇ ਇਹਦੇ ਹੱਕ 'ਚ ਬੋਲਦੇ ਆ ਨਾ ਇਹ ਕਹਿੰਦੇ ਆ ਜੀ ਇਹ ਔਰਤਾਂ ਦੇ ਚਰਿੱਤਰ ਦੀ ਗੱਲ ਆ ਇਹ ਸਾਰੇ ਦੇ ਵਿੱਚ ਇਹਦੇ 'ਚ ਤਾਂ ਕੋਈ ਚਰਿੱਤਰ ਵਾਲੀ ਗੱਲ ਹੀ ਹੈ ਨਹੀਂ ਹੁਣ 71 ਨੰਬਰ ਜਿਹੜਾ ਚਰਿੱਤਰ ਆ ਪੰਗਾ ਵਾਲਾ ਉਹਦੇ ਦੱਸੋ ਵੀ ਔਰਤ ਦਾ ਚਰਿੱਤਰ ਕਿੱਥੇ ਹੁੰਦਾ ਪੂਰੇ ਚਰਿੱਤਰ 'ਚ ਛੋਟਾ ਜਿਹਾ ਸੰਗਤ ਆਪੇ ਪਾੜ ਲਵੇ 71 ਨੰਬਰ 74 'ਤੇ ਗੁਰੂ ਸਾਹਿਬ ਨੇ ਪੰਗਾ ਲਾ ਕੇ ਉਹਨਾਂ ਦੀ ਆ ਵੇਚ ਦਿੱਤੀਆਂ ਤੇ ਕੁਛ ਜੜੀਆਂ ਉਹ ਦੇਤੀਆਂ ਸਰੂਪੇ ਬਣਾ ਕੇ ਉਹਦੇ 'ਚ ਚਰਿੱਤਰ ਕਿੱਥੇ ਹੁੰਦਾ ਔਰਤ ਦਾ ਪੂਰੇ ਚਰਿੱਤਰ ਦੇ ਵਿੱਚ ਇੱਕ ਹੋਰ ਗੱਲ ਦੱਸਾਂ ਮੈਂ ਕਿ ਆਪਣੇ ਕਮੈਂਟਾਂ ਵੀ ਵਧੀਆ ਆ ਰਹੀਆਂ ਆਪਣੇ ਵੀਰ ਵੀ ਕਾਫੀ ਇੰਟਰਸਟਿਡ ਹੋ ਕੇ ਸੁਣ ਰਹੇ ਆ ਤੇ ਆਪਣੇ ਹਰਪਜਨ ਦੇਵ ਸਿੰਘ ਜੀ ਤੇ ਚਲੋ ਕਹਿੰਦਾ ਮੇਰੇ ਵਾਸਤੇ ਇੰਨਾ ਹੀ ਬਹੁਤ ਹੈ ਅੱਜ ਠੀਕ ਹੈ ਹੁਣ ਦੀਪ ਸਿੰਘ ਜੀ ਪੱਗਾ ਸਿੰਘ ਜੀ ਕਹਿ ਰਹੇ ਵੀ ਮਿਰਜੇ ਦੀ ਵਾਰੀ ਆਈ ਨਹੀਂ ਕਿ ਨਹੀਂ ਹਲੇ ਆ ਆਜੂਗੀ ਜੀ ਸੋ ਇਹ ਵੀ ਅਗਲਾ ਅਗਲਾ ਸੱਤੀ ਵਾਲਾ ਕਿਰਤਨ ਜਿਹੜਾ ਨਾ ਛੋਟਾ ਹੀ ਹੈ ਹਾਂਜੀ ਹਾਸਾ ਤਾ ਕਰਕੇ ਹਾਸਾ ਤਾ ਕਰਕੇ ਆਉਂਦਾ ਵੀ ਇੰਨੀਆਂ ਹਾਸੋ ਹੀਣੀਆਂ ਗੱਲਾਂ ਸਾਡੇ ਗੁਰੂ ਸਰ ਮੜ ਰਹੇ ਆ ਤੇ ਸਾਨੂੰ ਦੇਖੋ ਮੈਨੂੰ ਹੁਣ ਇਹ ਸਾਰੇ ਪੜ ਪੜ ਕੇ ਜਦੋਂ ਮੈਂ ਪੜਦਾ ਸੀ ਪਹਿਲਾ ਵੇ ਪੜਿਆ ਤਰਸ ਆਉਂਦਾ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਸਿਰ ਤੇ ਨਿਆਣਿਆਂ ਦੇ ਦਮਾਲੇ ਬਣਾ ਕੇ ਨਾ ਚੋਲੇ ਪਵਾ ਕੇ ਉਹਨਾਂ ਨੂੰ ਜਾ ਕੇ ਲਓ ਜੀ ਕਰ ਚ ਪਾਈ ਸਾਹਿਬ ਦਾ ਪਾਠ ਕਰ ਆਹਾ ਮਤਲਬ ਸਾਨੂੰ ਉਹਨਾਂ ਬੰਦਿਆਂ ਤੇ ਉਹਨਾਂ ਦੀ ਬਾਨ ਸਿਕਤਾ ਦੇ ਤੁਸੀਂ ਬੱਚੇ ਬੱਚੇ ਜਦੋਂ ਕਿਤੇ ਬੱਚੇ ਨੇ ਗ੍ਰੰਥ ਖੋਲ ਲਿਆ ਆਪ ਪੜ ਲਿਆ ਮੈਨੂੰ ਨਹੀਂ ਲੱਗਦਾ ਉਹ ਆਪਣੇ ਪਿਓ ਨੂੰ ਵੀ ਢਾ ਕੇ ਉਹ ਡੰਡਾ ਫੇਰੂ ਨਾ ਵੀ ਆ ਤੋ ਕਿਧਰ ਉਧਰ ਫਿਰਦਾ ਤੂੰ ਸਹੀ ਗੱਲ ਹੈ ਤੁਹਾਡੇ ਜਮੂੜੀ ਤੁਹਾਡੇ ਨਾਲ ਮਿਲਦੀ ਜੁਲਦੀ ਗੱਲ ਦੇ ਕਮੈਂਟ ਦੀ ਮੈਂ ਆਪਣਾ ਪ੍ਰਿੰਸੀਪਲ ਹਰਪਾਜਨ ਸਿੰਘ ਸੈਕਸ਼ੀਡ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਆ ਤੇ ਉਹ ਵੀ ਦਸ ਪ੍ਰਾਂਤ ਤੇ ਉਲਟ ਸੀ ਤੇ ਉਹਨਾਂ ਦੀ ਇੱਕ ਨੂੰ ਨੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਅਲਮਾਰੀ ਖੋਲ ਕੇ ਇਹ ਗ੍ਰੰਥ ਪੜ੍ਹ ਲਿਆ ਤੇ ਉਸ ਉਸ ਦੀ ਨੂੰ ਦਾ ਇਹ ਕਮੈਂਟ ਸੀ ਕਿ ਚੰਗਾ ਹੁੰਦਾ ਮੈਂ ਅਲਮਾਰੀ ਨਾ ਹੀ ਖੋਲਦੀ ਹੂੰ ਚੰਗਾ ਹੁੰਦਾ ਅਲਮਾਰੀ ਮੈਂ ਨਾ ਹੀ ਖੋਲਦੀ ਕਹਿੰਦੀ ਮੇਰੇ ਫਾਦਰ ਇਨ ਲਾ ਹਮੇਸ਼ਾ ਇਹਨੂੰ ਤਾਲਾ ਲਾ ਕੇ ਚਾਬੀ ਆਪਣੀ ਜੇਬ ਵਿੱਚ ਰੱਖਦੇ ਸੀ ਤੇ ਮੈਂ ਇਹ ਸੋਚਦੀ ਹੁੰਦੀ ਸੀ ਵੀ ਇਹਦੇ ਵਿੱਚ ਉਹਨਾਂ ਦਾ ਪਤਾ ਨਹੀਂ ਕੀ ਰੱਖਿਆ ਤੇ ਇਹ ਇਹੋ ਜੀਆਂ ਚੀਜ਼ਾਂ ਉਹਨਾਂ ਦੀਆਂ ਅੱਡੇ ਸਾਹਮਣੇ ਰੱਖੇ ਵੀ ਘਰ ਵਾਲੇ ਵੇਖਣ ਹੀ ਨਾ ਬਿਲਕੁਲ ਜੀ ਮੈਂ ਇਹਦੇ ਨਾਲ ਮੈਂ ਇਹ ਉਹਨਾਂ ਦੀ ਕਮੈਂਟ ਮੈਂ ਇਹਦੇ ਨਾਲ ਇੱਕ ਗੱਲ ਐਡ ਕਰ ਦਿੰਨਾ ਤੁਹਾਡੇ ਨਾਲ ਵੀਰੋ ਇਹ ਅਲਮਾਰੀ ਖੋਲਣੀ ਅਸੀਂ ਵੀ ਨਹੀਂ ਸੀ ਚਾਹੁੰਦੇ ਕਿਉਂਕਿ ਇਹ ਅਲਮਾਰੀ 'ਚ ਬਹੁਤ ਗੰਦ ਹੈ ਅਸੀਂ ਖੋਲਣੀ ਨਹੀਂ ਸੀ ਚਾਹੁੰਦੇ ਪਰ ਜਦੋਂ ਇਹਨਾਂ ਨੇ ਖੋਲ ਕੇ ਸਾਡੇ ਬੰਗਲਾ ਸਾਹਿਬ ਦੇ ਵਿੱਚ ਰੱਖਤੀ ਹੈ ਇਹ ਅਲਮਾਰੀ ਇਹ ਸਾਡੇ ਕੋ ਕੋਈ ਚੋਇਸ ਨਹੀਂ ਰਹਿ ਜਾਂਦੀ ਕਿਉਂਕਿ ਬੰਤਾ ਸਿੰਘ ਸ਼ਰੀਆਮ ਕਹਿ ਰਿਹਾ ਵੀ ਸਾਰੇ ਚਰਿੱਤਰ ਗੁਰੂ ਸਾਹਿਬ ਦੇ ਲਿਖੇ ਹੋਏ ਆ ਸ਼ਰੀਆਮ ਕਹਿ ਰਿਹਾ ਉਹ ਓਪਨਲੀ ਸੋ ਸਾਨੂੰ ਇਹ ਅਲਮਾਰੀ ਖੋਲਣੀ ਪੈਣੀ ਆ ਕਿਉਂਕਿ ਜੇ ਨਾ ਖੋਲੀ ਤੇ ਸੰਗਤ ਸਾਹਮਣੇ ਅਸਲੀਅਤ ਨਹੀਂ ਆ ਸਕਦੀ ਸੋ ਇਸ ਕਰਕੇ ਅਸੀਂ ਖੋਲੀ ਆ ਖੋਲਣੀ ਨਹੀਂ ਸੀ ਚਾਹੁੰਦੇ ਪਰ ਇਹਨਾਂ ਨੇ ਖਲਾ ਦਿੱਤੀ ਆ ਹਾਂਜੀ ਵੀਰ ਜੀਓ ਕਰੋ ਸ਼ੁਰੂ ਅਗਲਾ ਚਰਿੱਤਰ ਹਾਂਜੀ ਰਾਵੀ ਪੀਰ ਜਾਟ ਇੱਕ ਰਹਾ ਮਹੀਵਾਲ ਨਾਮ ਜੱਗ ਕਹੈ ਰਾਵੀ ਦੇ ਕੰਢੇ ਇੱਕ ਜੱਟ ਰਹਿੰਦਾ ਹੈ ਉਹਦਾ ਨਾਮ ਮਹੀਵਾਲ ਹੈ ਨਿਰਖ ਸੋਹਣੀ ਬਸ ਹਵੇ ਗਈ ਤਾਂ ਪੈ ਰੀਜ ਤੋਂ ਆਸ਼ਕ ਪਈ ਇਹ ਗੱਲ ਚੱਲੀ ਵੀ ਨਹੀਂ ਅਜੇ ਸਟੋਰੀ ਦਾ ਸ਼ੁਰੂਆਤ ਮੋੜ ਵੀ ਨਹੀਂ ਬਜਿਆ ਕਿ ਸੋਹਣੀ ਉਹਦੇ ਬਸ ਵਿੱਚ ਹੋ ਵੀ ਗਈ ਉਹਦੇ ਤੇ ਆਸ਼ਕ ਵੀ ਹੋ ਗਈ ਪਤਾ ਨਹੀਂ ਸੋਹਣੀ ਕਿੱਥੇ ਰਹਿੰਦੀ ਸੀ ਕਿਵੇਂ ਪੈਦਾ ਹੋਈ ਕਹਾਣੀ ਨੂੰ ਰੌਚਕ ਬਣਾਉਣ ਦਾ ਤਰੀਕਾ ਕਹਾਣੀ ਨੂੰ ਲਿਖਣ ਦਾ ਤਰੀਕਾ ਇਸ ਲਖਾਰੀ ਨੂੰ ਆਉਂਦਾ ਹੀ ਨਹੀਂ ਹੈ ਹਾਂਜੀ ਬਿਲਕੁਲ ਹਾਂਜੀ ਜਾ ਵੀ ਪਾਨ ਅਸਤ ਹਵੇ ਜਾਏ ਜਦੋਂ ਹੀ ਸੂਰਜ ਡੁੱਬਦਾ ਤਾ ਵੀ ਹੀ ਪੈਰ ਨਦੀ ਤਾ ਵੀ ਹੀ ਪੈਰ ਨਦੀ ਤਾ ਆਵੇ ਦ੍ਰਿੜ ਗੈ ਕਟ ਔਰ ਕੈ ਤਰ ਤਰੈ ਕਟੋਂ ਦਾ ਘੜਾ ਜੀ ਹਾਂਜੀ ਛੇਨ ਮੋ ਪੈਰ ਪਾਰ ਤਰ ਪਰ ਕਹਿੰਦੇ ਜਦੋਂ ਹੀ ਸੂਰਜ ਡੁੱਬਦਾ ਤੇ ਉਹ ਨਦੀ ਤਰ ਕੇ ਆਪਣੇ ਅਸ ਕੋਲ ਆ ਜਾਂਦੀ ਹੈ ਤੇ ਘੜੇ ਨੂੰ ਉਹ ਲੁਕਾ ਕੇ ਆਪਣੇ ਆਪਣੇ ਛਾਤੀਆਂ ਦੇ ਥੱਲੇ ਦੇ ਕੇ ਤੇ ਉਹਦੇ ਉੱਤੇ ਪਾਰ ਰੱਖ ਕੇ ਤੇ ਅਗਲੇ ਪਾਸੇ ਲੰਘ ਜਾਂਦੀ ਹੈ ਇੱਕ ਦਿਨ ਉੱਠ ਜਦਬ ਉੱਠ ਕੇ ਜਦ ਧਾਈ ਸੋਵਤੋ ਹਤੋ ਬੰਦ ਲਖ ਪਾਈ ਪਾਛਾ ਲਗ ਭੇਦ ਤਹ ਚੜਿਓ ਕੁਛ ਸੋਣੀ ਤਹ ਨਾ ਰਹੋ ਹੁਣ ਉਹ ਕਹਿੰਦੇ ਪਹਿਲਾਂ ਤਾਂ ਜਿਹੜੀਆਂ ਆਮ ਕਹਾਣੀ ਕਿੱਸਾ ਕਰਾਂ ਉਹਨਾਂ ਨੇ ਤਾਂ ਸੋਣੀ ਦੀ ਜਿਹੜੀ ਨਾਨਾਣ ਆ ਉਹਨੂੰ ਠਾਇਆ ਬਿਲਕੁਲ ਹਾਂਜੀ ਇੱਥੇ ਭਰਾ ਬਈ ਹਾਂਜੀ ਉਹਦੇ ਆਪਣਾ ਜਿਹਦੇ ਨਾਲ ਉਹ ਵਿਆਹੀ ਹੋਈ ਉਹਦੀ ਭੈਣ ਨੇ ਇਹ ਭੇਦ ਲਿਆ ਵੀ ਸੋਹਣੀ ਰਾਤ ਨੂੰ ਜਾਂਦੀ ਕਿੱਥੇ ਹੈ ਇੱਥੇ ਉਹਨੇ ਉਹਦੇ ਭਰਾ ਨੂੰ ਵੀ ਨਾਲ ਲਾਤਾ ਇਹ ਮੈਂ ਅੱਜ ਤੱਕ ਸੋਹਣੀ ਮੈ ਵਾਲ ਦੇ ਕਿਸੇ ਚ ਕਿਸੇ ਵੀ ਹੋਰ ਰਾਈਟਰ ਦਾ ਨਹੀਂ ਪੜਿਆ ਜਿਹੜਾ ਇਹ ਰਾਈਟਰ ਲਿਖ ਰਿਹਾ ਹੈ ਕਹਿੰਦਾ ਵੀ ਜਦੋਂ ਸੋਹਣੀ ਉੱਠ ਕੇ ਚੱਲਣ ਲੱਗੀ ਪਿੱਛੇ-ਪਿੱਛੇ ਉਹਦਾ ਜਿਹੜਾ ਭਰਾ ਹੈ ਉਹ ਚੱਲ ਪਿਆ ਤੇ ਸੋਹਣੀ ਆਪਣੇ ਇਸ਼ਕ ਚ ਮਤਲਬ ਰਚਿਤ ਹੋਈ ਸੀ ਤੇ ਉਹਨੂੰ ਇਹਦਾ ਪਤਾ ਹੀ ਨਹੀਂ ਲੱਗਾ ਆ ਵੀਰ ਜੀ ਵੀਰ ਜੀ ਮੈਂ ਇੱਕ ਬੇਨਤੀ ਕਰਦਾ ਜਿਹੜਾ ਪਾਠ ਹੈ ਉਹ ਮੈਂ ਪੜਦਾ ਤੇ ਤੁਸੀਂ ਅਰਥ ਪੜਿਓ ਮੈਂ ਪਾਠ ਪੜ੍ਹ ਦਿੰਦਾ ਫੇ ਆਪਣਾ ਛੇਤੀ ਹੋ ਜਾਊਗਾ ਪੁਚੰਗ ਸ਼ੰਗ ਸ਼ਕੀ ਪ੍ਰੇਮ ਬਾਲਾ ਤੇ ਸਥੌਰਤਾਈ ਜਹਾਂ ਦਾਬਕੈ ਬੂਟ ਮੈਂ ਮਟ ਆਈ ਲਿਓ ਹਾਥ ਤਾਂ ਕੋ ਤਸੀ ਨੀਰ ਮਿਆਨੇ ਮਿਲੀ ਜਾਏ ਤਾਂ ਕੋ ਜਹੀ ਭੇਦ ਜਾਣੇ ਹੁਣ ਆ ਤਾਂ ਆਪਾਂ ਜਾਈ ਹੈ ਉਤਲਨ ਕਰਨਾ ਹੀ ਨਾ ਚਲੋ ਇਦਾਂ ਕਰ ਲੈਂਦੇ ਆ ਮੈਂ ਪਤਾ ਹੀ ਕਰ ਲਿਆ ਇਦਾਂ ਹੀ ਕਰ ਲੈਂਦੇ ਆ ਚਲੋ ਉਹ ਦੇ ਕੋਈ ਕਰਨੀ ਤੁਸੀਂ ਆਪ ਆਪਣਾ ਤੁਸੀਂ ਪੜ੍ਹ ਲਓ ਜਾਂ ਮੈਂ ਪੜ੍ਹ ਲੈਣਾ ਪ੍ਰੇਮ ਪਕਨ ਦੇ ਵਿੱਚ ਕਹਿੰਦੇ ਇਸਤਰੀ ਉਸ ਥਾਂ ਤੇ ਪਹੁੰਚ ਗਈ ਜਿੱਥੇ ਬਿਰਸ਼ ਦਾ ਕੜਾ ਲੁਕਾ ਕੇ ਆਈ ਸੀ ਉਸ ਕੜੇ ਨੂੰ ਹੱਥ ਵਿੱਚ ਲੈ ਕੇ ਉਹ ਪਾਣੀ ਵਿੱਚ ਵੜ ਗਈ ਤੇ ਪ੍ਰੇਮੀ ਨੂੰ ਜਾ ਮਿਲੀ ਤੇ ਉਸੇ ਭਰਾ ਨੇ ਸਾਰਾ ਭੇਦ ਪਾ ਲਿਆ ਮਿਲੀ ਜਾਏ ਤਾਕੋ ਫਰੀ ਫਿਰ ਬਾਲਾ ਦਿਪੇ ਚਾਰ ਸੋਭਾ ਮਨੋ ਆਗ ਜਾਲਾ ਜਵਾਲਾ ਲੈ ਹੱਥ ਮਾਟਾ ਨਦੀ ਪੈਰ ਆਈ ਕੋਉ ਨਾਹੀਂ ਜਾਣੇ ਤਿਨੀ ਬਾਤ ਪਾਈ ਐਡਾ ਕਹ ਲੈਣੀ ਉਹ ਜਦੋਂ ਆਪਣੇ ਦੋ ਆਪਣੇ ਯਾਰ ਨੂੰ ਮਿਲ ਕੇ ਆਉਂਦੀ ਹੈ ਦੋਸਤ ਕਹਿਣਾ ਠੀਕ ਨਹੀਂ ਯਾਰ ਹੀ ਲਫ਼ਜ਼ ਇੱਥੇ ਵਰਤਣਾ ਠੀਕ ਹੈ ਅ ਅੱਛਾ ਜਿਹੜੇ ਜਿਹੜੇ ਸੱਜਣ ਗੁਰਬਾਣੀ ਵੀ ਪੜਦੇ ਮੈਂ ਯਾਰ ਔਰ ਯਾਰ ਦਾ ਫਰਕ ਦੱਸ ਦੇਵਾਂ ਸੁਣ ਮੀਤ ਹਮਾਰੇ ਸੱਜਣਾ ਜਦੋਂ ਅਸੀਂ ਇਹ ਸ਼ਲੋਕ ਪੜਾਂਗੇ ਤੇ ਜਿੱਥੇ ਪ੍ਰਮਾਤਮਾ ਨੂੰ ਯਾਰ ਕਹੇ ਉੱਥੇ ਯਈਏ ਨਾਲ ਵਗਦਾ ਯਈਏ ਯਾਰ ਬਿਲਕੁਲ ਜੀ ਤੇ ਜਦੋਂ ਜਿਹੜੇ ਇੱਥੇ ਇਸ਼ਕ ਮੁਸਕ ਦੀ ਗੱਲ ਥੋੜੀ ਬਹੁਤੀ ਕੀਤੀ ਗੁਰਬਾਣੀ ਦੇ ਵਿੱਚ ਉੱਥੇ ਜੱਜੇ ਨੂੰ ਕੰਨਾਂ ਤੇ ਰਾਰਾ ਪਾਇਆ ਹੋਇਆ ਬਿਲਕੁਲ ਯਾਰ ਯਾਰ ਚ ਵੀ ਅੰਤਰ ਕੀਤਾ ਹੋਇਆ ਗੁਰਬਾਣੀ ਚ ਬਹੁਤ ਵਧੀਆ ਹਾਂਜੀ ਹਾਂਜੀ ਔਰ ਜਦੋਂ ਮੁੜ ਕੇ ਆਉਂਦੀ ਹੈ ਵੀ ਉਹਦੇ ਉੱਤੇ ਚਿਹਰੇ ਤੇ ਪਤਾ ਨਹੀਂ ਕਿਹੋ ਜੀ ਇਸ਼ਕ ਦੀ ਲਾਟ ਹੁੰਦੀ ਹੈ ਫਿਰ ਉਹ ਉਹ ਦਾ ਜਿਹੜਾ ਪੇਦ ਕਿਸੇ ਨੂੰ ਪਤਾ ਨਹੀਂ ਲੱਗਦਾ ਇਦਾਂ ਦੀਆਂ ਗੱਲਾਂ ਕੀਤੀਆਂ ਹੋਈਆਂ ਹਨ ਭਾਇਓ ਪ੍ਰਾਤ ਲੈ ਕਾਂਚ ਮਾਟਾ ਸੁਧਾਇਓ ਤਿਸੇ ਡਾਰ ਦੀਨੋ ਉਸੇ ਰਾਖ ਆਇਓ ਭਏ ਸੋਣੀ ਰਹਿਣ ਜਬ ਹੀ ਸੁਧਾਈ ਵਹੇ ਮਾਟ ਲੈ ਕੇ ਸ਼ਕੀ ਪ੍ਰੇਮ ਆਈ ਉਹ ਹੁਣ ਕੀ ਐ ਵੀ ਉਹਦੀ ਗੱਲ ਕਿਸੇ ਨੂੰ ਪਤਾ ਨਹੀਂ ਲਗਾ ਤੇ ਫਿਰ ਕੀ ਹੁੰਦਾ ਸਵੇਰ ਹੁੰਦਿਆਂ ਜਦੋਂ ਉਹਦਾ ਭਰਾ ਹੈ ਉਹ ਕੜਾ ਉਹਦਾ ਜਿਹੜਾ ਕੱਚਾ ਕੜਾ ਹੈ ਉਹ ਉਥੇ ਰੱਖਿਆ ਹੁੰਦਾ ਤੇ ਉਹ ਦੂਸਰਾ ਘੜਾ ਉੱਥੇ ਤੋੜ ਦਿੰਦਾ ਹੈ ਹਾਂਜੀ ਪਾਹ ਸੁੱਟ ਦਿੰਦਾ ਤੇ ਇਹ ਇਸ ਗੱਲ ਦਾ ਵੀ ਉਹਨੂੰ ਸੋਹਣੀ ਨੂੰ ਨਹੀਂ ਪਤਾ ਲੱਗਦਾ ਦੋਹਰਾ ਉਹ ਜੇ ਦੋ ਹਾਂਜੀ ਹਾਂਜੀ ਦੋਹਰਾ ਅਧਿਕ ਜਬ ਸਰਤਾ ਤਰੀ ਮਾਰਟ ਗਇਓ ਤਬ ਫੂਟ ਡੁਬਕੀ ਲੇਤੇ ਤਨ ਕਇਓ ਪ੍ਰਾਣ ਬਹਰ ਗਏ ਛੂਟ ਜਦੋਂ ਉਹ ਉਹਦੇ ਤੇ ਕੱਚੇ ਘੜੇ ਤੇ ਤਰਨ ਲੱਗੀ ਤੇ ਥੋੜੀ ਦੇਰ ਬਾਅਦ ਉਹ ਕੱਚਾ ਘੜਾ ਸੀ ਜਿਹੜਾ ਉਹ ਫਟ ਗਿਆ ਤੇ ਉਹ ਹੁਣ ਉਹਦੇ ਵਿੱਚ ਡੁੱਬ ਗਈ ਪ੍ਰਾਣ ਗਏ ਛੂਟ ਮਰ ਗਈ ਹਾਂਜੀ ਅੱਗੇ ਚੌਪਈ ਆ ਗਈ ਮਹੀਵਾਲ ਅਧਿਕ ਦੁਖ ਧਰਿਓ ਕਹਾਂ ਸੋਹਣੀ ਰਹੀ ਵਿਚਾਰਿਓ ਨਦੀ ਵਿੱਚ ਖੋਜਤ ਬਉ ਭਇਓ ਆਈ ਲਹਿਰ ਡੂਬਸੋ ਗਇਓ ਹੁਣ ਸੋਹਣ ਮਹੀਵਾਲ ਨੂੰ ਅਧਿਕ ਦੁਖ ਹੋਇਆ ਤੇ ਫਿਰ ਉਹ ਸੋਚਦਾ ਵੀ ਅੱਜ ਆਈ ਨਹੀਂ ਕਿੱਧਰ ਚਲੀ ਗਈ ਤੇ ਨਦੀ ਚ ਹੱਥ ਮਾਰਨ ਲੱਗਾ ਜਾਂ ਖੋਜਦਾ ਖੋਜਣਾ ਕੀ ਹੁੰਦਾ ਤੇ ਲਹਿਰ ਆਈ ਤੇ ਉਹ ਵੀ ਨਾਲ ਹੀ ਡੁੱਬ ਗਿਆ ਹੂੰ ਇਕ ਪੁਰਖ ਜੈ ਚਰਤ ਰਸਦਾਰੀ ਉਹ ਮਹੀਵਾਲ ਸੋਣੀਓ ਮਾਰਿਓ ਕਾਚੋ ਘਟਵਾ ਕੋ ਦੇ ਬਰਿਓ ਮਹੀਵਾਲ ਹੂੰ ਕੋ ਸਿਰ ਤੋਰਿਓ ਉਹ ਕੋਈ ਬੰਦਾ ਵੇਖ ਰਿਆ ਹੋਣਾ ਜੀ ਉਹਨੇ ਕਿਹਾ ਵੀ ਇਹਨੇ ਸੋਣੀ ਨੂੰ ਡੋਬ ਦਿੱਤਾ ਤੇ ਉਹਨੇ ਉਹਦੇ ਮਹੀਵਾਲ ਦੇ ਸਿਰ 'ਚ ਕੋਈ ਡਾਂਗ ਮਾਰੀ ਜਾਂ ਛੋਟਾ ਮਾਰਿਆ ਤੇ ਉਹਦਾ ਸਿਰ ਪਾੜ ਦਿੱਤਾ ਪਹਿਲਾਂ ਤਾਂ ਕਹਿੰਦਾ ਡੁੱਬ ਗਿਆ ਫਿਰ ਕਹਿੰਦਾ ਉਹਦਾ ਸਿਰ ਡੁੱਬੇ ਹੋਏ ਦਾ ਸਿਰ ਪਾੜਤਾ ਉਹ ਹੁਣ ਇਹ ਝੂਠ ਜੇ ਆਪਾਂ ਇਹਨਾਂ ਛੋਟੇ-ਛੋਟੇ ਝੂਠ ਵੀ ਪੜੀਏ ਨਾ ਤੇ ਆਪਾਂ ਨੂੰ ਬਹੁਤ ਧਿਆਨ ਨਾਲ ਸੋਚ ਕੇ ਇਹ ਇਹ ਕਰਨਾ ਪੈਣਾ ਬਹੁਤ ਟਾਈਮ ਲੱਗੇਗਾ ਇਹਦੇ ਹਰ ਇੱਕ ਦੂਜੇ ਤੀਜੀ ਲਾਈਨ ਦੇ ਬਾਅਦ ਆਪਾਂ ਪਹਿਲਾਂ ਸ਼ੁਰੂ ਦੇ ਵਿੱਚ ਇਹ ਹੀ ਦਿੱਤਾ ਹੈ ਕਿ ਇਹ ਬੰਦੇ ਨੂੰ ਪਤਾ ਨਹੀਂ ਲੱਗਦਾ ਉਹ ਲਿਖ ਕੀ ਰਿਹਾ ਹੈ ਮਾਨਸਿਕਤਾ ਐਡੀ ਨੀਵੀਂ ਹੈ ਇਸ ਬੰਦੇ ਦੀ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਪਹਿਲਾਂ ਤਾਂ ਇੱਕੋ ਲਾਈਨ ਦੇ ਵਿੱਚ ਤਾਂ ਕਹਿੰਦਾ ਬਈ ਆਪਣਾ ਜਿਹੜਾ ਮਹੀਵਾਲ ਡੁੱਬ ਗਿਆ ਤੇ ਫਿਰ ਨਾਲ ਮਹੀਵਾਲ ਹੂਂਕੋ ਸਿਰ ਤੋੜਿਓ ਕੋਈ ਡਾਂਗ ਮਾਰ ਕੇ ਉਹਦੇ ਸਿਰ ਤੋੜਦਾ ਮਹੀਵਾਲ ਦਾ ਸਿਰ ਪਾੜਦਾ ਦੇਖੋ ਕਿੰਨੀਆਂ ਬਕਵਾਸ ਕਹਾਣੀਆਂ ਵੀ ਬੜਿਆਂ ਨੇ ਪੜ੍ਹੀ ਹੋਣੀ ਆ ਮੈਨੂੰ ਯਾਦ ਆ ਵੀ ਬਹੁਤ ਸਾਲ ਪਹਿਲਾਂ ਨਾ ਗਰਬਖੇ ਸਿੰਘ ਪ੍ਰੀਤਲੜੀ ਜਿਹੜਾ ਸੀ ਉਹਨੇ ਕਿਤਾਬ ਲਿਖੀ ਸੀ ਇਸ਼ਕ ਜਨਾ ਦੀ ਹੱਡੀ ਰਚਿਆ ਬਹੁਤ ਸਾਰਿਆਂ ਨੇ ਪੜ੍ਹੀ ਹੋਣੀ ਆ ਜਿਹਦੇ ਵਿੱਚ ਲਾਲਾ ਮੈਨੂ ਸ਼ਰੀਫ ਰਾਦ ਇਹ ਹੀ ਰਾਂਝਾ ਸੋਹਣੀ ਮਹੀਂ ਬਾਦ ਸਾਰਿਆਂ ਦੀਆਂ ਕਹਾਣੀਆਂ ਲਿਖੀਆਂ ਸਿਗੀਆਂ ਜਿਨ੍ਹਾਂ ਨੇ ਵੀ ਇਹਨਾਂ ਬਾਰੇ ਪੜ੍ਹਿਆ ਹੋਣਾ ਤਕਰੀਬਨ ਉਸ ਕਿਤਾਬ ਚ ਪੜ੍ਹਿਆ ਹੋਣਾ ਤੇ ਉਹਨੇ ਇੱਕ ਕਿਤਾਬ ਲਿਖੀ ਸੀ ਪਰਮ ਮਨੁੱਖ ਗੁਰੂ ਸਾਹਿਬ ਬਾਰੇ ਤੇ ਉਦੋਂ ਇੰਨੀ ਕੰਟਰੋਵਰਸੀ ਚੱਲੀ ਸੀਗੀ ਇਹ ਸਾਡੇ ਸੋ ਕਾਲਡ ਜਥੇਦਾਰ ਵੀ ਉਹਨੂੰ ਛੇਕਣ ਤੱਕ ਨੌਬਤ ਆ ਗਈ ਸੀ ਗੁਰਬਖਸ਼ ਸਿੰਘ ਨੂੰ ਕਹਿੰਦੇ ਦੇਖੋ ਜੀ ਇਹ ਇਸ਼ਕ ਮੁਸ਼ਕ ਦੀਆਂ ਕਹਾਣੀਆਂ ਲਿਖਣ ਵਾਲਾ ਬੰਦਾ ਇਹ ਗੁਰੂ ਸਾਹਿਬ ਬਾਰੇ ਕਿਦਾਂ ਲਿਖ ਸਕਦਾ ਇਹ ਇਹਨਾਂ ਨੇ ਮੇਨ ਮੁੱਦਾ ਬਣਾਇਆ ਸੀ ਉਦੋਂ ਵੀ ਜਿਹੜਾ ਇਸ਼ਕ ਮੁਸ਼ਕ ਦੀ ਕਹਾਣੀ ਲਿਖਦਾ ਉਹ ਕਿਦਾਂ ਲਿਖ ਸਕਦਾ ਤੇ ਹੁਣ ਜਿੰਨੂੰ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਲਿਖੀਆਂ ਇਸ਼ਕ ਦੀਆਂ ਕਹਾਣੀਆਂ ਤੇ ਇਹ ਹੁਣ ਆਪੇ ਹੀ ਜਰਾ ਜਵਾਬ ਦੇਣ ਵੀ ਗੁਰਬਖਸ਼ ਸਿੰਘ ਨੂੰ ਤੁਸੀਂ ਕਿਦਾਂ ਗਲਤ ਕਹਿੰਦੇ ਸੀਗੇ ਉਦੋਂ ਵੀ ਏ ਗੁਰੂ ਸਾਹਿਬ ਤਾਂ ਜੇ ਤੁਸੀਂ ਕਹਿੰਦੇ ਗੁਰੂ ਸਾਹਿਬ ਨੇ ਲਿਖਿਆ ਇਹ ਤਾਂ ਉਤੋਂ ਕਿਤੇ ਕੱਢਿਆ ਦਰਜੇ ਦੀ ਸ਼ਬਦਾਵਲੀ ਵੀ ਆ ਤੇ ਕੋਈ ਸੈਂਸ ਵੀ ਨਹੀਂ ਬਣਦੀ ਕੋ ਕੰਮ ਸੇ ਕੰਮ ਕੋਈ ਰੋਚਕਤਾ ਹੋਵੇ ਨਾ ਕਹਾਣੀ ਇਹ ਤਾਂ ਰੋਚਕਤਾ ਵੀ ਨਹੀਂ ਪੈਦਾ ਕਰਦੀ ਕੋਈ ਕਹਾਣੀ ਤੁਸੀਂ ਠੀਕ ਵਰਨਣ ਕੀਤਾ ਜੀ ਵੀ ਮੈਂ ਵੀ ਪੜਿਆ ਉਹ ਉਹ 1962 ਕਰੇਟ ਜਾਂ ਚੌਂਟ ਦੇ ਵਿੱਚ ਜਿਨ੍ਹਾਂ ਦੇ ਹੱਡੀ ਰਚਿਆ ਸੋ ਕਿਉਂ ਬਾਲਣ ਦੀਵੇ ਬਿਲਕੁਲ ਹਾਂਜੀ ਉਹ ਉਹ ਕਹਾਣੀਆਂ ਪੜਨ ਨੂੰ ਇਹ ਨਹੀਂ ਉਹਨਾਂ ਨੇ ਇੰਟਰਸਟਿੰਗ ਬਣਾਈਆਂ ਸੀ ਕਿ ਲੜੀ ਟੁੱਟਦੀ ਨਹੀਂ ਸੀ ਤੁਸੀਂ ਜੇ ਉਹ ਕਿਤਾਬ ਜਾਂ ਕਿੱਸਾ ਇੱਕ ਪੜ੍ਹਨਾ ਸ਼ੁਰੂ ਕੀਤਾ ਤੁਸੀਂ ਇੱਕ ਕਿੱਸਾ ਪੂਰਾ ਪੜ੍ਹ ਕੇ ਫੇਰ ਹੀ ਹਟੋਗੇ ਪਰ ਇਹ ਇੱਕ ਕਿੱਸੇ ਤੇ ਮਤਲਬ ਭਾਵੇਂ ਇੱਕ ਡੇਢ ਪੇਜ ਦਾ ਲਿਖਿਆ ਪਰ ਕਿੱਸਾ ਵੀ ਆਪਣੇ ਆਪ ਵਿੱਚ ਕਿੱਸਾ ਨਹੀਂ ਹੈਗਾ ਹਾਂ ਕੋਈ ਰਸ ਨਹੀਂ ਹੈ ਨਾ ਕੋਈ ਰਸ ਨਹੀਂ ਚਲੋ ਕੋਈ ਗੱਲ ਨਹੀਂ ਜੀ ਉਹਨਾਂ ਨੇ ਜਿੱਦਾਂ ਦੀ ਵੀ ਗੱਲ ਗੁਰੂ ਗੋਬਿੰਦ ਸਿੰਘ ਬਾਰੇ ਕਰਨੀ ਹੈ ਉਹ ਕਰੀ ਜਾ ਰਹੇ ਆ ਲੋਕੀ ਖਾਸ ਕਰਕੇ ਡਾਕਟਰ ਅਨੁਰਾਗ ਸਿੰਘ ਉਹਨੇ ਉਹ ਆਪਣੇ ਡਾਕਟਰ ਰਤਨ ਸਿੰਘ ਜੱਗੀ ਹੋਣਾ ਤੇ ਥੀਸਿਸ ਤੇ ਉਤੇ ਕਿੰ ਤੂੰ ਪਰੰਤੂ ਹਰ ਵਕਤ ਕਰਦੇ ਰਹਿੰਦੇ ਆ ਵੀ ਇਹਨੇ ਕੀ ਲਿਖਤਾ ਇਹ ਕੀ ਹੋ ਗਿਆ ਅਕਸਰ ਤਾਂ ਉਹਨੇ ਰਿਸਰਚ ਕਰਕੇ ਲਿਖਿਆ ਤੁਸੀਂ ਆਪਣੀ ਰਿਸਰਚ ਦੇ ਨਾਲ ਇਹਨੂੰ ਉਹਦੇ ਥੀਸਿਸ ਨੂੰ ਰਿਜੈਕਟ ਕਰ ਦਿਓ ਜੇ ਇਹ ਗਲਤ ਆ ਤਾਂ ਪਰ ਹੁਣ ਤਾਂ ਇਹ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਆਪਣਾ ਦਸਮਗ੍ਰੰਥ ਇਹ ਘਰ ਘਰ ਪਹੁੰਚ ਚੁੱਕਿਆ ਜੀ ਤੁਸੀਂ ਦਿਖਾਈ ਜਾ ਰਹੇ ਹੋ ਲੋਕ ਡਾਊਨਲੋਡ ਕਰੀ ਜਾ ਰਹੇ ਹੋਣਗੇ ਜਦੋਂ ਉਹਨਾਂ ਨੂੰ ਕੋਈ ਗੱਲ ਇਹਦੇ ਚੋਂ ਆਪਣਾ ਰੈਫਰੈਂਸ ਦੇਣ ਦੀ ਲੋੜ ਪਈ ਉਹਨਾਂ ਨੇ ਇਹ ਆਪਣੇ ਆਪ ਚੁੱਕ ਲੈਣਾ ਹੈ ਚਲੋ ਜੀ ਹੁਣ ਆਪਾਂ ਸੱਸੀ ਪੁੰਨੂ ਵਾਲੇ ਆਂ ਚੱਲੀਏ ਜੀ ਹਾਂਜੀ ਸੱਸੀ ਪੁੰਨੂ ਦੋਰੇ ਤੋਂ ਸਟਾਰਟ ਹੁੰਦਾ ਜੀ ਇੱਕ ਦਿਵਸ ਸ਼੍ਰੀ ਕਪਲਮੁਨ ਇੱਕ ਠਾਂਕਿਓ ਪਿਆਨ ਹੀਰ ਅਪਸਰਾ ਭੈ ਬਸ ਪਿਓ ਸੋਤ ਤੁਮਸ ਸੁਨੋ ਸੁਜਾਨ ਰੰਬਾ ਨਾਮ ਅਪਸਰਾ ਤਾਖੋ ਰੂਪ ਨਿਹਾਰ ਮਨ ਕੋ ਗਿਰਿਓ ਤੁਰਤ ਹੀ ਬੀਰਜ ਭੂ ਮਝਾਰ ਇਹ ਮਿਲਦੀ ਜੁਲਦੀ ਲੱਗਦੀ ਜੀ ਉਹਨਾਂ ਹੀਰਾਂਜ ਵਾਲੇ ਨਾਲ ਜੁਰੂਰੀ ਗੱਲ ਕੀਤੀ ਸੀ ਵੀ ਇਹਦੇ ਵਿੱਚ ਤੇ ਆਪਣਾ ਜਿਹੜਾ ਆਪਾਂ ਪਹਿਲਾਂ ਹੀਰਾਜੇ ਵਾਲਾ ਕਪਲਮੁਨੀ ਦੋਨਾਂ ਥਾਵਾਂ ਤੇ ਹੈਗਾ ਵੀਰ ਜੀ ਦੇਖਦਾ ਆਪਾਂ ਸਰਾ ਦਾ ਨਾਮ ਮੇਨਕਾ ਹੈ ਤੇ ਦੂਸਰੀ ਦਾ ਨਾਮ ਰੰਬਾ ਹੈ ਫਰਕ ਸਿਰਫ ਨਾਮ ਦਾ ਹੈ ਔਰਤ ਦਾ ਕਹਾਣੀ ਉਹੀ ਚੱਲਦੀ ਹੈ ਹੁਣ ਉਹ 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 ਤੁਸੀਂ ਬਾਰ ਬਾਰ ਉਹੀ ਗੱਲ ਲਿਖੀ ਜਾ ਰਿਹਾ ਕੋਈ ਉਹਦੇ ਕੋਲ ਨਵੀਂ ਗੱਲ ਲਿਖਣ ਨੂੰ ਹੈ ਹੀ ਨਹੀਂ ਹਾਂਜੀ ਹਾਂਜੀ ਗਿਰਿਓ ਰੇਤ ਮਨਕੇ ਜਬੇ ਰੰਬਾ ਰਹੀਓ ਧਾਨ ਢਾਰ ਸਿੰਧ ਸਰਤਾ ਤਿਸੇ ਸੁਰ ਪਰ ਕਰਿਓ ਭਿਆਨ ਸੁਰ ਪਰ ਕਰਿਓ ਭਿਆਨ ਦਾ ਮਤਲਬ ਹੈ ਵੀ ਉਹ ਜਿਹੜਾ ਸੁਰ ਸਵਰਗ ਲੋਕ ਚ ਉਹਦਾ ਵਾਸਾ ਹੋਏਗਾ ਜਾ ਕੇ ਬਾਅਦ ਚ ਹੂੰ ਉਹ ਜਦੋਂ ਜਦੋਂ Muni ਦਾ ਵੀਰ ਜੀ ਡਿੱਗਦਾ ਹੈ ਤਾਂ ਉਹ ਨਾਲ ਰੰਬਾ ਗਰਭ ਗਰਭਵਤੀ ਹੋ ਜਾਂਦੀ ਹੈ ਤੇ ਇੱਕ ਕੰਨਿਆ ਪੈਦਾ ਹੁੰਦੀ ਹੈ ਤੇ ਉਹ ਸਦੀ ਸਿੰਧ ਨਦੀ ਦੇ ਵਿੱਚ ਜਿਹੜੀ ਔਰ ਪੈਦਾ ਹੁੰਦੀ ਆ ਛੋਟੀ ਜੀ ਬੱਚੀ ਪੈਦਾ ਹੁੰਦੀ ਉਹਨੂੰ ਸਿੰਧ ਨਦੀ ਦੇ ਵਿੱਚ ਸੁੱਟ ਕੇ ਆਪ ਸਵਰਗ ਲੋਗ ਨੂੰ ਚਲੀ ਜਾਂਦੀ ਹੈ ਇਹ ਕਹਾਣੀ ਪਹਿਲੇ ਪਹਿਲੇ ਸਾਰੇ ਪੂਰੇ ਪੈਰਾਗ੍ਰਾਫ ਦੀ ਇਹ ਵਿਆਖਿਆ ਹੈਗੀ ਹੈ ਕਿਹੜੀ ਰੰਬਾ ਚਲ ਜਾਂਦੀ ਆ ਹਾਂ ਰੰਬਾ ਰੰਬਾ ਜਿਹੜੀ ਆ ਉਹਨੂੰ ਗਰਭ ਹੋ ਗਿਆ ਕਿ ਉਹ ਪਿਛਲੇ ਸਾਲ ਮੇਨਕਾ इसी ਗਰਭ ਦੇ ਵਿੱਚ ਇੱਥੇ ਰੰਬਾ ਨੂੰ ਹੋ ਗਿਆ ਤੇ ਉਹ ਨਦੀ ਚ ਸੁੱਟ ਕੇ ਬੱਚੀ ਨੂੰ ਚਲੇਗੀ ਜਿਹੜੀ ਬੱਚੀ ਪੈਦਾ ਹੋਈ ਉਹਨੂੰ ਸੁੱਟ ਦਿਆ ਬਾਕੀ ਇਹ ਕਹਿੰਦੇ ਆ ਵੀ ਇਹ ਆਪਸਰਾ ਦੀ ਜਿਹੜੀ ਆ ਇਹਨਾਂ ਦੀ ਰਾਣੀ ਆ ਜਿਹੜੀ ਆਪਸਰਾਾਂ ਦੀਆਂ ਦੀ ਰਾਣੀ ਆ ਰੰਬਾ ਅੱਛਾ ਇਹ ਮੇਨਕਾ ਤੋਂ ਉੱਪਰ ਆ ਹੈ ਆ ਮੇਨਕਾ ਦਾ ਮੇਨਕਾ ਦਾ ਕੁੜੀ ਆ ਨਾ ਇੰਦਰ ਦੀ ਇਹ ਰਾਣੀ ਅਫਸਰਾ ਦੀ ਅੱਛਾ ਠੀਕ ਹੈ ਇਹ ਵੀ ਮਨੋ ਸੋਹਣੀ ਆ ਤੇ ਮੇਨਕਾ ਵੀ ਸੋਹਣੀ ਆ ਉਹ ਵੀ ਭੰਗ ਕਰਦੀ ਆ ਤੇ ਰੰਬਾ ਵੀ ਭੰਗ ਕਰਦੀ ਆ ਉਹਨਾਂ ਦਾ ਠੀਕ ਹੈ ਚਲੋ ਚੋਪਈ ਬਹਿਤ ਬਹਿਤ ਕੰਨਿਆ ਤੈ ਆਈ ਆਗੇ ਜਹਾਂ ਸਿੰਧ ਕੋ ਰਾਈ ਬ੍ਰਹਮਦਨ ਸੋ ਨੈਣ ਨਿਹਾਰੀ ਤੈ ਤੇ ਕਾੜ ਸੁੱਤਾ ਕਰ ਪਾਰੀ ਹੁਣ ਵੇਖੋ ਜਿਹੜਾ ਰਾਜਾ ਹੈਗਾ ਸਿੰਧ ਦਰਿਆ ਦੇ ਖੇਤਰ ਦਾ ਉਹਨੂੰ ਵੇਖ ਲੈਂਦਾ ਰੂੜੀ ਆਉਂਦੀ ਔ ਕੰਨਿਆ ਆਉਂਦੀ ਐ ਇੱਕ ਛੋਟੀ ਕੰਨਿਆ ਜਿਹੜੀ ਪਤਾ ਨਹੀਂ ਹਜੇ 2 ਜਾਂ 4 ਦਿਨ ਦੀ ਹੈਗੀ ਐ ਜਾਂ ਮਹੀਨੇ ਦੀ ਹੋਈ ਐ ਉਹ ਨਦੀ ਚ ਐਦਾਂ ਨਹੀਂ ਰੁੱੜਦੀ ਹੁੰਦੀ ਕਹਾਣੀ ਬਣਾਉਣੀ ਸੀ ਤਾਂ ਉਹਨੂੰ ਕਿਸੇ ਪਾਰਕੀ ਪੂਲ ਕੀਤੇ ਬਿਠਾ ਲੰਦੇ ਕੋਈ ਕੁਝ ਬਣਾਇਆ ਹੁੰਦਾ ਜਿੱਦਾਂ ਆਮ ਇਹ ਦੂਸਰੇ ਕਿੱਸਾਕਾਰਾਂ ਨੇ ਲਿਖਿਆ ਤਾਂ ਮੈਂ ਮੰਨਦਾ ਵੀ ਕੁਛ ਇਹਦੇ ਵਿੱਚ ਸੱਚਾਈ ਵੀ ਐ ਨਦੀ ਚ ਸੁੱਕਣਾ ਤੇ ਬੱਚਾ ਰੋੜ ਨਹੀਂ ਸਕਦਾ ਬੱਚਾ ਨਹੀਂ ਘਟੋ ਘਟ ਰੋੜ ਸਕਦਾ ਜੇ ਕੋਈ ਬੰਦਾ ਵੱਡਾ ਹੋਵੇ ਵੀ 20 ਕਿ ਸਾਲ ਦਾ ਜਾਂ ਆਪਾਂ 15 ਕਿ ਸਾਲ ਦੇ ਬੱਚੇ ਇਹਨਾਂ ਦੇ ਕਾਫੀ 2 2 3 3 ਕਿਲੋਮੀਟਰ ਤਰ ਤੈਰ ਲੈਂਦੇ ਜਾਂ 4 4 ਕਿਲੋਮੀਟਰ ਵੀ ਤੈਰ ਲੈਂਦੇ ਆ ਤਾਂ ਤਾਂ ਉਹ ਰਾਜਾ ਵੇਖਦਾ ਕਹਿੰਦੇ ਵੀ ਉਹਨੂੰ ਬੱਚਾ ਹੋਇਆ ਬੱਚੇ ਨੂੰ ਉਹਨੇ ਨਦੀ ਛੁੱਟਿਆ ਤੇ ਆਪ ਸਵਰਗ ਲੋਕ ਚਲੇ ਗਈ ਸਵਰਗ ਲੋਕ ਇਹਨਾਂ ਦਾ ਕਿੱਥੇ ਆ ਮੈਨੂੰ ਨਹੀਂ ਪਤਾ ਆਪਾਂ ਪਹਿਲਾਂ ਕਿਹਾ ਸਾਨੂੰ ਨਹੀਂ ਪਤਾ ਸਵਰਗ ਲੋਕ ਅਸੀਂ ਤਾਂ ਇੰਨੇ ਹਜ਼ਾਰ ਕਿਲੋਮੀਟਰ ਵੀ ਉੱਡ ਕੇ ਆ ਗਏ ਆ ਸਾਨੂੰ ਤਾਂ ਸਾਰਾ ਸਵਰਗ ਨਹੀਂ ਮਿਲਿਆ ਨਾ ਕੋਈ ਨਰਕ ਨਾ ਭੂਤ ਦਿਸਿਆ ਮੈਂ ਕੋਈ 40 ਲੱਖ ਕਿਲੋਮੀਟਰ ਟਰੱਕ ਚਲਾਇਆ ਹੋਊਗਾ ਜੀ ਸਾਲ ਦਾ ਤਕਰੀਬਨ ਤਕਰੀਬਨ 2 ਲੱਖ ਚਲਾਈਦਾ 20 ਸਾਲ ਹੋ ਗਏ ਚਲਾਉਂਦੇ ਨੂੰ 21 ਸਾਲ ਮੈਂ ਤਾਂ ਭੂਤ ਭਾਤ ਨਹੀਂ ਦੱਸਿਆ ਜੇ ਕੋਈ ਹੋਇਆ ਵੀ ਤਾਂ ਮਾਰਿਆ ਗਿਆ ਹੁਣ ਥੱਲੇ ਆ ਕੇ ਉਹ ਦੇਖੇ ਸੀ ਤੁਸੀਂ ਭੂਤ ਤੁਸੀਂ ਦੇਖੇ ਤਾਂ ਸੀਗੇ ਜੀ ਤੁਹਾਡੇ ਟਾਇਰ ਭੂਤ ਹੀ ਪੜ ਕੇ ਗਏ ਸੀ ਉਹ 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 ਜਿਹੋ ਉਹਦੇ ਜਾਗਦੇ ਪੂਤ ਸੀ ਉਹ ਉਦਾਂ ਵਾਲੇ ਪੂਤ ਨਹੀਂ ਜਿਹੜੇ ਟਾਇਰ ਫੜ ਕੇ ਗਏ ਸੀਗੇ ਉਹ ਉਹਨਾਂ ਦੇ ਸਿਰ ਤੇ ਤਾਂ ਤੇ ਗਲਾਂ 'ਚ ਕਿਰਪਾਨਾਂ ਵੀ ਪਾਈਆਂ ਅਮਰਤ ਵੀ ਛਕਿਆ ਉਹ ਅਮਰਤਾਰੀ ਪੂਤ ਸੀਗੇ ਉਹਨਾਂ ਦਾ ਤੇ ਦੂਜੇ ਪੁੱਤਾਂ ਦਾ ਫਰਕ ਆਏਗਾ ਚਲੋ ਆਪਾਂ ਛੇਤੀ ਖਤਮ ਕਰੀਏ ਆਪਾਂ ਦੋਨੇ ਚਰਤਰ ਨਵੇਣ ਨੇ ਤੁਸੀਂ ਸਿਰਫ ਆਰਤੀ ਆਰਤੀ ਪੜ੍ਹ ਦੋ ਸੰਗਤ ਨਾ ਉਸ ਕੁੜੀ ਨੂੰ ਨਦੀ 'ਚੋਂ ਕੱਢ ਲਿਆ ਹਾਂਜੀ ਤੁਸੀਂ ਸਿਰਫ ਅਰਥ ਪੜ੍ਹ ਦੋ ਸੰਗਤ ਆਪੇ ਪੜੀ ਜਾਊਗੀ ਜਿਹੜਾ ਪਾਠ ਆ ਸਕਰੀਨ ਦੇ ਉੱਤੇ ਤੁਸੀਂ ਅਰਥ ਪੜ੍ਹ ਲਓ ਚੌਥੇ ਬੰਦ ਤੋਂ ਅੱਗੇ ਉਸ ਉਸ ਦਾ ਨਾਮ ਸੱਸੀਆ ਸੀ ਰੱਖਿਆ ਹੋਇਆ ਤੇ ਭਾਂਤ-ਭਾਂਤ ਦੀ ਉਹਦਾ ਸੇਵਾ ਕੀਤੀ ਤੇ ਜੋਬਨਵਤੀ ਹੋ ਗਈ ਤੇ ਰਾਜੇ ਨੇ ਇਸ ਤਰ੍ਹਾਂ ਸੋਚਿਆ ਕਿ ਹੁਣ ਹੁਣ ਵੇਖੋ ਇੱਥੇ ਕੀ ਹੈ ਕਿ ਪੁੰਨੂ ਉਹਦੇ ਵਾਸਤੇ ਰਾਜਾ ਵਾਰ ਲੱਭਦਾ ਤੇ ਪੁੰਨੂ ਇੱਕ ਰਾਜਾ ਹਮ ਇਹਨਾਂ ਨੇ ਉਹ ਕਹਾਣੀਆਂ ਜਿਹੜੀਆਂ ਆਮ ਆਪਣੇ ਕੋਲ ਕਿਸਾਨਕਾਰਾਂ ਨੇ ਲਿਖੀਆਂ ਹੋਈਆਂ ਉਹਨਾਂ ਨੂੰ ਬਿਲਕੁਲ ਵੱਖਰਾ ਹੈ ਕਿਉਂਕਿ ਉਸ ਵਾਰ ਵਜੋਂ ਪੁੰਨੂ ਰਾਜੇ ਨੂੰ ਸੋਚਿਆ ਪੁੰਨੂ ਰਾਜੇ ਨੂੰ ਸੋਚਿਆ ਤੇ ਉਸ ਵਾਲੇ ਕੋ ਦੂਤ ਨੂੰ ਭੇਜ ਦਿੱਤਾ ਮਰਲੇ ਸੇਂਦਰ ਖੇਤਰ ਦੇ ਰਾਜੇ ਨੇ ਪੁੰਨੂ ਰਾਜੇ ਬਾਰੇ ਸੋਚ ਕੇ ਉਹਦੇ ਵੱਲ ਇੱਕ ਦੂਤ ਭੇਜ ਦਿਆ ਤੇ ਪੁੰਨੂ ਸੁਣ ਕੇ ਉੱਥੇ ਆਇਆ ਤੇ ਰਾਜੇ ਨੇ ਵਿਆਹ ਦੀ ਵਿਉਂਤ ਬਣਾਈ ਜਿਸ ਦੇ ਸੁੰਦਰ ਕਾਲੇ ਨੈਣ ਹਿਰਨੀ ਵਾਂਗ ਸੁਸ਼ੋਭਤ ਸਨ ਉਸ ਨੇ ਚੰਦਰਮਾ ਚੰਦਰਮ ਚੰਦਰਮਾ ਦੀ ਕਲਾ ਨੂੰ ਜਿੱਤ ਲਿਆ ਤੇ ਇਸ ਲਈ ਉਹਦਾ ਨਾਮ ਸੱਸੀ ਆ ਸੀ ਇਹ ਕੁੜੀ ਦੀ ਔਰਤ ਦੀ ਜਿਹੜੀ ਰਾਜੇ ਦੇ ਕੋਲ ਸੀਗੀ ਉਹਦੀ ਉਹਨਾਂ ਨੇ ਮਰ ਗਈ ਤਾਂ ਕਿ ਤ ਮੇਰ ਮਰ ਗਿਆ ਤੇ ਜਾ ਕੇ ਸਰਸ ਨੈਣ ਬਰਾਜਤ ਸਿਆਮ ਜੀਤ ਲਈ ਸੱਸੀਆ ਕੀ ਕਲਾ ਜਾਂ ਤੇ ਸੱਸੀਆ ਨਾਮ ਜਿਹੜਾ ਸੱਸੀਆ ਔਰਤ ਦਾ ਨਾਮ ਆ ਉਹਨੇ ਇਹੋ ਜੀ ਉਹਨੇ ਰੂਪ ਦੀ ਅ ਅ ਪ੍ਰਸ਼ੰਸਾ ਕੀਤੀ ਹੋਈ ਹੈ ਕਿ ਰਾਜਾ ਵੀ ਜਿਹੜਾ ਆਪਣਾ ਹੈਗਾ ਪੰਨੂ ਰਾਜਾ ਆਇਆ ਉਹ ਵੀ ਉਹਦੇ ਤੇ ਮੋਤ ਹੋ ਗਿਆ ਨਗਰ ਦੇ ਸਾਰੇ ਲੋਕ ਉਹਦੇ ਮਵਾਜੇ ਵਜਾਉਣ ਲੱਗੇ ਹੁਣ ਪਤਾ ਨਹੀਂ ਨਗਰ ਦੇ ਵਿੱਚ ਕਿੰਨੇ ਕੁ ਨਫੀਰੀਆਂ ਵਾਲੇ ਰਹਿੰਦੇ ਆ ਇਹਹੀ ਗੱਲ ਜੇ ਮੈਂ ਹੁਣ ਇਹਨੂੰ ਕੰਪੈਰੀਸ਼ਨ ਕਰਾਂ ਆਪਣੇ ਗੁਰਬਲਾਸ ਪਾਤਸ਼ਾਹੀ 6ਵੀਂ ਦੇ ਜਦੋਂ ਗੁਰੂ ਅਰਜਨ ਪਾਤਸ਼ਾਹ ਦੇ ਘਰੇ ਜਾਂ ਗੁਰੂ ਹਰਗੋਬਿੰਦ ਸਾਹਿਬ ਦੇ ਘਰੇ ਕੋਈ ਮੌਕਾ ਹੁੰਦਾ ਹੈ ਉੱਥੇ ਵੀ ਨਫੀਰੀਆਂ ਵਾਲੇ ਟੈਂਟਾਂ ਵਾਲੇ ਲੱਡੂ ਜਲੇਬੀਆਂ ਵਗਾਉਣ ਵਾਲੇ ਸਾਰਾ ਪਿੰਡ ਹੀ ਉੱਤੇ ਇਕੱਠਾ ਹੋ ਜਾਂਦਾ ਜਦੋਂ ਕਿ ਅੰਮ੍ਰਿਤਸਰ ਨਵਾਂ ਸ਼ਹਿਰ ਵਸਿਆ ਹੋਇਆ ਹੈ ਜਾ ਘੜਤ ਆਪੋਰ ਨਵਾਂ ਸ਼ਹਿਰ ਵਸਿਆ ਉਥੇ ਇਹੋ ਜਿਹੀਆਂ ਸਕੂਲ ਤਾਂ ਹੀ ਨਹੀਂ ਹੁੰਦੀਆਂ ਨਗਰ ਦੇ ਸਾਰੇ ਲੋਕ ਭਾਂਤ ਭਾਂਦੇ ਵਾਜੇ ਵਿੱਚ ਆਉਂਦੇ ਹੋਏ ਮਿਲ ਕੇ ਉਥੇ ਆ ਗਏ ਤੇ ਸਭ ਮਿਲ ਕੇ ਸ਼ੁਭ ਗੀਤ ਗਾ ਰਹੇ ਨੇ ਤੇ ਸੱਸੀਆਂ ਨੂੰ ਵੇਖ ਕੇ ਸਾਰੇ ਨਿਸ਼ਾਭ ਰੋਂਦੇ ਹਨ ਅਨਕਨਾਦ ਨਿਫੀਰੀ ਕਾਨੜਾ ਨਗਾਰੇ ਵਜਾਏ ਪਿੰਡਾਂ ਵਾਲਿਆਂ ਪਿੰਡਾਂ ਦੇ ਵਿੱਚ ਮੈਂ ਵੀ ਪਿੰਡ ਤੇ ਰਹਿਣ ਵਾਲਾ ਜੀ ਇੱਕ ਅੱਧਾ ਬੰਦਾ ਢੋਲ ਵਜਾਉਣ ਜਾਣਦਾ ਹੁੰਦਾ ਸੀ ਇਹ ਗੱਲਾਂ ਅਨ ਘੜਤ ਆਪਣੇ ਆਪ ਲਿਖੀ ਜਾ ਰਹੀਆਂ ਜਿਹੜੀਆਂ ਤੁਸੀਂ ਜੇ ਥੋੜਾ ਧਿਆਨ ਲਾ ਕੇ ਸੋਚੋਗੇ ਤਾਂ ਤੁਹਾਨੂੰ ਪਤਾ ਲੱਗ ਜੇ ਵੀ ਇਹ ਝੂਠ ਕਿੱਡੇ-ਕੱਡੇ ਲਿਖ ਰਿਹਾ ਹੈ ਜਵਾਨ ਬਿਰਧ ਬਾਲਕਾ ਜਿਤਨੀਆਂ ਵੀ ਸਾਨੂੰ ਉਹ ਇੱਕ ਵੀ ਘਰ ਵਿੱਚ ਨਹੀਂ ਰਹੇ ਤੇ ਵੇਖਣ ਲਈ ਆ ਗਏ ਕੋਈ ਵੀ ਇਸੀ ਘਰ ਵਿੱਚ ਨਾ ਰਹੀ ਦੋਹਾਂ ਨੇ ਪੰਨੂ ਤੇ ਸਸੀਆ ਦੀ ਸੁੰਦਰਤਾ ਨੂੰ ਵੇਖ ਕੇ ਬਲਿਆਰੀ ਜਾ ਰਹੀਆਂ ਸਨ ਇਹਨਾਂ ਵਿੱਚੋਂ ਪੰਨੂ ਕਿਹੜਾ ਹੈ ਉੱਤਰ ਵਿੱਚ ਜਿਸਦੇ ਹੱਥ ਵਿੱਚ ਹਰੇ ਰੰਗ ਦਾ ਧੁੰਛ ਛੋਬ ਰਿਹਾ ਲੋ ਜੀ ਹੁਣ ਪੰਨੂ ਦੇ ਹੱਥ ਵਿੱਚ ਧੁੰਛ ਵੀ ਫੜਾਤਾ ਕਿਉਂਕਿ ਸੀਤਾ ਨੂੰ ਵਰਣ ਵਾਸਤੇ ਵੀ ਤਾਂ रामचंद्र ਕੋਲੇ ਧੁੰਛ ਸੀਗਾ ਇਹ ਉਹਨਾਂ ਦਾ ਜੋ ਮੋਜੀ ਤੁਹਾਡਾ ਜਿਹੜਾ ਪੁਆਇੰਟ ਸੀਗਾ ਤੁਹਾਡਾ ਜਿਹੜਾ ਪੁਆਇੰਟ ਸੀ ਨਾ ਵੀ ਇਹਨਾਂ ਦੇ ਮੁਣੀਆਂ-ਮੁਣੀਆਂ ਦੇ ਬਾਰੇ ਵਕਫੀयत ਰੱਖਦਾ ਕੋਈ ਹਿੰਦੂ ਲੁਖਾਰੀ ਆ ਇੱਥੇ ਵੀ ਤੁੰਛ ਫੜਾਤਾ ਹੁਣ ਪੁੰਨੂ ਦੇ ਨਾਲ ਜਦੋਂ ਕਿ ਉਹ ਸੱਸੀ ਤੇ ਆਪਣੇ ਥਲਾਂ ਚ ਪੁੱਜ ਕੇ ਮਰ ਗਈ ਤੇ ਪੁੰਨੂ ਕਿੱਥੇ ਤੁੰਛ ਲੈ ਕੇ ਬੈਠਾ ਸੀਗਾ ਪਤਾ ਨਹੀਂ ਹਾਂਜੀ ਢੋਲ ਢੋਲ ਤੇ ਰੰਗ ਸਾਰਿਆਂ ਦੇ ਘਰਾਂ ਵਿੱਚ ਵੱਜ ਰਹੇ ਸਨ ਤੇ ਇਹ ਨਗਰ ਖੂਬ ਸ਼ੋਰ ਸ਼ਰਾਬਾ ਹੈ ਸ਼ਹਿਰ ਨਾ ਗੀਤ ਗਾਉਂਦੀਆਂ ਹੁਣ ਨਾਲ ਤਾਂ ਨਗਰ ਦੀ ਗੱਲ ਕਰਦਾ ਹੈ ਨਾਲੇ ਸ਼ਹਿਰਾਂ ਦੀ ਗੀਤ ਗੀਤ ਗਾਉਣ ਦੀ ਗੱਲ ਇਹਨੂੰ ਇਹ ਨਹੀਂ ਪਤਾ ਬੀ ਅਸਲ ਵਿੱਚ ਵਿਆਹ ਕਿੱਥੇ ਹੋ ਰਿਹਾ ਹਾਂ ਰਾਜੇ ਦੇ ਬਾਰੇ ਮੈਂ ਨੋਟ ਕੀਤੇ ਹੋਏ ਨੇ ਨਿਸ਼ਾਨੀਆਂ ਲਾਈਆਂ ਜਦੋਂ ਮੈਂ ਪੜ ਰਿਹਾ ਸੀ ਸ਼ਹਿਰ ਨਾਲ ਗੀਤ ਗਾਉਂਦੀਆਂ ਤਾਲੀਆਂ ਵਜਾਉਂਦੀਆਂ ਤੇ ਅਤੇ ਗਾਲੀਆਂ ਦਿੰਦੀਆਂ ਆ ਰਹੀਆਂ ਮਤਲਬ ਜਾਨੀਆਂ ਨੂੰ ਬੰਨ੍ਹਦੇ ਹੁੰਦੇ ਸੀ ਨਾ ਪਹਿਲਾਂ ਉਹਨੂੰ ਇਹਨੇ ਗਾਲੀਆਂ ਲਿਖਿਆ ਹੋਇਆ ਠੀਕ ਹੈ ਗਾਵਤ ਗੀਤ ਪੰਜਾਬ ਦਾ ਤਾਲਦੇਵਤ ਆਪ ਤੇ ਨਾਗਰ ਗਾਰੀ ਗਾਰੀ ਗਾਰੀਆਂ ਨਹੀਂ ਕੋਈ ਦਿੰਦਾ ਹੁੰਦਾ ਇਹ ਵੀ ਗੱਲ ਇੱਕ ਝੂਠੀ ਹੈਗੀ ਹੈ ਜੇ ਆਪਾਂ ਪੋਇਟਰੀ ਦੇ ਹਿਸਾਬ ਨਾਲ ਵੇਖੀਏ ਜਾਂ ਆਪਣੇ ਇਤਿਹਾਸਿਕ ਪੱਖ ਤੋਂ ਵੀ ਵੇਖੀਏ ਗਾਲੀਆਂ ਜਨ ਵਾਲੀਆਂ ਜਿਹੜੀਆਂ ਔਰਤਾਂ ਸੀ ਜਨ ਨੂੰ ਬੰਨ੍ਹਦੀਆਂ ਹੁੰਦੀਆਂ ਸੀ ਤੇ ਜਨ ਛਡਾਉਣੀ ਪੈਂਦੀ ਸੀ ਪੁਰਾਣੇ ਵੇਲਿਆਂ 'ਚ ਉਹਨਾਂ ਕੋਈ ਜਾਣੇ ਵੀ ਨਾਲ ਬੰਦਾ ਇੱਕ ਅੱਧਾ ਲੈ ਕੇ ਜਾਂਦੇ ਸੀ ਜਿਹੜੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਗੱਲਾਂ-ਗੱਲਾਂ 'ਚ ਬੰਨ੍ਹਣਾ ਹੁੰਦਾ ਸੀ ਬੇਸਿਕਲੀ ਇਹ ਇੱਕ ਕਿਸਮ ਦਾ ਇੱਕ ਦੂਜੇ ਨਾਲ ਮਖੌਲ ਹੁੰਦਾ ਸੀ ਔਰ ਸਿੱਟਣੀਆਂ ਕਹਿੰਦੇ ਸੀ ਇਹਨਾਂ ਨੂੰ ਸਿੱਟਣੀਆਂ ਨਹੀਂ ਸਿੱਟਣੀਆਂ ਕੁਝ ਹੋਰ ਸੀ ਉਹ ਹੋਰ ਹੁੰਦੀ ਹੈ ਜੀ ਕੁਝ ਹੋਰ ਸੀ ਰੋਟੀ ਖਾਣ ਵੇਲੇ ਜਨ ਬੰਨ੍ਹਦੀਆਂ ਸੀ ਔਰਤਾਂ ਜੀ ਤੁਹਾਨੂੰ ਪਤਾ ਜੀ ਮੈਂ ਛੋਟੇ ਹੁੰਦੇ ਦੇਖਿਆ ਸੀ ਜੀ ਇਹ ਹਾਂਜੀ ਸੋ ਇੱਕੋ ਵਾਰੀ ਜੀ ਆਰਾਮ ਭੀਰੀਆਂ ਬਾਜ ਉੱਠੀਆਂ ਲੋ ਜੀ ਭੀਰੀਆਂ ਵਜਾਉਣ ਦੀ ਗੱਲ ਅਤੇ ਸੁੰਦਰ ਸ਼ਬੀਲੀਆਂ ਇਸ ਤਰ੍ਹਾਂ ਮਿਲ ਕੇ ਹੱਸ ਰਹੀਆਂ ਹਨ ਸਾਰੀਆਂ ਅਸੀਸਾਂ ਦਿੰਦੀਆਂ ਹਨ ਤੇ ਕਹਿੰਦੀਆਂ ਹਨ ਕਿ हे ਜਗਦੀਸ਼ ਤੇਰੀ ਬਣਾਈ ਹੋਈ ਇਹ ਜੋੜੀ ਚੌਹਾਂ ਜੁਗਾਂ ਤੱਕ ਰਜਉਂਦੀ ਰਹੇ ਜੀਓ ਜੀ ਚਾਰ ਦਿਹਾੜੀ ਮੈਂ ਇਹਨੂੰ ਹੋਰ ਸ਼ਾਰਟ ਕਰ ਦੇਣਾ ਜੀ ਜੇ ਗੱਲ ਕੀ ਹੈ ਕਿ ਜਦੋਂ ਇਹਦਾ ਵਿਆਹ ਹੋ ਜਾਂਦਾ ਹੈ ਤਾਂ ਪੁੰਨੂ ਦੀਆਂ ਜਿਹੜੀਆਂ ਪਹਿਲੀਆਂ ਔਰਤਾਂ ਆ ਉਹ ਇਹ ਸੋਚਦੀਆਂ ਹਨ ਵੀ ਇਹ ਸਾਡੇ ਨਾਲ ਕੀ ਵਾਪਰ ਗਿਆ ਇੱਕ ਜਿਹੜੀ ਵੱਡੀ ਰਾਣੀ ਹੈਗੀ ਜਿਹੜੀ ਸ਼ੁਰੂ ਚ ਵਿਆਹੀ ਹੋਈ ਹੈ ਉਹ ਕਹਿੰਦੀ ਹੈ ਵੀ ਹੁਣ ਮੈਂ ਨਾ ਸੋਚਾਂਗੀ ਵੀ ਮੇਰੇ ਪਤ ਮੇਰੇ ਪਿਤਾ ਨੇ ਮੇਰਾ ਵਿਆਹ ਕੀਤਾ ਨਹੀਂ ਜਾਂ ਮੈਂ ਦੁਹਾਗਣ ਹੋ ਗਈ ਜਾਂ ਮੈਂ ਪਘਾਰਣ ਬਣ ਕੇ ਤੇ ਪਿੰਡ ਚ ਮੰਗ ਮੰਗ ਕੇ ਗੁਜ਼ਾਰਾ ਕਰ ਲਾਂਗੀ ਤੇ ਮੈਂ ਇਸ ਰਾਜੇ ਨੂੰ ਮਾਰ ਦੂੰ ਕਿਉਂਕਿ ਰਾਜਾ ਪੰਨੂ ਆ ਤਾਂ ਫਿਰ ਉਹਨੇ ਇੱਕ ਆਪਣੇ ਦੂਤ ਨੂੰ ਭੇਜ ਦਿੱਤਾ ਪੈਸੇ ਦਿੱਤੇ ਤੇ ਉਹਨੂੰ ਕਿਹਾ ਵੀ ਤੂੰ ਇਹਨੂੰ ਤੀਰ ਮਾਰਨਾ ਜਦੋਂ ਉਹਨੇ ਰਾਜਾ ਛਕਾਰ ਖੇਡਣ ਗਿਆ ਪੰਨੂ ਤੇ تیر ਮਾਰਦਾ ਤੇ ਰਾਜਾ ਉਥੇ ਡਿੱਗ ਪੈਂਦਾ ਪਹਿਲਾਂ ਡਿੱਗਦਾ ਦਿਖਾਇਆ ਤੇ ਨਾਲ ਹੀ ਫਿਰ ਉਹ ਦਿਖਾ ਦਿੱਤਾ ਵੀ ਜਿਹੜਾ ਪੰਨੂ ਆ ਉਹ ਲੜਾ ਕੇ ਕੋੜਾ تیر ਮਾਰਨ ਵਾਲੇ ਕੋ ਗਿਆ ਉਹਨੂੰ ਵੀ ਮਾਰਦਾ ਆਪ ਮਰ ਗਿਆ ਤੇ ਸੱਸੀ ਉਥੇ ਆ ਕੇ ਆਪ ਮਰ ਜਾਂਦੀ ਹੈ ਐਨੀ ਕਹਾਣੀਆਂ ਐ ਸਾਰੀ ਜੇ ਮੈਂ ਤੈਨੂੰ ਸ਼ਾਰਟ ਕਰਾਂ ਨਹੀਂ ਬਹੁਤ ਵਧੀਆ ਕੀਤਾ ਤੁਸੀਂ ਆਪਾਂ ਕਿਉਂਕਿ ਨਵੇ ਨਹੀਂ ਆ ਇੱਥੇ ਵੀ ਅੰਦਰ ਪੰਨੂ ਹੈ ਹਾਂਜੀ ਹਾਂਜੀ ਸੋ ਇਹ ਇਹ ਕਹਾਣੀਆਂ ਬਿਲਕੁਲ ਹੋ ਉਹ ਇਹਦੇ ਵਿੱਚ ਵੀ ਮੈਨੂੰ ਕਿਸੇ ਵੀ ਛੋੜ ਕੇ ਸਿਰਫ ਉਹ ਰਾਜੇ ਨੂੰ ਆਪਣੇ ਦੂਤ ਕੋਲ ਮਰਵਾਉਣ ਦਾ ਜੇ ਇਹਨੂੰ ਇਸਤਰੀਆਂ ਦਾ ਚਰਿੱਤਰ ਕਹਿ ਲਵਾਂ ਤਾਂ ਮੰਨ ਲਿਆ ਜਾਏਗਾ ਅਦਰਵਾਇਜ਼ ਇਸ ਕਹਾਣੀ ਦੇ ਵਿੱਚ ਕੋਈ ਇਸਤਰੀ ਦੇ ਚਰਿੱਤਰ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬਿਲਕੁਲ ਜੀ ਕਿਉਂਕਿ ਕਾਫੀ ਲੰਬੀ ਚੌੜਾ ਚਰਿੱਤਰ ਆ ਇਹ ਤੇ ਜਿਨ੍ਹਾਂ ਨੇ ਪੜ੍ਹਨਾ ਉਹ ਪੜ੍ਹ ਲੈਣਾ ਇਹ 108 ਨੰਬਰ ਚਰਿੱਤਰ ਆ ਤੁਸੀਂ ਜਾ ਕੇ ਪੜ੍ਹ ਸਕਦੇ ਸਕਰੀਨ ਤੇ ਤਕਰੀਬਨ ਮੈਂ ਸਾਰਾ ਲੈ ਆਂਦਾ ਆ ਬਹੁਤ ਲੰਬਾ ਜੇ ਅਸੀਂ ਸਾਰਾ ਪੜ੍ਹਿਆ ਤੇ ਸਾਡਾ ਟਾਈਮ ਨਹੀਂ ਹੋਣਾ ਆਪਾਂ ਉਹ ਜਿੱਦਾਂ ਵੀਰ ਜੀ ਕਹ ਰਹੇ ਮਿਰਜੇ ਸਾਹਿਬਾਂ ਦੀ ਵਾਰੀ ਕਦੋਂ ਆਣੀ ਆ ਆਪਾਂ ਮਿਰਜੇ ਸਾਹਿਬਾਂ ਦੀ ਵਾਰੀ ਵੀ ਲੈ ਕੇ ਆਉਣੀ ਆ ਤੇ ਲੋਕਾਂ ਦੇ ਸਵਾਲ ਵੀ ਲੈਣੇ ਆ ਸੋ ਆਪੇ ਪੜ ਲੈਣਾ ਇਹ ਤੇ ਕਿਉਂਕਿ ਅਸੀਂ ਚਾਹੁੰਦੇ ਆਂ ਵੀ ਲੋਕ ਆਪ ਪੜਨਾ ਸ਼ੁਰੂ ਕਰਨ ਇਹਨੂੰ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਨਾਲੇ ਜਿਆਦਾ ਇੰਟਰਸਟਡ ਮਿਰਜ਼ਾ ਸਾਹਿਬਾਂ ਦੇ ਉੱਪਰ ਜਿਆਦਾ ਹੁੰਦੇ ਆ ਵੀ ਜਿਆਦਾ ਕਿਸਾ ਮਸ਼ਹੂਰ ਹੋਈ ਆ ਗੱਜਾ ਸਾਹਿਬਾਂ ਦਾ ਮਿਰਜ਼ਾ ਸਾਹਿਬਾਂ ਦਾ ਵੀ ਇਹਦੇ ਚ ਜਿਹੜੇ ਤਾਂ ਥੋੜਾ ਛੋਟਾ ਹੀ ਆ ਜੀ ਕੋਈ ਐਸਾ ਲੰਬਾ ਬਹੁਤਾ ਬਿਲਕੁਲ ਜੀ ਆਪਣਾ ਕਿਉਂਕਿ ਕਾਲਾ ਦਾ ਟਾਈਮ ਹੋ ਗਿਆ ਹੋਇਆ ਆਪਾਂ ਮਿਰਜ਼ੇ ਸਾਹਿਬਾਂ ਤੇ ਜਾਣਦੇ ਆ ਸੱਸੀ ਪੁੰਨੂ ਵਾਲੇ ਜੇ ਕੋਈ ਜੇ ਕੁਝ ਐਡ ਕਰਨਾ ਤੁਸੀਂ ਕਰ ਲਓ ਸੱਸੀ ਪੁੰਨੂ ਵਾਲੇ ਚ ਪਰ ਇਹ ਹੈ ਉਹੀ ਬਕਵਾਸ ਕਹਾਣੀ ਆ ਕੋਈ ਇੱਥੇ ਸੈਂਸਰੀ ਬੰਦੀ ਪਈ ਸਾਸਮ ਗ੍ਰੰਥ ਦੇ ਵਿੱਚ ਇਹ ਪੰਨਾ 993 ਤੇ ਹੈ ਜੀ 129 ਨੰਬਰ ਚ icitr ਹੈ ਰਾਵੀ ਕੰਡੇ ਸਹਿਬਾ ਨਾਂ ਦੀ ਇੱਕ ਇਸਤਰੀ ਵਾਸੀ ਜਿਹਨੂੰ ਮਿਰਜਾ ਨਾਲ ਅਠੇ ਪਿਆਰ ਅਠੇ ਪੈਰ ਪਿਆਰ ਕਰਦੀ ਸੀ ਰਾਵੀ ਨਦੀ ਉੱਪਰ ਬਸਿਆ ਨਾਰ ਸਹਿਬਾ ਨਾਮ ਮਿਰਜਾ ਕਹਿੰਦਾ ਦੋਸਤੀ ਕਰਤਾ ਠਾਹੂ ਜਾਮ ਸੌਖਾ ਮੈਂ ਪਹਿਲਾਂ ਹੀ ਦੱਸਦੇ ਹਰਥ ਤਾਂ ਕੋ ਦੋੜਨ ਬਿਹਾਨ ਆਇਓ ਤਾਂ ਕੋ ਦੁਲਾਈ ਬਿਹਾਨ ਆਇਓ ਯਾ ਮਿਰਜਾ ਚਿਤ ਚਿੰਤ ਬੜਾਇਓ ਜਾਂ ਤਾਂ ਯਤਨ ਕੋਣ ਸੋ ਕੀਜੈ ਜਾਂ ਤਾਂ ਜਾਇ ਅਵਲਾ ਹਰ ਲਈਜੈ ਹੁਣ ਮਿਰਜੇ ਨੂੰ ਕੀ ਹੋਇਆ ਕਿ ਮਨ ਚ ਚਿੰਤਾ ਹੋ ਗਈ ਹੁਣ ਦੁਲਾ ਵਿਆਹਣ ਵਾਸਤੇ ਆਇਆ ਤੇ ਇਹਨੂੰ ਮੈਂ ਹੁਣ ਇਹਨੂੰ ਕੱਢ ਕੇ ਲੈ ਜਾਵਾਂ ਤਰਿਆ ਹੂੰ ਕੋ ਯੇ ਕਿ ਯੇ ਮੈਂ ਜੋ ਆਈ ਪਿਆਰੋ ਮਿੱਤਰ ਨਾਲ ਛੋੜੋ ਜਾਈ ਯਾਂ ਕੋ ਵਿਆਹ ਕਹਾ ਮੈਂ ਕਰੂੰ ਯਾਹੀ ਸੋ ਜੀਉਂ ਕੋ ਮਰੂੰ ਹੁਣ ਉਹ ਕਹਿੰਦਾ ਵੀ ਮੈਂ ਤਾਨੂੰ ਜਾਂ ਵਿਆਹ ਕੇ ਲੈ ਜਾਵਾਂ ਤੇ ਜਾਂ ਜਿਉਂਦਾ ਰਵਾਂ ਜਾਂ ਮਰ ਜਾਵਾਂ एमरजे साहिबा दी कहानी थोड़ा जा एथे के जे मतलब प्यार ਕਰਨ ਦੀ ਪਹਿਲਾਂ ਹੀ ਚਲਾ ਕੇ ਆ ਮੀਤ ਭੋਗ ਤੁਮਰੈ ਮੈਂ ਰਸੀ ਪਤੀ ਤ੍ਰਿਆ ਰਾਜਨ ਗ੍ਰਹਿ ਬਸੀ ਸਹਿਬਾਂ ਨੇ ਮਿਰਜੇ ਨੂੰ ਕਿ ਚਿੱਠੀ ਲਿਖੀ ਹੈ ਵੀ ਮੈਂ ਤੇਰੇ ਨਾਲ ਬਿਲਕੁਲ ਰਚ ਮੇਰੇ ਮਿੱਤਰ ਮੀਤ ਤੇਰੇ ਵਿੱਚ ਮੈਂ ਲੀਨ ਹੋ ਜਾਈ ਹੋਈ ਆ ਤੇ ਹੁਣ ਤੂੰ ਮੈਨੂੰ ਛੱਡੀ ਨਾ ਮੈਂ ਭਾਵ ਤੇਰੇ ਵਿੱਚ ਵਾਸ ਵਿੱਚ ਜਾਂ ਤੂੰ ਮੇਰਾ ਚਿੱਤ ਚਰਾ ਲਿਆ ਇਸ ਲਈ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਂਗੀ ਜਾਂ ਤਾਂ ਤੇ ਯਾਤ ਵਿਆਹਨ ਨਹਿ ਕਿਨੂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਉਣਾ ਸੱਚ ਕਹਿਤੀ ਹੈ ਕਿ ਤੂੰ ਮੈਂ ਸੁਣੋ ਮੀਤ ਬਣਾਏ ਸੱਚ ਗੱਲ ਤਾਂ ਇਹ ਹੈ ਕਿ ਮੇਰੇ ਮਿੱਤਰ ਮੈਂ ਤੈਨੂੰ ਸੱਚੀ ਗੱਲ ਦੱਸਦੀ ਹਾਂ ਮੈਂ ਤੈਨੂੰ ਆਪਣਾ ਮਿੱਤਰ ਬਣਾ ਲਿਆ ਮੁੱਖ ਮੰਗ ਹੈ ਵਰ ਦੇਤ ਨਾ ਕੋਲ ਕਮਾਈ ਜਾਏ ਮੈਂ ਤੇਰੇ ਤੋਂ ਵਾਰਨੇ ਜਾਂਦੀ ਹਾਂ ਤੇ ਉਹ ਪਰ ਉਹ ਮੈਨੂੰ ਮਨ ਚਾਹਿਆ ਵਾਰਨ ਨਹੀਂ ਦਿੰਦੀ ਪਤਾ ਨਹੀਂ ਕੀ ਹੈ ਕਹਾਣੀ ਇਹ ਮੇਰੇ ਮਿੱਤਰ ਮੈਂ ਤੈਨੂੰ ਆਪਣੇ ਮਨ ਦੀ ਸੱਚ ਗੱਲ ਕਹਿੰਦੀ ਆ ਚੰਗੀ ਤਰ੍ਹਾਂ ਸੁਣ ਤੇ ਮੈਂ ਆਪਣੀ ਮਾਂ ਹਾਂ ਮਾਂ ਤੋਂ ਵਾਰਨੇ ਜਾਂਦੀ ਆ ਪਰ ਉਹ ਮੈਨੂੰ ਤੇ ਮੁੱਖ ਮੰਗਾ ਬਾ ਦੇ ਤਨੇ ਕੋਲ ਕਮਾਈ ਹਾਂ ਜੀ ਅਬ ਮੈਂ ਉਮੀਦ ਕਹੋ ਕਾ ਕਰੋ ਤੋਹ ਛਾੜ ਵਾਕੋ ਨਰ ਬਰੋ ਹੁਣ ਮੈਂ ਤੈਨੂੰ ਦੱਸ ਛੱਡ ਕੇ ਮੈਂ ਹੋਰ ਕਿਹਦੇ ਨਾਲ ਵਿਆਹ ਕਰਵਾਵਾ ਮੈਂ ਜੋ ਮੋਹ ਕਹਿ ਬਾਜ ਪ੍ਰਸਤ ਪਰ ਡਾਰਾ ਆਪਨ ਲੈਕਰ ਸੰਗ ਸਦਾਰਾ ਮੈਨੂੰ ਹੁਣ ਤੂੰ ਆਪਣੇ ਕੋੜੇ ਦੀ ਪਿੱਠ ਤੇ ਲੈ ਕੇ ਤੋ ਕੱਢ ਕੇ ਲੈ ਜਾ ਜਦ ਤੱਕ ਬਰਾਤੀ ਸਾਡੇ ਘਰੇ ਪਹੁੰਚ ਨਹੀਂ ਜਾਂਦੇ ਤਦ ਤੱਕ ਤੁਸੀਂ ਕੋੜੇ ਤੇ ਚੜਾ ਕੇ ਮੈਨੂੰ ਲੈ ਕੇ ਜਾ ਸਕਦੇ ਹੋ ਅੱਗੇ ਤੇਰੇ ਸੰਗ ਬਰਾਜ ਹੈ ਉਹ ਮੀਤ ਮੈਂ ਔਰ ਕਰੂੰਗੀ ਕਹਾ ਪਤ ਕਹਿ ਕੈ ਤੂੰ ਕਉ ਆਜ ਬਰੋ ਨਾ ਟਰੋ ਮਰੂ ਨਾ ਹੈ ਹਾਲ ਹਲਾਲ ਖੈ ਖੈ ਇਹ ਪੋਇਟਰੀ ਥੋੜੀ ਜੀ ਔਖੀ ਹੈ ਜੀ ਮੇਟਰ ਤੇਰੇ ਨਾਲ ਛੋਬਾ ਪਾਵਾਂਗੀ ਹੋਰ ਪਤੀ ਕਰਕੇ ਮੈਂ ਕੀ ਕਰਾਂਗੀ ਅੱਜ ਤੈਨੂੰ ਵਿਆਹਾਂਗੀ ਤਲਾਂਗੀ ਨਹੀਂ ਨਹੀਂ ਤਾਂ ਜ਼ਹਿਰ ਖਾ ਕੇ ਮਰ ਜਾਵਾਂਗੀ ਇਹ ਮਤਲਬ ਸਹਿਬਾਂ ਦੇ ਉਹਨੇ ਮਤਲਬ ਗੱਲ ਦੱਸੀ ਹੋਈ ਹੈ ਵੀ ਉਹ ਕੀ ਚਾਉਂਦੀ ਹੈ ਤੇ ਇਸ ਤੋਂ ਅੱਗੇ ਆ ਜੀ ਜਦੋਂ ਕੋਈ ਵਿਆਹ ਕਰਨ ਦੀ ਗੱਲ ਕਰਦਾ ਤਾਂ ਮੈਂ ਪੀ ਪੈ ਜਾਂਦੀਆਂ ਤੇ ਬਹੁਤ ਪੁਛਤਾਂਦੀਆਂ ਹੁਣ ਗੱਲ ਇਹ ਹੈ ਵੀ ਇਹ ਪਤਾ ਨਹੀਂ ਇਹ ਪੋਇਟਰੀ ਕਿੱਥੋਂ ਲੈ ਕੇ ਆਇਆ ਗਰਦਨ ਚੁਗਾ ਕੇ ਨਹੋਂ ਨਾਲ ਧਰਤੀ ਉਤੇ ਲੀਕਾਂ ਪਾਉਂਦੀਆਂ ਜਿਹਨੂੰ ਅਸੀਂ ਪੰਜਾਬੀ ਵਿੱਚ ਔਸੀਆਂ ਕਹਿੰਦੇ ਆਂ ਤੇ ਔਸੀਆਂ ਵੇਖ-ਵੇਖ ਕੇ ਮਨ ਵਿੱਚ ਪੁਛਤਾਉਂਦੀਆਂ ਤੁਹਾਡੀ ਪ੍ਰੇਮਿਕਾ ਨੂੰ ਕੇਵਲ ਮਿਰਜਾ ਹੀ ਚੰਗਾ ਲੱਗਦਾ ਹੋਰ ਕਿਸੇ ਨਾਲ ਵਿਆਹ ਮਨ ਨੂੰ ਮਨ ਨੂੰ ਚੰਗਾ ਨਹੀਂ ਲੱਗਦਾ ਤੇ ਤੇਰੇ ਵਿੱਚ ਰੁਚੀ ਰੱਖਦਾ ਹੈ ਹੁਣ ਮੇਰਾ ਮਨ ਮੇਰਾ ਮਨ ਤੇਰੇ ਵਿੱਚ ਰੁਚੀ ਰੱਖਦਾ ਹੈ ਹੋਰ ਕੋਈ ਮੈਨੂੰ ਰਤਾ ਜਿੰਨਾ ਵੀ ਚੰਗਾ ਨਹੀਂ ਲੱਗਦਾ ਜੋ ਬਰਾਤੀ ਮੈਨੂੰ ਵਹਿ ਲੈ ਕੇ ਜਾਣਗੇ ਉਹ ਤੈਨੂੰ ਲਾਜ ਨਹੀਂ ਲੱਗੇਗੀ ਜੇ ਜੇ ਬਰਾਤੀ ਮੈਨੂੰ ਵਿਆਹ ਕੇ ਲੈ ਜਾਣਗੇ ਤਾਂ ਤੈਨੂੰ ਲਾਜ ਨਹੀਂ ਲੱਗੇਗੀ ਇਹ ਕੁਐਸਚਨ ਮਤਲਬ ਖੜਾ ਕਰਦੀ ਹੈ ਵੀ ਤੇਰੇ ਤੇਰੀ ਤੇਰੀ ਜਿਹੜੀ ਹੈਗੀ ਹੈ ਵੀਰ ਰਸੀ ਵਾਲੀ ਗੱਲ ਉਹ ਕਿੱਥੇ ਹੈ ਥੋੜੇ ਜਨੇ ਸਮੇਂ ਲਈ ਉਹ ਕਿਤੇ ਹੋਰ ਚਲੇ ਜਾਣ ਤੇ ਪਤਾ ਨਹੀਂ ਵੀ ਮੈਂ ਜਉਂਦੀ ਵੀ ਰਹਾਗੀ ਕਿ ਇਹ ਕਹਾਣੀਆਂ ਉਹਦੀਆਂ ਸਹਿਬਾਂ ਦੀਆਂ ਸਹਿਬਾਂ ਉਹਨੂੰ ਕੀ ਕਰਦੀ ਹੈ ਕਿ ਚਿੱਠੀ ਲਿਖ ਕੇ ਆਪਣੀਆਂ ਸਹੇਲੀਆਂ ਦੇ ਕੋਲੇ ਉਹਦੇ ਕੋਲ ਪਹੁੰਚਾ ਦਿੰਦੀ ਹੈ ਮਿਰਜਾ ਆਉਂਦਾ ਉਹਨੂੰ ਰਸਤੇ ਵਿੱਚ ਸਹੇਲੀਆਂ ਰੋਕਦੀਆਂ ਵੀ ਤੂੰ ਦਿਨੇ ਨਾ ਜਾਈਂ ਤੇ ਦਿਨੇ ਤੂੰ ਗਿਆ ਤਾਂ ਤੈਨੂੰ ਉਹਦੇ ਮਾਪੇ ਪਿਛਾੜ ਲੈਣਗੇ ਇਸ ਕਰਕੇ ਰਹਿ ਰਾਤ ਤੇ ਰਾਤ ਨੂੰ ਜਾਂਦਾ ਕੋੜੇ ਤੇ ਬਿਠਾ ਕੇ ਲੈ ਜਾਂਦਾ ਮੈਂ ਕਹਾਣੀ ਸੰਖੇਪ ਕਰਕੇ ਸਾਰੀ ਯਾਦ ਹੈ ਜੀ ਹਾਂਜੀ ਕੋੜੇ ਤੇ ਬਿਠਾ ਕੇ ਲੈ ਜਾਂਦਾ ਥੱਕੇ ਨੌਜਵਾਨ ਹੈ ਝਾਂਡੇ ਠਾਂ ਜਾ ਕੇ ਸੌਂ ਜਾਂਦਾ ਇੱਥੇ ਵੈਸੇ ਇਹਨੇ ਝੰਡ ਦੀ ਗੱਲ ਬਾਅਦ ਚ ਕੀਤੀ ਹੈ ਪਹਿਲਾਂ ਸੌਣ ਦੀ ਗੱਲ ਕੀਤੀ ਹੈ ਥੋੜਾ ਬਹੁਤਾ ਸਹਿਬ ਨਾਲ ਪਿਆਰ ਮੁਹੱਬਤ ਵੀ ਕਰਦਾ ਔਰ ਜਦੋਂ ਉਹ ਸੁੱਤਾ ਪਿਆ ਹੁੰਦਾ ਤੇ ਉਹਨੂੰ ਪਤਾ ਲੱਗਦਾ ਵੀ ਵਾਰਾ ਆ ਗਏ ਆ ਤਾਂ ਫਿਰ ਉਹ ਦੇਖਦੀ ਹੈ ਵੀ ਜੇ ਇਹ ਜਾਗ ਪਿਆ ਤਾਂ ਇਹ ਮੇਰੇ ਭਰਾਵਾਂ ਨੂੰ ਮਾਰ ਦੂਗਾ ਫਿਰ ਉਹਨੇ ਕੀ ਕੀਤਾ ਕਿ ਉਹ ਤਸਕਰ ਨੂੰ ਝੰਡ ਤੇ ਟੰਗਤਾ ਉਹਦੀਆਂ ਕਮਾਨੀਆਂ ਪਾਣ ਦਿੱਤੀਆਂ ਉਹਨੂੰ ਕਹਿੰਦੀ ਤੂੰ ਮੈਨੂੰ ਔਨ ਕੋੜੇ ਤੋਂ ਭਜਾ ਕੇ ਲੈ ਜਾ ਪਰ ਉਹਦੇ ਜਿਹੜੇ ਭਰਾਵਾਂ ਨੇ ਉਹਨਾਂ ਨੂੰ ਫੜ ਲਿਆ ਰਾਜੇ ਨੂੰ ਆਪਣੇ ਮਿਰਜੇ ਨੂੰ ਮਾਰ ਦਿੱਤਾ ਤੇ ਉਹਦੀ ਕਿਰਪਾਨ ਲੈ ਕੇ ਜਿਹੜੀ ਸਹਿਬਾ ਉਹਨੇ ਆਪਣੇ ਵਖੀਚ ਮਾਰੀ ਤੇ ਆਪ ਮਰ ਗਈ ਹੁਣ ਇਹ ਵੇਖ ਲਓ ਜੀ ਵੀ ਇਹਦੇ ਵਿੱਚ ਸਹਿਬਾ ਮਾੜੀ ਐ ਕਾ ਮਿਰਜਾ ਮੜਾ ਜਿਹੜਾ ਉਹਨੂੰ ਕੱਢ ਕੇ ਲਿਆ ਸੀ ਤੇ ਰਸਤੇ 'ਚ ਸੌਂ ਜਾਂਦਾ ਜਾਂ ਇਥੇ ਆਮ ਕਿਸਾਨਕਾਰ ਤਾਂ ਇਹ ਕਹਿੰਦੇ ਆ ਵੀ ਉਹਦਾ ਜਿਵੇਂ ਦੂਸਰੇ ਕਿਸਾਨਕਾਰ ਹੈਗੇ ਆ ਹੀਰ ਰਾਜਾ ਸੱਸੀ ਪੁੰਨੂ ਹੀਰ ਦਾ ਔਰਤ ਦਾ ਨਾਮ ਪਹਿਲਾਂ ਆਉਂਦਾ ਪਰ ਮਿਰਜਾ ਸਾਹਿਬਾਂ ਨੂੰ ਲਿਖਣ ਵਾਲੇ ਕਹਿੰਦੇ ਆ ਵੀ ਸਹਿਬਾਂ ਨੇ ਮਿਰਜੇ ਨੂੰ ਧੋਖਾ ਦਿੱਤਾ ਇਸ ਕਰਕੇ ਇਹਦਾ ਨਾਮ ਮਿਰਜਾ ਸਹਿਬਾਂ ਪਿਆ ਹੂੰ ਇਦੇ ਬਾਰੇ ਜੀ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਇੰਨੇ ਕ ਆਪਾਂ ਗੱਲਾਂ ਕਰ ਲੀਆਂ ਤੇ ਹੁਣ ਮੇਰੇ ਖਰਾ ਟਾਈਮ ਵੀ ਹੋਇਆ ਹੋਊਗਾ ਬਿਲਕੁਲ ਜੀ ਟਾਈਮ ਹੋ ਗਿਆ ਹਾਂ ਵੀ ਜੀ ਇੱਕ ਦੋ ਕਮੈਂਟਾਂ ਪੜ ਲਵਾਂ ਜਿਹੜੀਆਂ ਆਈਆਂ ਆ ਕਿਉਂਕਿ ਕਮੈਂਟ ਵੀ ਪਾਣੀ ਜ਼ਰੂਰੀ ਜਿਹੜੇ ਵੀ ਬੰਦੇ ਆਪਣਾ ਵੀਰਬਾਜ ਸਿੰਘ ਆ ਕਹਿੰਦਾ ਵੀ ਇਸਾ ਇਸੇ ਤਰ੍ਹਾਂ ਦੀ ਕਥਾ ਹੋਵੇਗੀ ਧਾਰਮਿਕ ਸਥਾਨ ਤੇ ਤਾਂ ਨੌਜਵਾਨ ਭਰ ਜਾਣਗੇ ਕਰਾ ਕਰਾਂ ਦੀ ਜੂਤਰੀ ਬਿਲਕੁਲ ਜੀ ਇਦਾਂ ਦੀਆਂ ਜਦੋਂ ਬੰਤਾ ਸਿੰਘ ਦਾ ਕੇ ਹੀ ਸੁਣਾਉਣੀ ਚਾਹੀਦੀ ਆ ਤੇ ਫੇ ਸਾਰੇ ਪਾਸਿਓਂ ਲੋਕ ਆ ਕੇ ਜ਼ਰੂਰ ਉਥੇ ਚੰਗਾ ਇਕੱਠ ਹੋਊਗਾ ਤੇ ਇਹ ਇਹ ਮਤਲਬ ਆਪਣੇ ਵੀਰ ਲਿਖ ਰਿਹਾ ਕਮੈਂਟ ਵੀ ਇੱਕ ਕਹਿੰਦਾ ਵੀ ਹੱਦ ਹੋ ਗਈ ਕੋਈ ਲੋਚਾ ਨਹੀਂ ਛੱਡਿਆ ਵੀਰਦੀਪ ਸਿੰਘ ਕਹਿ ਰਿਹਾ ਕਹਿੰਦਾ ਹੱਜ ਹੋ ਗਈ ਕੋਈ ਵੀ ਲੋਚਾ ਨਹੀਂ ਛੱਡਿਆ ਜਿਹੜਾ ਇਸ ਗ੍ਰੰਥ ਚ ਨਹੀਂ ਲਿਖਿਆ ਆਏ ਨੇ ਬੰਦੇ ਨੇ ਜੇ ਲਿਖਿਆ ਹੈ ਇੱਥੇ ਮੈਂ ਨਾ ਜਗਮਉਂਦ ਸਿੰਘ ਜੀ ਇੱਕ ਗੱਲ ਕਰਨੀ ਚਾਹੁੰਦਾ ਆ ਵੀ ਇਹ ਅਸੀਂ 4 ਚਰਿੱਤਰ ਪੜ੍ਹੇ ਆ 4 ਚਰਿੱਤਰ ਛੋਟ ਚ 404 ਆ ਟੋਟਲ 404 ਤੇ ਵਿੱਚੋਂ 4 ਕੱਢ ਲਓ 400 ਹੋ ਰਿਹਾ ਜਿਹੜੇ ਇਹਦੇ ਨਾਲੋਂ 100% ਜ਼ਿਆਦਾ ਸ਼ਲੀਲ ਆ 100% ਇਹ ਤਾਂ ਕੁਝ ਵੀ ਨਹੀਂ ਆ ਉਹਦੇ ਮੁਕਾਬਲੇ ਜਿਹੜੇ ਅਸੀਂ ਪੜ੍ਹੇ ਆ ਨਾ ਇਹ ਤਾਂ ਅਸੀਂ ਕੋਈ ਸ਼ਲੀਲਤਾ ਵਾਲਾ ਚਰਿੱਤਰ ਨਹੀਂ ਪੜ੍ਹਿਆ ਜਿਹੜੇ ਬਾਕੀ ਚਰਿੱਤਰ ਆ ਔਰ ਜੇ ਆਪਾਂ ਲਵ ਲਵ ਸਟੋਰੀ ਵਾਲੀਆਂ ਕਹਾਣੀਆਂ ਵੀ ਕਰੀਏ ਨਾ ਹਾਲੇ ਹੋਰ ਬੜੀਆਂ ਹੈਗੀਆਂ ਜੂਸੇਬ ਜਲੇਖਾਂ ਪਤ ਨਹੀਂ ਕਿਹੜੀ-ਕਿਹੜੀ ਜਿਹੜੀ ਸਾਨੂੰ ਨਹੀਂ ਪਤਾ ਇਸ ਕਰਕੇ ਅਸੀਂ ਉਹ ਨਹੀਂ ਚੱਕੀ ਇਹ ਮਸ਼ਹੂਰ ਸੀਗੀਆਂ ਚਾਰ ਕਹਾਣੀਆਂ ਇਸ ਕਰਕੇ ਅਸੀਂ ਇਹ ਚਾਰ ਲੈ ਲਈਆਂ ਸੋ ਹੋਇਆ ਕੀ ਹੋਇਆ ਇਹ ਗ੍ਰੰਥ ਕੰਪਲੀਟ ਕਰਨ ਲਈ ਇਹਨਾਂ ਨੇ ਜਿੰਨੇ ਵੀ ਬਣਾਇਆ ਹੈ ਗ੍ਰੰਥ ਕੋਈ ਕਹਾਣੀ ਜਿੱਥੋਂ ਲੰਬੀ ਜਿੱਦਾਂ ਦੀ ਵੀ ਲੰਬੀ ਉਹ ਚੱਕ ਕੇ ਉਹਨੂੰ ਬਰਾਬਰ ਤੇ ਲੈ ਕੇ ਆਉਣਾ ਸੀ ਗੁਰੂ ਗ੍ਰੰਥ ਸਾਹਿਬ ਦੇ ਵੀ ਉਹਨੇ ਕ ਪੰਨੇ ਬਣ ਜਾਣ ਜਿੰਨੇ ਕੋਦੇ ਆ ਉਹ ਜੋ ਕੂੜ-ਕਬਾੜ ਖੇਸਵਾ Hindu mythology ਜੋ ਪੰਚਤੰਤਰ ਦੀਆਂ ਕਹਾਣੀਆਂ ਜੋ ਇਸ਼ਕ ਮਜਾਜੀ ਵਾਲੀਆਂ ਕਹਾਣੀਆਂ ਜੋ ਵੀ ਕੁਝ ਮਿਲਿਆ ਉਹ ਸਭ ਕੁਝ ਇਕੱਠਾ ਕਰਕੇ ਪਰੋਸ ਕੇ ਤੁਹਾਡੇ ਅੱਗੇ ਰੱਖਤਾ ਵੀ ਆ ਤੁਹਾਡੇ ਗੁਰੂ ਨੇ ਲਿਖਿਆ ਹੋਇਆ ਤੇ ਸਾਡੇ ਮੂਰਖ ਜਿਹੜੇ ਸਿੱਖ ਆ ਇਹ ਕਹੀ ਜਾਂਦੇ ਜੀ ਹਾਂ ਇਹ ਵਾਕਿਆ ਹੀ ਸਾਡੇ ਗੁਰੂ ਦਾ ਲਿਖਿਆ ਹੋਇਆ ਵੀਰ ਜੀਓ ਤੁਸੀਂ ਕੋਈ ਐਂਡ ਤੇ ਗੱਲ ਕਰਨੀ ਚਾਹੋ ਫਿਰ ਉਸ ਤੋਂ ਬਾਅਦ ਅਸੀਂ ਕਾਲਾ ਲਵਾਂਗੇ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਇਹ ਗ੍ਰੰਥ ਹੈ ਨਾ ਜਿੱਦਾਂ ਤੁਸੀਂ ਕਿਹਾ ਵੀ ਇਕੱਠਾ ਕਰ ਲਿਆ ਤੇ ਇਸ ਗ੍ਰੰਥ ਚ ਗ੍ਰੰਥ ਨੂੰ ਕੰਪਲੀਟ ਕਰਨ ਦੀਆਂ 254 354 386 57 1388 ਪੰਨੇ ਤੇ ਪੰਜ ਡੇਟਾ ਇਹਦੇ ਵਿੱਚ ਆਪ ਮਿਲਦੀਆਂ ਹੂੰ ਜੇ ਇੱਕ ਲਖਾਰੀ ਦਾ ਲਿਖਿਆ ਤਾਂ ਫਿਰ ਇਹਦੇ ਐਂਡ ਤੇ ਜਾ ਕੇ ਲਿਖਣ ਦੀ ਡੇਟ ਹੋਣੀ ਚਾਹੀਦੀ ਸੀ ਨਾ ਕਿ ਵਿੱਚ ਵੀ 254 ਜਿੱਥੇ ਮੋਦੀ ਜੀ ਕਹਿੰਦੇ ਰਮਾਇਣ ਲਿਖੀ ਆ ਆ ਰਾਮ ਅਵਤਾਰ ਦਾ ਐਂਡ ਤੇ ਇਕੱਲੇ ਕ੍ਰਿਸ਼ਨ ਚਰਿੱਤਰ ਨੂੰ ਵੀ ਲਿਖਣ ਵਾਲਾ ਇੱਕ ਨਹੀਂ ਐ ਉਹਦੇ ਚ ਤਿੰਨ ਡੇਟਾਂ ਆਉਂਦੀਆਂ ਤੇ ਫਿਰ ਅਸੀਲ 404 ਵਿੱਚ ਚਰਿੱਤਰ ਸੰਮਤ 1752 ਅਰਧ 53 ਕਿਹਾ ਹੈ ਉਹ ਵਾਲੀ ਗੱਲ ਸੋ ਪੰਜ ਡੇਟਾਂ ਐ ਇਸ ਗ੍ਰੰਥ ਦੇ ਵਿੱਚ ਇਹਨੂੰ ਲਿਖਣ ਵਾਸਤੇ ਆ ਮੈਂ ਕੋਈ ਐਵੇਂ ਨਹੀਂ ਕਹਿ ਰਿਹਾ ਇਹ ਮੇਰੇ ਹੱਥ ਦੇ ਵਿੱਚ ਦਸਮ ਗ੍ਰੰਥ ਹੈ ਜੀ ਇਹਦੇ ਵਿੱਚੋਂ ਪੰਨੇ ਮੈਂ ਤੁਹਾਨੂੰ ਦੱਸ ਦਿੱਤੇ ਆ ਤੁਸੀਂ ਇਹ ਲੱਭ ਸਕਦੇ ਹੋ ਜੇ ਕਿਸੇ ਕੋਲ ਹੋਵੇ ਤੇ ਉਹ ਵੇਖ ਲਵੇ ਵੀ ਇੱਕ ਇੱਕ ਸੰਤਰੀ ਬਣਤਰ ਇਹਨ ਕਿੱਥੋਂ ਕਿੱਥੋਂ ਬਣਾਈ ਹੋਈ ਆ ਫਿਰ ਗੁਰਚਰ ਸਿੰਘ ਜੀ ਮੈਂ ਤੁਹਾਨੂੰ ਇੱਕ ਜਰੂਰ ਬੇਨਤੀ ਕਰੂੰਗਾ ਮੈਂ ਹਰਕ ਨੂੰਗਾ ਨਾ ਉਹ ਖੋਤੀ 10 ਵਰਾਂthi ਕਿਹਾ ਕਰੋ ਕਿਉਂਕਿ ਜਦੋਂ ਦਸਮ ਸ਼ਬਦ ਲੱਗਦਾ ਸਾਡਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਆ ਉਹਨਾਂ ਦਾ ਦਸਮ ਵੀ ਹੈ ਅਸੀਂ ਨਾਲ ਮੁਰੇ ਲਾਉਨੇ ਆ ਤੇ ਸਾਡਾ ਜਿਹੜਾ ਉਹਦੇ ਵਿੱਚ ਸੰਗਤ ਜਿਹੜੀ ਆ ਜਾਂ ਅਸੀਂ ਆ ਮਨ ਨੂੰ ਬਹੁਤ ਹੀ ਠੇਸ ਪਹੁੰਚਦੀ ਆ ਸੋ ਇਹਦਾ ਅਖੋਤੀ ਕਹਿਆ ਕਰੋ ਵੀ ਇਹਦੇ ਮੁਰੇ ਅਖੋਤੀ ਸ਼ਬਦ ਕੋਸ਼ਿਸ਼ ਕਰੋ ਹਰ ਟਾਈਮ ਲਾਉਣ ਦੀ ਕਿਉਂਕਿ ਇਹ ਅਖੋਤੀ ਹੀ ਆ ਜੀ ਅ ਵੀਰ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਲੋਕਾਂ ਨੂੰ ਅਖੋਤੀ ਦਾ ਲਫ਼ਜ਼ ਤਾਂ ਨਹੀਂ ਪਤਾ ਵੀ ਉਹ ਅਖੋਤੀ ਕੀ ਹੁੰਦਾ ਹੈ ਉਹਦਾ ਮਤਲਬ ਹੁੰਦਾ ਆਖਿਆ ਜਾਣ ਵਾਲਾ ਕਿਹਾ ਜਾਣ ਵਾਲਾ ਜਿਹੜਾ ਠੀਕ ਨਾ ਹੋਵੇ ਝੂਠ ਹੋਵੇ ਸੱਚ ਨਾ ਹੋਵੇ ਪਰ ਮੈਂ ਤੇ ਅੱਜ ਤੁਹਾਡੇ ਮਾਧਿਮੇ ਰਾਣੀ ਜੀ ਬੰਤਾ ਸਿੰਘ ਉਹਨਾਂ ਨੂੰ ਜਾਂ ਜਿਹੜੇ ਵੀ ਇਸ ਗ੍ਰੰਥ ਦੇ ਆਪਾਰਸ਼ਕ ਅੱਜ ਫਿਰ ਆਪਾਂ ਚੈਲੰਜ ਕਰਦੇ ਆ ਕਿ ਸਾਡੇ ਕੋਲ ਹੱਥ ਲਿਖਤ ਵੀੜਾਂ 2-200 ਸਾਲ ਪੁਰਾਣੀਆਂ ਉਹਨਾਂ ਦੇ ਉੱਤੇ ਇਹਨਾਂ ਸਾਰੀਆਂ ਕਵਿਤਾਵਾਂ ਦੇ ਵਿੱਚੋਂ ਜਿਹੜਾ ਵਿਚਤਰਨਾਟਕਾ ਉਹਦੇ 543 ਪੰਨੇ ਆ ਤੇ ਜਾਂ ਤਾਂ ਫਿਰ ਇਹ ਵੀ ਕਹਿਣਾ ਸ਼ੁਰੂ ਕਰੋ ਕਿ ਦਸਮ ਗ੍ਰੰਥ ਦਾ ਲਖਾਰੀ ਜਾਂ ਅਕੋਤੀ ਦਸਮ ਗ੍ਰੰਥ ਦਾ ਲਖਾਰੀ ਵਿਚਤਰਨਾਟਕ ਦਾ ਲਖਾਰੀ ਗੋਬਿੰਦ ਗੀਤਾ ਦਾ ਲਖਾਰੀ ਸਹਿਜਰ ਨਾਵਾਂ ਦਾ ਲਖਾਰੀ ਸਰਬ ਲੋਗ ਗ੍ਰੰਥ ਦਾ ਲਖਾਰੀ ਵੀ ਗੁਰੂ ਗੋਬਿੰਦ ਸਿੰਘ ਹੈ ਤਾਂ ਤੇ ਅਸੀਂ ਮੰਨ ਲਵਾਂਗੇ ਇਹ ਸਰਬ ਲੋਗ ਗ੍ਰੰਥ ਦੇ ਵਿੱਚ ਵੀ ਪਹਿਲੀ ਬਾਣੀ ਜਾਪ ਹੈ ਇਹ ਚ ਜ਼ਰੂਰ ਬੀੜ ਜਿਹੜੀ ਜਿਹੜਾ ਸੰਗਰੂਰ ਆਪਣਾ ਰਾਜਾ ਮਹਾਰਾਜਿਆਂ ਦੀਆਂ ਮੜੀਆਂ ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਜੀ ਮੈਂ ਆਪ ਦੇਖ ਕੇ ਆਇਆ ਹਾਂ ਸ਼ਾਇਦ ਮੈਂ ਤੁਹਾਨੂੰ ਉਹ ਫੋਟੋ ਭੇਜ ਚੁੱਕਿਆ ਨਹੀਂ ਤਾਂ ਮੈਂ ਭੇਜ ਦਿਆਂਗਾ ਮੈਨੂੰ ਇੱਕ ਚੀਜ਼ ਇੱਕ ਚੀਜ਼ ਦੀ ਹੋਰ ਭਾਜੀ ਹੈਰਾਨੀ ਆਉਂਦੀ ਆ ਵੀ ਜਦੋਂ ਕਹਿੰਦੇ ਆ ਵੀ ਬਾਬਾ ਦੀਪ ਸਿੰਘ ਨੇ ਜਾਂ ਭਾਈ ਮਨੀ ਸਿੰਘ ਨੇ ਇਹ ਪੀੜਾਂ ਇਕੱਠੀਆਂ ਕੀਤੀਆਂ ਮਤਲਬ ਬਾਬਾ ਦੀਪ ਸਿੰਘ ਤੇ ਮਨੀ ਸਿੰਘ ਦਾ ਪੱਧਰ ਕਿੱਥੇ ਲੈ ਗਿਆ ਇਹ ਵੀ ਉਹ ਹੀਰਾਂ ਜਿਹਦੀਆਂ ਕਹਾਣੀਆਂ ਇਕੱਠੀਆਂ ਕਰਦੇ ਸੀ ਵੀ ਜੀ ਨਹੀਂ ਉਹ ਤਾਂ ਮਤਲਬ ਇਹਨਾਂ ਦਾ ਸੋਚਣ ਵਾਲੀ ਗੱਲ ਆ ਉਹਨਾ ਮਹਾਨ ਸਿੱਖਾਂ ਦੇ ਨਾਮ ਵਰਤ ਕੇ ਹੀ ਇਹ ਇਹ ਜਿਆ ਕੰਮ ਗੱਲ ਸਾਡੇ ਮੜਿਆ ਜਾ ਸਕਦਾ ਹੁੰਦਾ ਹੈ ਮੇਰੇ ਕੋਲੇ ਮੈਂ ਤੁਹਾਨੂੰ ਹੁਣੇ ਇੱਕ ਕਿਤਾਬ ਦਿਖਾਉਣਾ ਸਿੱਖਾਂ ਦੀ ਭਗਤਮਾਲ ਜਿਹਨੂੰ ਭਾਈ ਮਨੀ ਸਿੰਘ ਦੇ ਨਾਮ ਨਾਲ ਜੋੜਿਆ ਗਿਆ ਹੈ ਸਿੱਖਾਂ ਦੀ ਭਗਤਮਾਲ ਤੇ ਕਰਦਾ ਇਹਦਾ ਸੂਰਤ ਸਿੰਘ ਹੈ ਭਾਈ ਮਨੀ ਸਿੰਘ ਤੋਂ ਘੱਟੋ ਘੱਟ 50 60 ਸਾਲ ਬਾਅਦ ਦਾ ਬੰਦਾ ਹੈ ਬਿਲਕੁਲ ਉਹ ਹੀ ਗੱਲ ਉਹ ਹੀ ਗੱਲ ਕਰਦਾ ਵੀ ਉਹਨਾਂ ਸਾਡੀਆਂ ਮਹਾਨ ਯੋਧਿਆਂ ਨੂੰ ਜਿਹੜੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਸਾਡੇ ਮਹਾਨ ਯੋਧੇ ਸਾਡੇ ਸਿੱਖ ਕੌਮ ਦੇ ਉਨ੍ਹਾਂ ਦਾ ਨਾਂ ਲੈ ਕੇ ਵਰਤ ਕੇ ਕਿਹੋ ਜਿਹਾ ਗੰਧ ਸਿੱਖਾਂ ਦੀ ਕਚਹਿਰੀ ਦੇ ਵਿੱਚ ਸਿੱਖਾਂ ਦੇ ਗੁਰਦਾਰੇ 'ਚ ਪਰੋਸਿਆ ਜਾ ਰਿਹਾ ਆ ਹਨ ਅੰਨੇ ਵਾ ਲੋਕੀ ਜਪ ਬਾਣੀ ਛੱਡ ਕੇ ਨਾਨਕ ਪਾਸ਼ਾ ਦੀ ਪਹਿਲੀ ਬਾਣੀ ਛੱਡ ਕੇ ਚੁਪਈ 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 ਹੋਈ ਜਾਂਦੀ ਆ ਦੇਖੋ ਕਿੱਦਾਂ ਸਾਡਾ ਮਾਨਸਿਕ ਤੌਰ ਤੇ ਇਹਨਾਂ ਨੇ ਘਾਣ ਕਰ ਦਿੱਤਾ ਆ ਇਸ ਸਿੱਖਾਂ ਨੂੰ ਜਾਗਣ ਦੀ ਲੋੜ ਐ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਇਸ ਮਾਧਿਅਮ ਰਾਈਂ ਵੀ ਸਿੱਖ ਸੰਗਤ ਨੂੰ ਜਗਾਈਏ ਉਹ ਆਪ ਬਣ ਆ ਸਰਚ ਗੁਰਬਾਣੀ.com ਜਿਹੜੀ ਵੈਬਸਾਈਟ ਆ ਜਾਓ ਪਹਿਲਾਂ ਤਾਂ ਮੇਰਾ ਖਿਆਲ ਆ ਦੁਬਾਰਾ ਅਰਥ ਪਾਇਆ ਪਹਿਲਾਂ ਤਾਂ ਇਹ ਵੀਰ ਜੀਓ ਅਰਥ ਵੀ ਜਿਹੜੇ ਇਹ ਵੈਬਸਾਈਟਾਂ ਤੇ ਉਹ ਕੱਢ ਦਿੱਤੇ ਸੀ ਪੰਡ ਕਰਤੇ ਸੀ ਵੀ ਲੋਕ ਪੜਨ ਲੱਪੇ ਸੀ ਲੋਕੀ ਸਵਾਲ ਕਰਨ ਲੱਪੇ ਸੀ ਲੋਕ ਸਕਰੀਨ ਸ਼ਾਟ ਲੈ ਕੇ ਪਾ ਕੇ ਲਣ ਲੱਪੇ ਸੀਗੇ ਹੁਣ ਜਿਹੜੇ ਸਾਡੇ ਸੰਗਤ ਦੇ ਵਿੱਚ ਇਹ ਬੈਂਪਾਣ ਪਾਇਆ ਆ ਵੀ ਜੀ ਇਹ ਦਸਮ ਪਾਸ਼ਾ ਦੀ ਬਾਣੀ ਉਹਨਾਂ ਵਿਚਾਰਿਆਂ ਨੇ ਪੂਰਾ ਪੜਿਆ ਹੀ ਨਹੀਂ ਕਦੀ ਹਰੀ ਸਿੰਘ ਰੰਧਾਵੇ ਆਲਾ ਆ ਗਿਆ ਕਦੀ ਹਰਪਜਨ ਸਿੰਘ ਕਦੀ ਅਨੁਰਾਗ ਸਿੰਘ ਕਦੀ ਬਾਂਤਾ ਸੋਂ ਕਦੀ ਜੀਵਾ ਸੋਂ ਜਿਹੜਾ ਕਹਿੰਦਾ ਪਰਚੀ ਗੋਮ ਤੇ ਕਥਾ ਗੋਮ ਸੋ ਉਹ ਗੱਲ ਆ ਵੀ ਇਦਾਂ ਦੇ ਲੋਕ ਆ ਕੇ ਜਦੋਂ ਕੂੜ ਪ੍ਰਚਾਰ ਕਰਦੇ ਆ ਤੇ ਉਹ ਜਦੋਂ ਮਤਲਬ ਕੀ ਆ ਕੇ ਘਰ ਚ ਆ ਕੇ ਰੋਟੀ ਖਾਂਦੇ ਆ ਤਾਂ ਉਹ ਇਹਨੂੰ ਪੂਰੇ ਘਰਦਿਆਂ ਨੂੰ ਭਜਾਉਂਦੇ ਆ ਇੱਧਰ ਉੱਤਰ ਨੂੰ ਕਰੋ ਸੋਚੇ ਹੱਥ ਬਣਾਓ ਇਹ ਸਮਝਦੇ ਵੀ ਵਾਕਿਆਨ ਦੀ ਗੱਲ ਚ ਦਮ ਆ ਪਰ ਤੁਹਾਡੇ ਮੇਰੇ ਵਰਗਾ ਬੰਦਾ ਜਿਹੜਾ ਕਿਰਤੀ ਜਦੋਂ ਗੱਲ ਕਰਦਾ ਆ ਤੇ ਉਦੋਂ ਇਹ ਕਹਿੰਦੇ ਵੀ ਸ਼ਾਇਦ ਇਹ ਬੰਦੇ ਆਪਣੇ ਕੋਲੋਂ ਕਹਿ ਰਹੇ ਜਾਂ ਝੂਠ ਕਹਿ ਰਹੇ ਆ ਇਦਾਂ ਦੇ ਸਾਡੇ ਤੇ ਇਲਜ਼ਾਮ ਲਾਉਂਦੇ ਆ ਬਾਬਾ ਨਾਨਕ ਵੀ ਕਰਤੀ ਸੀ ਜੇ ਅਸੀਂ ਸਾਰੇ ਕਿਰਤਾਂ ਕਰਦੇ ਆ ਤੇ ਸਾਡਾ ਕੰਮ ਹੈ ਸਾਰੇ ਕਰਤੀ ਸਿੱਖਾਂ ਨੂੰ ਸੰਗਤ ਨੂੰ ਜਗਾਉਣਾ ਹਾਂਜੀ ਵੀਰ ਜੀ ਜੇ ਕੌਲਾ ਖੁੱਲਣੇ ਹੋ ਸਕਦੇ ਹਾਂ ਹਾਂਜੀ ਆ ਆਪਾਂ ਵੀਰ ਗੁਰਚੰਦ ਸਿੰਘ ਉਹਨਾਂ ਨੂੰ ਯਾਦ ਦੇ ਦਿੰਨੇ ਆ ਤੇ ਫਿਰ ਆਪਾਂ ਕਾਲਾ ਲੈਨੇ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਫਿਰ ਆਪਾਂ ਕਿਸੇ ਦਿਨ ਆਵਾਂਗੇ ਇਸ ਗ੍ਰੰਥ ਦਾ ਕੁਝ ਹੋਰ ਖੋਲਣ ਵਾਸਤੇ